जी, गुरु प्यारी सात संगत जीओ, फतेह प्रवान करना जी। वाहिगुरु जी का खालसा, वाहिगुरु जी की फतेह। अकाल पुरख जी की अपार बख्शिश, पातशाह जी ने सानू ये सवेर का दीवान भी बख्शिश किया है। अज दे दीवान विच असी जपजी साहब की विचार करांगे, जपजी जैम्स। ओदे नाल ही साडे नाल नौजवान गुरमत फिल्मां दे बनाण वाले, शॉर्ट मूवीज़ दे बहुत ही होनहार गुरसिख बेटा सतदीप सिंह साडे नाल जुड़नगे। ते उस तो बिना असी तुहाडे सवाल जवाब अते कल दे सैशन प्रति भी कुछ फीडबैक्स ने ਉਹ ਅੱਜ ਸਾਂਝੀਆਂ ਕਰਾਂਗੇ। ਸੋ ਆਰੰਭਤਾ ਕਰਦੇ ਹਾਂ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸਦਕਾ 146 ਪਰਿਵਾਰ ਜੁੜ ਬੈਠੇ ਹਨ। ਨਵੇਂ ਪਰਿਵਾਰਾਂ ਨੂੰ ਮੇਰੀ ਬੇਨਤੀ ਹੈ ਕਿ ਟੈਕਨੋਲੋਜੀ ਦੀਆਂ ਚੀਜ਼ਾਂ ਹੌਲੀ ਹੌਲੀ ਸਿੱਖੀ ਕਰੀਏ, ਚੈਟ ਕਰਨੀ ਸਿੱਖੀ ਚੱਲੀਏ। ਜਦੋਂ ਵੀ ਕੋਈ ਕੰਮ ਕਿਹਾ ਜਾਂਦਾ ਹੈ ਕਿਸ ਤਰ੍ਹਾਂ ਅਸੀਂ ਚੈਟ ਕਰਨਾ ਹੈ, ਤੇ ਆਪਣੇ ਆਪ ਨੂੰ ਮਿਊਟ ਰੱਖ ਕੇ ਕਿਵੇਂ ਸਾਰਾ ਪ੍ਰੋਗਰਾਮ ਅਸੀਂ ਸੁਣਨਾ ਹੈ। ਸੋ ਆਓ ਅਸੀਂ ਪਹਿਲਾਂ ਸਾਰੇ ਆਪਣੀਆਂ ਬਿਰਤੀਆਂ ਇਕਾਗਰ ਕਰੀਏ। ਲਖਮਨਪ੍ਰੀਤ ਕੌਰ ਜੀ ਦਾ ਪਰਿਵਾਰ, ਆਓ ਜੀ ਬੇਟਾ ਜੀ। ਲਖਮਨਪ੍ਰੀਤ, ਇਹ ਪਰਿਵਾਰ ਸਾਨੂੰ ਅੱਜ ਸਿਮਰਨ ਕਰਾਏਗਾ ਜੀ। ਆਓ ਅਸੀਂ ਸਾਰੇ ਮੁਸਕੁਰਾ ਕੇ, ਮਹਿਸੂਸ ਕਰਕੇ ਤੇ ਜੋ ਬੋਲ ਰਹੇ ਹਾਂ ਉਹਦਾ ਮਤਲਬ ਸਮਝ ਕੇ ਸਿਮਰਨ ਕਰੀਏ ਜੀ। ਕਰਾਓ ਬੇਟਾ ਜੀ ਸ਼ੁਰੂ। ਇੱਕ ਓਂਕਾਰ, ਇੱਕ ਓਂਕਾਰ, ਸਤਨਾਮ, ਸਤਨਾਮ, ਕਰਤਾ ਪੁਰਖ, ਕਰਤਾ ਪੁਰਖ, ਨਿਰਭਉ, ਨਿਰਭਉ, ਨਿਰਵੈਰ, ਅਕਾਲ ਪੁਰਖ, ਅਜੂਨੀ, ਅਜੂਨੀ, ਕਰਤਾ ਪੁਰਖ, ਨਿਰਭਉ, ਅਕਾਲ ਮੂਰਤ, ਅਜੂਨੀ, ਸੈਭੰ, ਗੁਰਪ੍ਰਸਾਦ, ਵਾਹਿਗੁਰੂ, ਵਾਹਿਗੁਰੂ ਜੀ ਕੀ ਫਤਿਹ। ਬੇਟੀ ਲਖਮਨਪ੍ਰੀਤ ਕੌਰ, ਇਹਨਾਂ ਨੇ ਸਾਨੂੰ ਸਿਮਰਨ ਨਾਲ ਜੋੜਿਆ ਹੈ। ਬੇਟੀ ਈ ਕੈਂਪ ਦੇ ਵਿੱਚ ਵੀ ਇਸ ਸੁਕ੍ਰਿਤ ਪਰਿਵਾਰ ਨਾਲ ਜੁੜੀ ਰਹੀ ਹੈ ਬੇਟੀ। ਔਰ ਆਓ ਅੱਜ ਅਸੀਂ ਜਪਜੀ ਜੈਮਸ ਪੰਜ ਪੌੜੀਆਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ, ਅਤੇ ਛੇਵੀਂ ਪੌੜੀ ਦੀ ਵਿਚਾਰ ਵੀਰ ਪਰਵਿੰਦਰ ਸਿੰਘ ਜੀ ਉਹ ਸਾਡੇ ਨਾਲ ਸ਼ੇਅਰ ਕਰਨਗੇ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕੋਸ਼ਿਸ਼ ਕਰੋ ਸਾਡੇ ਹੱਥ ਵਿੱਚ ਗੁਟਕਾ ਜਾਂ ਸਟੀਕ ਹੋਵੇ, ਔਰ ਸਾਡੇ ਕੋਲ ਕਾਪੀ ਪੈੱਨ ਹੋਵੇ। ਮੇਰੇ ਕੋਲ ਹਰ ਵੇਲੇ, ਮੈਂ ਪਹਿਲਾਂ ਵੀ ਦੱਸਿਆ ਸੀ, ਇਹ ਗੱਤਾ ਹੁੰਦਾ ਹੈ ਜੀ। ਮੇਰੇ ਹੁਣ ਤੱਕ ਲਗਭਗ 20 ਪੇਜ ਭਰ ਗਏ ਨੇ ਜੀ। ਆਹ ਦੇਖੋ ਜੀ, ਜਿਹੜਾ ਕੁਝ ਵੀ ਸਿਖਾਇਆ ਜਾਂਦਾ ਕੋਸ਼ਿਸ਼ ਕਰਦੇ ਹਾਂ ਉਹਨੂੰ ਕੈਚ ਕਰ ਲਈਏ। ਤਾਂ ਮੇਰੀ ਸਰਦਾਰਨੀ ਜੀ ਨੇ ਵੀ ਆਪਣੇ ਕੋਲ ਕਾਪੀ ਰੱਖਣੀ ਸ਼ੁਰੂ ਕਰਤੀ ਹੈ ਜੀ। ਮਾਤਾ ਜੀ ਵੀ ਆਪਣੇ ਕੋਲ ਗਿਆਨ ਗੋਲਕ ਰੱਖਦੇ ਨੇ ਜੀ। ਹਾਂਜੀ, ਆਪਾਂ ਸਾਰੇ ਜਣੇ ਕਾਪੀ ਪੈੱਨ ਕੋਲ ਰੱਖੀਏ। ਬਹੁਤ ਸਾਰੇ ਵਿਚਾਰ ਉਸ ਵੇਲੇ ਬੜੇ ਅੱਛੇ ਲੱਗਦੇ ਨੇ, ਪਰ ਅਸੀਂ ਨੋਟ ਨਹੀਂ ਕਰ ਪਾਉਂਦੇ ਤੇ ਫਿਰ ਅਸੀਂ ਸਾਨੂੰ ਵਿਸਰ ਜਾਂਦੇ ਨੇ। ਕਿਉਂ ਨਾ ਸਾਰੀਆਂ ਗੱਲਾਂ, ਸਾਰੇ ਬੁਲਾਰੇ ਬੜੀ ਮਿਹਨਤ ਨਾਲ ਤਿਆਰੀ ਕਰਕੇ ਆਉਂਦੇ ਨੇ, ਤੇ ਆਪਾਂ ਸਾਰਾ ਕੁਛ ਨੋਟ ਕਰੀਏ, ਸਾਰਾ ਕੁਛ ਕੈਚ ਕਰੀਏ ਜੀ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਆਓ
ਵੀਰ ਪਰਵਿੰਦਰ ਸਿੰਘ ਜੀ ਤੋਂ ਜਪਜੀ ਸਾਹਿਬ ਦੀ ਛੇਵੀਂ ਪੌੜੀ ਦੀ ਵਿਚਾਰ ਅਸੀਂ ਸਾਰੇ ਸਰਵਨ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰਾ ਆਨ ਦਿਨ ਸੱਚ ਸਲਾਹਣਾ ਆਨ ਦਿਨ ਸੱਚ ਸਲਾਹਣਾ ਧਨ ਧਨ ਵਡਭਾਗ ਹਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਸ਼ਬਦ ਦੀ ਵਿਚਾਰ ਪਿਛਲੇ ਕੁਛ ਦਿਨਾਂ ਤੋਂ ਕਰ ਰਹੇ ਹਾਂ ਤੇ ਸਮਝੀਏ ਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਬਹੁਤ ਵੱਡੇ ਭਾਗ ਜਿਨ੍ਹਾਂ ਦੇ ਹੁੰਦੇ ਹਨ ਉਹ ਸ਼ਬਦ ਨੂੰ ਗਾਉਂਦੇ ਸੁਣਦੇ ਵਿਚਾਰਦੇ ਹਨ। ਸੋ ਗੁਰੂ ਮਹਾਰਾਜ ਦੀ ਬਹੁਤ ਬਖਸ਼ਿਸ਼ਾਂ ਅਸੀਂ ਪ੍ਰਾਪਤ ਕਰ ਰਹੇ ਹਾਂ। ਆਓ ਅੱਜ ਅਸੀਂ ਅਗਲੀ ਪੌੜੀ ਦੀ ਵਿਚਾਰ ਕਰੀਏ। ਸੋ ਆਪਣੀਆਂ ਸੁਰਤੀਆਂ ਸ਼ਬਦ ਤੱਕ ਲੈ ਕੇ ਜਾਣੀਆਂ ਜੀ। ਸੋ ਆਓ ਅਸੀਂ ਪੌੜੀ ਨੂੰ ਪਹਿਲਾਂ ਪੜ੍ਹਾਂਗੇ, ਫਿਰ ਇਹਦੀ ਅਸੀਂ ਜਿੰਨੀ ਸੰਖੇਪ ਵਿਚਾਰ ਕਰ ਸਕੀਏ ਜ਼ਰੂਰ ਅੱਜ ਕਰਾਂਗੇ। ਵਾਹਿਗੁਰੂ ਜੀ ਤੀਰਥ ਨਾਵਾ ਜੇ ਤਿਸ ਭਾਵਾ ਬਿਣ ਭਾਣੇ ਕੇ ਨਾਇ ਕਰੀ ਜੇਤੀ ਸਿਰਠ ਉਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ। ਤੀਰਥ ਨਾਵਾ ਜੇ ਤਿਸ ਭਾਵਾ, ਸ੍ਰੀ ਜਪਜੀ ਸਾਹਿਬ ਦੀ ਜਦੋਂ ਆਰੰਭਤਾ ਹੁੰਦੀ ਹੈ ਗੁਰੂ ਨਾਨਕ ਮਹਾਰਾਜ ਪਹਿਲੀਆਂ ਪੰਕਤੀਆਂ ਵਿੱਚ ਇਹ ਬਖਸ਼ਿਸ਼ ਕਰਦੇ ਹਨ ਵੀ ਸੋਚੈ ਸੋਚ ਨਾ ਹੋਵੇ। ਪਹਿਲਾਂ ਸਮਿਆਂ ਵਿੱਚ ਤੀਰਥਾਂ ਉੱਤੇ ਜਾਣਾ ਬੜਾ ਪੁੰਨ ਕਰਮ ਸਮਝਿਆ ਜਾਂਦਾ ਸੀ। ਆਪਣੇ ਪਾਪ ਕੱਟਣ ਵਾਸਤੇ ਤੀਰਥਾਂ ਤੇ ਜਾਓ, ਨਹਾਓ ਤੇ ਕਰਮ ਕਾਂਡ ਦੇ ਤੌਰ ਤੇ ਇਹ ਇੱਕ ਤੀਰਥ ਸੀ। ਗੁਰੂ ਮਹਾਰਾਜ ਨੇ ਆਪਣੀ ਬਾਣੀ ਵਿੱਚ ਥਾਂ ਥਾਂ ਤੇ ਇਸ ਚੀਜ਼ ਨੂੰ, ਪਰ ਇਹ ਬੜੀ ਇੱਕ ਸਰਜਕ ਗੁਰੂ ਮਹਾਰਾਜ ਦੀ ਇਹ ਵਿਧ ਹੈ ਵੀ ਜਦੋਂ ਕਿਸੇ ਨੂੰ ਜੋੜਦੇ ਹਨ ਉਹਨੂੰ ਖੰਡਣ ਦਾ ਖੰਡਣ ਕਰਨ ਦਾ ਤਰੀਕਾ ਵੀ ਮਹਾਰਾਜ ਦਾ ਨਵਾਂ ਹੈ ਵੀ ਉਹਨੂੰ ਇੱਕ ਨਵਾਂ ਰੂਪ ਦਿੰਦੇ ਹਨ। ਮਹਾਰਾਜ ਕਹਿੰਦੇ ਹਨ ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਇੱਥੇ ਕਹਿੰਦੇ ਹਨ ਤੀਰਥ ਨਾਵਾ ਜੇ ਤਿਸ ਭਾਵ, ਮੈਂ ਤੀਰਥਾਂ ਤੇ ਤਾਂ ਜਾਵਾਂ ਜੇ ਇਹ ਉਸ ਅਕਾਲ ਪੁਰਖ ਨੂੰ ਚੰਗਾ ਲੱਗੇ, ਉਹਨੂੰ ਭਾਉਂਦਾ ਹੋ। ਪਿਣ ਭਾਣੇ ਕੇ ਨਾਏ ਕਰੀ, ਜੇ ਉਸ ਪਰਮਾਤਮਾ ਨੂੰ ਇਹ ਚੰਗਾ ਹੀ ਨਹੀਂ ਲੱਗਦਾ, ਜੇ ਉਹਦੇ ਨਾਲ ਉਹਦੀ ਮੈਨੂੰ ਤੀਰਥ ਨਾਵਣ ਨਾਲ ਉਹਦੀ ਮੈਨੂੰ ਖੁਸ਼ੀ ਹੀ ਨਹੀਂ ਮਿਲਣੀ ਤੇ ਫਿਰ ਮੇਰੇ ਤੀਰਥ ਜਾਏ ਦਾ ਕੀ ਲਾਭ ਹੋਇਆ। ਗੁਰੂ ਮਹਾਰਾਜ ਕਹਿੰਦੇ ਹਨ ਤੀਰਥ ਜਾਣਾ ਤੇ ਇੱਕ ਤੀਰਥ ਹੈ ਜਿੱਥੇ ਅਸੀਂ ਜਾ ਸਕਦੇ, ਉਹ ਤੀਰਥ ਹੈ ਨਾਮ ਦਾ ਤੀਰਥ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ। ਸੋ ਗੁਰੂ ਮਹਾਰਾਜ ਕਹਿੰਦੇ ਜੇ ਤੀਰਥ, ਜੇ ਬਾਹਰੀ ਤੀਰਥ ਜਿਹੜਾ ਜਾਣਾ ਉਸ ਪਰਮਾਤਮਾ ਦਾ ਇੱਕ ਕਰਮ ਬਣ ਕੇ ਰਹਿ ਜਾਣਾ, ਜੇ ਉਹਦੇ ਵਿੱਚ ਖੁਸ਼ੀ ਨਹੀਂ ਮਿਲਣੀ ਮੈਨੂੰ, ਉਹਦੀ ਨਹੀਂ ਮਿਲਣੀ, ਤਾਂ ਮੈਨੂੰ ਉਸ ਤੀਰਥ ਨਾਏ ਦਾ ਕੋਈ ਲਾਭ ਨਹੀਂ। ਜੇਤੀ ਸਿਰਠ ਉਪਾਈ ਵੇਖਾ ਬਿਣ ਕਰਮਾ ਕੇ ਮਿਲਾ। ਗੁਰੂ ਮਹਾਰਾਜ ਇਹ ਜਿਹੜਾ ਸ਼ਬਦ ਜੇਤੀ ਲਿਖਿਆ ਨਾ ਜੀ ਸਾਧ ਸੰਗਤ ਜੀ, ਇਹਦੇ ਉੱਤੇ ਥੋੜਾ ਜਿਹਾ ਅਸੀਂ ਹੋਰ ਇਹਨੂੰ ਅਸੀਂ ਆਪਣੇ ਧਿਆਨ ਵਿੱਚ ਲਾਈਏ। ਜੇਤੀ, ਹੁਣ ਅਸੀਂ ਜਦੋਂ ਜੇਤੀ ਕਹਿੰਦੇ ਹਾਂ ਸਾਡੇ ਜੇਤੀ ਕਹਿਣ ਦੇ ਵਿੱਚ ਕਿੰਨਾ ਕੁ ਪਸਾਰਾ ਸਾਡੇ ਉਹਦੇ ਵਿੱਚ ਅਸੀਂ ਕਵਰ ਕਰਦੇ ਹਾਂ, ਪਰ ਗੁਰੂ ਨਾਨਕ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਜਦੋਂ ਜੇਤੀ ਲਿਖਦੇ ਨੇ ਜਾਂ ਜੇਤੀ ਬਾਣੀ ਵਿੱਚ ਦਰਜ ਕੀਤਾ, ਮਹਾਰਾਜ ਨੇ ਉਹਦੇ ਸਾਰੇ ਖੰਡਾਂ ਬ੍ਰਹਿਮੰਡਾਂ ਦੀ ਲੁਕਾਈ ਦੀ ਗੱਲ ਕੀਤੀ। ਜੇਤੀ ਸਿਰਠ ਉਪਾਈ ਵੇਖਾ, ਭਾਵ ਜਿੰਨੀ ਵੀ ਸ੍ਰਿਸ਼ਟੀ ਦੇ ਵਿੱਚ ਜੋ ਮੈਂ ਤੇਰਾ ਪਸਾਰਾ ਦੇਖ ਰਿਹਾ ਉਹਦੇ ਵਿੱਚ ਬਿਣ ਕਰਮਾ ਕੇ ਮਿਲਾ ਲਈ, ਭਾਵ ਤੇਰੀ ਬਖਸ਼ਿਸ਼ ਤੋਂ ਬਿਨਾਂ ਤੇਰੇ ਕਰਮ ਤੋਂ ਬਿਨਾਂ ਕਿਸੇ ਨੇ ਕੋਈ ਵੀ ਚੀਜ਼ ਪ੍ਰਾਪਤ ਨਹੀਂ, ਭਾਵ
ਸਾਰਾ ਕੁਛ ਸਾਰਿਆਂ ਦਾ ਤੂੰ ਹੀ ਦਿੱਕਦਾਤਾ ਹੈ, ਸਾਰਿਆਂ ਨੂੰ ਰਿਜਕ ਦੇਣ ਵਾਲਾ, ਸੰਭਾਲਣ ਵਾਲਾ, ਚਲਾਉਣ ਵਾਲਾ, ਹੁਕਮ ਚਲਾਉਣ ਵਾਲਾ ਤੂੰ ਆਪ ਹੈ। ਜੇਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਤੇ ਮਿਲੈ ਲਈ। ਅੱਗੇ ਮਹਾਰਾਜ ਫਰਮਾਉਂਦੇ ਹਨ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਤ ਵਿੱਚ ਭਾਵ ਸਾਡੇ ਮਨ ਵਿੱਚ, ਉਦੋਂ ਅਸੀਂ ਜਦੋਂ ਪਰਮਾਤਮਾ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਉਹਦੇ ਸ਼ਬਦ ਤੋਂ ਕੁਛ ਸਿੱਖਿਆ ਲੈਂਦੇ ਹਾਂ, ਲਾਹਾ ਲੈਂਦੇ ਹਾਂ, ਸਾਡੇ ਅੰਦਰ ਸਾਡੀ ਮਤ ਵਿੱਚ ਬੜੇ ਹੀ ਹੀਰੇ ਰਤਨ ਜਵਾਹਰ ਮਾਣਿਕ ਗੁਣ ਜਿਹੜੇ ਆ ਉਹ ਪੈਦਾ ਹੋ ਜਾਂਦੇ ਹਨ, ਜਿਹਦੇ ਨਾਲ ਅਸੀਂ ਉਸ ਅਕਾਲ ਪੁਰਖ ਨਾਲ ਜੁੜਦੇ ਹਾਂ, ਉਹਦੀ ਸਿਫਤ ਨਾਲ ਜੁੜਦੇ ਹਾਂ। ਤੇ ਇਹੀ ਨਾਮ ਧੰਨ ਦਾ ਨਾਮ ਦਿੱਤਾ ਮਹਾਰਾਜ ਨੇ, ਕਿਉਂਕਿ ਉਸ ਮਤ ਵਿੱਚ ਉਸ ਪਰਮਾਤਮਾ ਦੇ ਸ਼ਬਦ ਨਾਲ ਜੁੜਿਆ ਸਾਡੀ ਘਾੜਤ ਹੁੰਦੀ ਹੈ ਮਤ ਦੀ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿਧਾ ਕੇ ਸੁਰ। ਮਤ ਵਿੱਚ ਇਹੋ ਜਿਹੇ ਰਤਨ ਜਿਹੜੇ ਇੱਕ ਦੁਨਿਆਵੀ ਧਨ ਹੈ, ਜਿੱਥੇ ਅਸੀਂ ਹੀਰੇ ਜਵਾਹਰਾਤ ਮੰਨਦੇ ਹਾਂ, ਪਰ ਮਹਾਰਾਜ ਉਹਨੂੰ ਬਾਣੀ ਵਿੱਚ ਕਾਚਾ ਧਨ ਕਰਕੇ ਦਰਜ ਕਰਦੇ। ਕਾਚਾ ਧਨ ਸੰਚਾ ਹੈ ਮੂਰਖ ਗਵਾ। ਜਿੱਦਾਂ ਤੀਰਥਾਂ ਦੀ ਗੱਲ ਕੀਤੀ ਸੀ ਵੀ ਬਾਹਰੀ ਤੀਰਥ ਦਾ ਕੋਈ ਲਾਭ ਨਹੀਂ, ਅੰਦਰ ਦੇ ਤੀਰਥ ਦਾ ਤੁਸੀਂ ਇਸ਼ਨਾਨ ਕਰੋ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹੈ ਵੀ ਤੁਸੀਂ ਨਾਮ ਧਨ ਦੁਨਿਆਵੀ ਧਨ ਜਿਨਕੈ ਪੱਲੈ ਧਨ ਵਸੈ, ਤਿਨਕਾ ਨਾਉ ਫਕੀਰ ਜਿਨਕੈ ਹਿਰਦੈ ਤੂੰ ਵਸੈ ਤੇ ਨਾਲ ਗੁਣੀ ਕਹੀ। ਮਹਾਰਾਜ ਸਾਨੂੰ ਗੁਣਾਂ ਨੂੰ ਆਪਣੀ ਮੱਤ ਵਿੱਚ ਜਦੋਂ ਅਸੀਂ ਉਸ ਅਕਾਲ ਪੁਰਖ ਤੋਂ ਪ੍ਰਾਪਤ ਕਰਦੇ ਹਾਂ, ਇਹ ਰਤਨ ਜਵਾਹਰ ਮਾਣਿਕ ਕਹਿੰਦੇ ਹਨ, ਤੇ ਇਹਨੂੰ ਹੀ ਮਹਾਰਾਜ ਨੇ ਨਾਮ ਧਨ ਦਿੱਤਾ ਹੈ। ਪਰ ਇਹ ਹੋਏਗਾ ਕਦੋਂ ਜੀ? ਜੇ ਇੱਕ ਗੁਰਖੀ ਸਿੱਖ ਸੁਣ, ਜੇ ਇੱਕ ਗੁਰਖੀ ਸਿੱਖ ਇੱਕ ਸਿੱਖਿਆ ਵੀ ਅਸੀਂ ਨਿਤਨੇਮ ਦੇ ਵਿੱਚੋਂ, ਸਹਿਜ ਪਾਠ ਦੇ ਵਿੱਚੋਂ ਬਾਣੀ ਪੜ੍ਹਦੇ ਹਾਂ, ਜਦੋਂ ਵੀ ਅਸੀਂ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਜੇ ਇੱਕ ਅੱਖਰ ਦੀ ਵਿਚਾਰ ਵੀ ਜੇ ਸਾਡੇ ਮਨ ਵਿੱਚ ਵਸ ਜਾਵੇ, ਤਾਂ ਸਾਡਾ ਸਮਝ ਲਈਏ ਸਾਡੀ ਜਿਹੜੀ ਸਾਰੀ ਖੇਡ, ਜੋ ਸਾਰਾ ਬਾਣੀ ਦਾ ਜ਼ੋਰ ਹੈ, ਅਸੀਂ ਉੱਥੇ ਪਹੁੰਚ ਜਾਵਾਂਗੇ। ਮਹਾਰਾਜ ਬਾਣੀ ਵਿੱਚ ਵੀ ਦਰਜ ਕਰਦੇ ਹਨ ਵੀ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ, ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ ਗਨੀ ਨਾਥ। ਅਸੀਂ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਇਹ ਜ਼ਰੂਰ ਧਿਆਨ ਰੱਖੀਏ, ਇਹ ਅਸਲ ਵਿੱਚ ਖੇਡ ਹੈ ਵੀ ਸਾਡਾ ਸੁਰਤ ਜਿਹੜੀ ਹੈ, ਬਾਣੀ ਪੜ੍ਹਦੇ ਹਾਂ, ਮਨ ਦਹਿ ਜਿਸ ਚੱਲ ਚੱਲ ਭਰਮ ਦਾ ਦਸਾਂ ਦਿਸ਼ਾਵਾਂ ਵਿੱਚ ਭਰਦਾ, ਪਰ ਜੇ ਅਸੀਂ ਇੱਕ ਅੱਖਰ ਤੇ ਵੀ ਉਹਦਾ ਸਾਡਾ ਸੁਰਤ ਜੋੜ ਲਈਏ, ਸਾਨੂੰ ਉਹਦੀ ਸਮਝ ਪੈ ਜਾਵੇ, ਤੇ ਸਾਡਾ ਲਾਹਾ ਜਿਹੜਾ ਉਹ ਸਾਡਾ ਮਨ ਨਿਰਮਲ ਕਰ ਦੇਗਾ ਤੇ ਅਸੀਂ ਉਸ ਅਕਾਲ ਪੁਰਖ ਦੇ ਨੇੜੇ ਹੋ ਜਾਵਾਂ। ਸੋ ਮਹਾਰਾਜ ਅੱਗੇ ਫਰਮਾਉਂਦੇ ਹਨ, ਅਰਦਾਸ ਰੂਪ ਦੇ ਵਿੱਚ ਇਹ ਪੰਕਤੀਆਂ ਉਚਾਰੀਆਂ ਹਨ ਮਹਾਰਾਜ ਨੇ, ਪਹਿਲਾਂ ਵੀ ਅਸੀਂ ਕੱਲ ਉਚਾਰਿਆ ਸੀ, ਬੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤਾਂ ਤੇ ਇਹ ਸਤਿਗੁਰੂ ਆਪ ਜੀ ਅੱਗੇ ਅਰਦਾਸ ਹੈ, ਸਾਡੀ ਅਰਦਾਸ ਅਸੀਂ ਜਦੋਂ ਕਰਦੇ ਹਾਂ, ਅਸੀਂ ਵੀ ਇਹ ਅਰਦਾਸ ਕਰੀਏ। ਅਸੀਂ ਹਰ ਰੋਜ਼ ਆਪਣੇ ਦੁਨਿਆਵੀ ਰਿਸ਼ਤਿਆਂ ਨੂੰ ਸੰਬੋਧਨ ਕਰਕੇ ਬੁਲਾਉਂਦੇ ਹਾਂ, ਇਹ ਮੇਰੇ ਭਰਾ ਜੀ, ਇਹ ਮੇਰੇ ਪਿਤਾ ਜੀ, ਇਹ ਮੇਰੇ ਮਾਤਾ ਜੀ, ਪਰ ਅਸੀਂ ਵਿਚਾਰੀਏ ਜਿਹੜੇ ਗੁਰਮੁਖ ਹਨ ਉਹ ਗੁਰੂ ਨੂੰ ਅਕਾਲ ਪੁਰਖ ਨੂੰ ਗੱਲਬਾਤ ਕਰਦੇ ਹਨ। ਇੱਥੇ ਵੀ ਮਹਾਰਾਜ ਜਿਹੜੀ ਹੈ ਸਾਨੂੰ ਉਹ ਢੰਗ ਤਰੀਕਾ ਦੱਸ ਰਹੇ ਹਨ ਜਿਹਦੇ ਨਾਲ ਅਸੀਂ ਬੇਨਤੀਆਂ ਅਰਦਾਸਾਂ ਕਰਨੀਆਂ ਹਨ ਵੀ ਹੇ ਸਤਿਗੁਰੂ ਜੀ, ਸੰਬੋਧਨ ਕਰਨਾ ਹੈ ਮਹਾਰਾਜ, ਅਸੀਂ ਆਪਣੇ ਮਨ ਨੂੰ, ਮਨ ਸੰਬੋਧਨ ਕਰ ਰਿਹਾ ਉਸ ਗੁਰੂ ਨੂੰ, ਰਸਨਾ ਰਾਹੀਂ ਮਨ ਸੰਬੋਧਨ ਕਰ ਰਿਹਾ ਹੈ ਆਪਣੇ ਗੁਰੂ ਨੂੰ। ਬੁਰਾ ਇੱਕ ਦੇਹ ਬੁਝਾਈ, ਮੈਨੂੰ ਇਹੋ ਜਿਹੀ ਸਮਝ ਦਿਓ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਭਾਵ ਸਾਰੇ ਜੀਵਾਂ ਦਾ, ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ, ਸਾਰੀ ਸ੍ਰਿਸ਼ਟੀ ਵਿੱਚ ਜਿੰਨੇ ਜੀਵ ਹਨ, ਸਭਨਾ ਜੀਆਂ ਕਾ ਇੱਕ ਦਾਤਾ, ਇੱਕ ਤੂੰ ਹੀ ਉਹਨਾਂ ਦਾ ਦਾਤਾ ਹੈ, ਬਾਕੀ ਸਭ ਮੰਗਤੇ ਹਨ।
ਇੱਕ ਦਾਤਾ ਸਭ ਮੰਗਤੇ, ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ। ਮਹਾਰਾਜ ਬਾਣੀ ਵਿੱਚ ਕਹਿੰਦੇ ਇੱਕ ਦੁਨਿਆਵੀ ਦਾਤੇ ਹਨ, ਉਹਨਾਂ ਦਾ ਦਾਤਾ ਵੀ ਉਹ ਪਰਮਾਤਮਾ ਅਕਾਲ ਪੁਰਖ ਹੀ ਹੈ। ਸੋ ਸਾਰੀ ਲੁਕਾਈ ਦਾ ਇੱਕ ਹੀ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰੀ ਬਾਣੀ ਦੇ ਵਿੱਚ ਇੱਕੋ ਹੀ ਜ਼ੋਰ ਹੈ ਵੀ ਉਹ ਪਰਮਾਤਮਾ ਕਿਤੇ ਕਿੰਨ ਪਲ ਵੀ ਨਿਮਕ ਨਿਮਕ ਵੀ ਸਾਡੇ ਤੋਂ ਵਿਸਰ ਨਾ ਜਾਵੇ, ਸਾਡਾ ਮਨ ਜਿਹੜਾ ਉਸ ਤੋਂ ਵਿਛੋੜਾ ਨਾ ਖਾ ਜਾਵੇ, ਅਸੀਂ ਉਹਦੇ ਨਾਲ ਜੁੜਨਾ ਹੈ। ਕਿਉਂਕਿ ਜਦੋਂ ਮਨ ਵਿੱਚ ਪਰਮਾਤਮਾ ਵਿਸਰੇਗਾ ਫਿਰ ਤੂੰ ਵਿਸਰੈ ਤਾਂ ਸਭ ਕੋ ਲਾਗੂ। ਕੱਲ ਅਸੀਂ ਵਿਕਾਰਾਂ ਦੀ ਗੱਲ ਕੀਤੀ ਸੀ, ਫਿਰ ਉਹ ਵਿਕਾਰ ਜਿਹੜੇ ਹੈ ਉਹ ਸਾਡੇ ਤੇ ਭਾਰੂ ਹੋਣਗੇ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੈ ਤਾਂ ਸੇਵਾ। ਜਦੋਂ ਚਿੱਤ ਆਏਗਾ ਫਿਰ ਅਸੀਂ ਉਹਦੇ ਨਾਲ ਜੁੜਾਂਗੇ। ਜਾਂ ਹਰ ਵਿਸਰਤ ਸਦਾ ਖੁਆਰੀ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਬਹੁਤ ਫੁਰਮਾਨ ਗੁਰਬਾਣੀ ਵਿੱਚ ਬਿਆਨ ਕਰਦੇ ਹਨ ਪਰਮਾਤਮਾ ਜਦੋਂ ਵਿਸਰਦਾ ਹੈ ਤੇ ਸਾਡੀ ਕਿਸ ਤਰ੍ਹਾਂ ਖੁਆਰੀ ਹੁੰਦੀ ਹੈ। ਜਦੋਂ ਚੇਤੇ ਆਉਂਦਾ ਹੈ ਤੇ ਸਾਨੂੰ ਵਡਿਆਈਆਂ, ਸਾਨੂੰ ਨਾਮ ਦੀ ਸਿਫਤ ਸਲਾਹ ਮਿਲਦੀ ਹੈ, ਸਾਡੇ ਜੀਵਨ ਦਾ ਮਨੋਰਥ ਮਿਲਦਾ ਹੈ। ਸੋ ਸਾਰੀ ਪੌੜੀ ਦਾ ਨਿਚੋੜ ਅਸੀਂ ਇਹ ਲਈਏ ਜੀ ਵੀ ਪਰਮਾਤਮਾ ਅੱਗੇ ਅਸੀਂ ਅਰਦਾਸ ਕਰੀਏ ਵੀ ਕਿਤੇ ਵੀ ਉਹ ਪਰਮਾਤਮਾ ਕਿਸੇ ਵੀ ਕਾਰਨ ਸਾਡੇ ਮਨ ਵਿੱਚੋਂ ਵਿਸਰੇ ਨਾ, ਕਿਉਂਕਿ ਉਹੀ ਪਰਮਾਤਮਾ ਸਾਰੇ ਸੰਸਾਰ ਨੂੰ, ਸਾਨੂੰ ਆਪ, ਸਾਨੂੰ ਸਾਰੀ ਲੁਕਾਈ ਨੂੰ ਚਲਾਉਣ ਵਾਲਾ ਹੈ। ਅਸੀਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਪੁੱਛ ਰਹੇ ਹਾਂ, ਸਾਨੂੰ ਪਰਮਾਤਮਾ ਕਿਤੇ ਵਿਸਰ ਨਾ ਜਾਵੇ। ਸੋ ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਪਰਵਿੰਦਰ ਸਿੰਘ ਜੀ ਦਾ। ਮੈਂ ਸੋਚ ਰਿਹਾ ਸੀ ਚਾਰ ਹਾਈਲਾਈਟਸ ਨੇ ਇਸ ਪੌੜੀ ਦੀਆਂ। ਪਹਿਲੀ ਗੱਲ, ਤੀਰਥ ਤੇ ਤਾਂ ਜਾਈਏ ਜੇ ਪਰਮਾਤਮਾ ਨੂੰ ਚੰਗਾ ਲੱਗਦਾ ਹੋਵੇ। ਪਰ ਸਾਨੂੰ ਪਤਾ ਵੀ ਪਰਮਾਤਮਾ ਕਹਿੰਦਾ ਵੀ ਤੀਰਥਾਂ ਦੇ ਨਾਲ ਨਾਲ ਕੁਝ ਨਹੀਂ ਬਣਨਾ। ਸੋ 68 ਤੀਰਥ ਹੋਣ, ਭਾਵੇਂ ਸਾਡੇ ਅੱਜ ਦੇ ਬਣਾਏ ਹੋਏ ਤੀਰਥ ਹੋਣ, ਉੱਥੇ ਜਾਣ ਨਾਲ ਕੁਝ ਨਹੀਂ ਬਣਨਾ। ਹਾਂ, ਇਤਿਹਾਸਕ ਗੁਰਦੁਆਰਿਆਂ ਵਿੱਚ ਜਾਣਾ, ਇਤਿਹਾਸਕ ਸਥਾਨਾਂ ਤੇ ਜਾ ਕੇ ਆਪਣੇ ਵਿਰਸੇ ਨਾਲ ਜੁੜਨਾ, ਉਸ ਸੋਚ ਨਾਲ ਜੁੜਨਾ ਠੀਕ ਹੈ। ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਜੀ ਨੇ ਬੜੀ ਪਿਆਰੀ ਗੱਲ ਲਿਖੀ ਹੈ ਕਿ ਪਾਣੀ ਨਾਲ ਸਵੱਛਤਾ ਆ ਸਕਦੀ ਹੈ ਪਰ ਪਵਿੱਤਰਤਾ ਨਹੀਂ ਆ ਸਕਦੀ। ਪਵਿੱਤਰਤਾ ਬਾਣੀ ਨਾਲ ਆਣੀ ਹੈ, ਜਦੋਂ ਮਨ ਸਾਡਾ ਸਾਫ ਹੋਏਗਾ। ਦੂਸਰੀ ਹਾਈਲਾਈਟ ਹੈ ਕਿ ਸ੍ਰਿਸ਼ਟੀ ਵਿੱਚ ਬੜਾ ਕੁਝ ਹੈ ਪਰ ਮੈਨੂੰ ਬਖਸ਼ਿਸ਼ ਨਾਲ ਹੀ ਮਿਲ ਸਕਦਾ ਹੈ, ਸਾਰਾ ਕੁਝ ਮੈਨੂੰ ਨਹੀਂ ਮਿਲ ਸਕਦਾ। ਜਿੰਨੀ ਬਖਸ਼ਿਸ਼ ਹੋਏਗੀ ਵਿਣ ਕਰਮਾ ਇਹ ਮਿਲੇਗੀ। ਤੀਸਰੀ ਗੱਲ, ਜੇ ਅਸੀਂ ਗੁਰੂ ਦੀ ਇੱਕ ਵੀ ਸਿੱਖਿਆ ਸੁਣ ਲਈਏ ਤੇ ਸਾਡੇ ਸੋਚ ਦੇ ਵਿੱਚ ਰਤਨ ਪੈਦਾ ਹੋ ਜਾਂਦੇ ਨੇ। ਮੈਂ ਇੱਕ ਬੇਨਤੀ ਕਰਾਂਗਾ, ਮੇਰੇ ਮਨ ਚ ਪੁਰਨਾ ਆਇਆ, ਇਹ ਤੀਸਰਾ ਜਿਹੜਾ ਅਸੀਂ ਟੇਕ ਅਵੇ ਜਿਹੜਾ ਸਾਰ ਲੈ ਰਹੇ ਹਾਂ ਕਿ ਕਿਹੜੇ ਰਤਨ ਜਵਾਹਰ ਮਾਣਿਕ ਨੇ ਜੀ ਮੱਤ ਵਿੱਚ ਜਿਹੜੇ ਪੈਦਾ ਹੁੰਦੇ ਨੇ, ਇਹ ਨੇ ਗੁਣਾ ਰੂਪੀ। ਚਲੋ ਜੀ ਲਿਸਟ ਕਰੋ, ਦੇਖਦੇ ਹਾਂ ਕੌਣ ਕਿੰਨੇ ਕਿਹੜੇ ਕਿਹੜੇ ਗੁਣ ਲਿਖ ਸਕਦਾ ਹੈ ਜੀ। ਕਿਹੜੇ ਕਿਹੜੇ ਗੁਣ ਸਾਡੇ ਮੱਤ ਵਿੱਚ ਪੈਦਾ ਹੋ ਜਾਣਗੇ ਜੀ ਫਟਾਫਟ। ਮੈਂ ਸ਼ੁਰੂ ਕਰਦੇ ਹਾਂ ਜੀ, ਨਹੀਂ ਹਾਲੇ ਸ਼ੁਰੂ ਹੋਇਆ ਜੀ, ਇਹ ਹੋ ਗਿਆ ਜੀ ਸ਼ੁਰੂ ਚੈਟਿੰਗ ਦੇ ਵਿੱਚ। ਹਾਂਜੀ, ਕਿਹੜੇ ਕਿਹੜੇ ਗੁਣ ਨੇ ਜੀ? ਥੱਲੇ ਚਲੀ ਗਈ ਸਾਰੀ। ਹਾਂਜੀ, ਸ਼ਬਦ ਵਿਚਾਰ, ਸੱਚਿਆ ਹੋਣਾ, ਨਿਮਰਤਾ ਹੋਣੀ, ਖਿਮਾ ਹੋਣਾ, ਬਹੁਤ ਅੱਛਾ ਜੀ। ਸਤ ਸੰਤੋਖ ਹੋਣੀ, ਦਇਆ ਹੋਣੀ, ਸਹਿਜ ਹੋਣੀ, ਪਿਆਰ ਹੋਣਾ, ਬਹੁਤ ਅੱਛਾ ਜੀ। ਸਾਊਂਡ ਪ੍ਰੋਬਲਮ ਹੋਣੀ, ਵਾਹਿਗੁਰੂ। ਸਬਰ ਹੋਣਾ, ਦਇਆ, ਸ਼ਾਂਤੀ, ਚੰਗੇ ਵਿਚਾਰ, ਨਿਮਰਤਾ, ਚਲੋ ਜੀ, ਧੀਰਜ, ਖਿਮਾ, ਦਇਆ, ਬਹੁਤ ਵਧੀਆ। ਮੇਰੀ ਬੇਨਤੀ ਹੈ ਜੀ, ਅੱਜ ਦਾ ਹੋਮਵਰਕ ਇਹ ਹੈ ਜੀ ਕਿ ਆਪ ਜੀ ਨੇ ਗੁਣਾਂ ਦੀ ਲਿਸਟ ਬਣਾ ਕੇ ਭੇਜਣੀ ਹੈ। ਤੇ ਅੱਜ ਦੇ ਹੋਮਵਰਕ ਦੀ ਅਸੀਂ ਸੀਮਾ ਵੀ ਨਿਰਧਾਰਿਤ ਕਰ ਦਿੱਤੀ ਕਿ ਸ਼ਾਮੀ 5 ਵਜੇ ਤੱਕ ਤੁਸੀਂ ਇਹ ਹੋਮਵਰਕ ਭੇਜਣਾ ਹੈ ਜੀ। ਤੇ ਭੇਜਣਾ ਕਿਵੇਂ ਹੈ, ਇੱਕ ਪੇਪਰ ਦੇ ਉੱਤੇ ਸਾਰੇ ਗੁਣਾਂ ਦੀ ਲਿਸਟ ਲਿਖਣੀ ਹੈ ਤੇ ਨੰਬਰ ਵੀ ਪਾਉਣੇ ਨੇ, 1 ਨੰਬਰ 2 ਨੰਬਰ 3 ਨੰਬਰ। ਜਿਹੜੇ ਇੱਥੇ ਆ ਗਏ ਉਹ ਵੀ ਤੁਸੀਂ ਲੈ ਸਕਦੇ ਹੋ ਇਸ ਤੋਂ ਬਿਨਾਂ ਵੀ। ਔਰ ਥੱਲੇ ਆਪਣਾ ਨਾਮ ਜ਼ਰੂਰ ਲਿਖਣਾ ਹੈ, ਨਾਮ ਤੇ ਜਗ੍ਹਾ, ਤਾਂ ਫੋਟੋ ਭੇਜਣੀ ਹੈ। ਬਹੁਤ ਸਾਰੇ ਬੱਚੇ ਫੋਟੋ ਸਾਨੂੰ ਭੇਜਦੇ ਨੇ ਲਿਖ ਕੇ ਖਿੱਚ ਕੇ ਪਰ ਆਪਣਾ ਨਾਮ ਨਹੀਂ ਲਿਖਦੇ। ਜਦੋਂ ਸਾਰੀਆਂ ਇਕੱਠੀਆਂ ਹੁੰਦੀਆਂ ਨੇ ਫਿਰ ਉਹ ਨਾਮ ਭੁੱਲ ਜਾਂਦਾ ਵੀ ਕਿਹੜੇ ਫੋਨ ਤੋਂ ਆਈ ਹੈ। ਸੋ ਆਪਣਾ ਨਾਮ ਜ਼ਰੂਰ ਲਿਖਣਾ ਹੈ ਤੇ ਗੁਣਾਂ ਦੀ ਲਿਸਟ ਭੇਜਣੀ ਹੈ। ਤੇ ਭੇਜਣੀ ਕਿਹੜੇ ਨੰਬਰ ਤੇ ਹੈ ਜੀ, ਜੇ ਕਿਸੇ ਨੂੰ ਯਾਦ ਹੈ ਤੇ ਹੋਮਵਰਕ ਦਾ ਨੰਬਰ ਅਸੀਂ ਦੱਸਿਆ ਸੀਗਾ। ਹਾਂਜੀ,
ਮੇਰੇ ਖਿਆਲ 9814611164 ਜੀ ਮਨਪ੍ਰੀਤ ਕੌਰ ਜੀ ਦਾ ਨੰਬਰ। ਰਵਿੰਦਰ ਜੀ ਦੇਖ ਰਹੇ ਹੋ ਤੇ ਲਿਖ ਦਿਓ ਜੀ ਨੰਬਰ ਇਹ ਵਾਲਾ ਜੇ ਠੀਕ ਬੋਲਿਆ ਮੈਂ ਤੇ। ਵਾਹਿਗੁਰੂ ਜੀ ਵਾਹਿਗੁਰੂ ਜੀ। ਹਾਂਜੀ ਆ ਗਏ ਨੇ ਜੀ ਵਾਹਿਗੁਰੂ ਜੀ ਬਿਲਕੁਲ ਆ ਗਿਆ ਜੀ ਨੰਬਰ ਬਿਲਕੁਲ ਠੀਕ ਹੈ ਮੇਰੀ ਯਾਦਾਸ਼ਤ ਠੀਕ ਹੈ ਜੀ। ਦੁਬਾਰਾ ਬੋਲੋ ਜੀ ਲਿਖਿਆ ਆ ਗਿਆ ਜੀ 9814611164 ਡਾਕਟਰ ਮਨਪ੍ਰੀਤ ਕੌਰ ਜੀ ਦਾ ਇਹ ਨੰਬਰ ਹੈ। ਇਸ ਨੰਬਰ ਤੇ ਅੱਜ ਸਾਰਿਆਂ ਨੇ 5 ਵਜੇ ਤੱਕ ਇਹ ਹੋਮਵਰਕ ਭੇਜਣਾ ਹੈ ਗੁਣਾਂ ਦੀ ਸੂਚੀ। ਯਾਨੀ ਜਦੋਂ ਅਸੀਂ ਗੁਰੂ ਦੀ ਸਿੱਖਿਆ ਸੁਣਾਂਗੇ ਸਾਡੇ ਅੰਦਰ ਇਹ ਇਹ ਗੁਣ ਪੈਦਾ ਹੋਣਗੇ। ਕਿਸੇ ਨੇ ਬੜਾ ਪਿਆਰਾ ਲਿਖਿਆ ਮੈਂ ਕੁਛ ਚੈਟਸ ਮਿਸ ਕਰ ਗਿਆ ਸੀ ਕਿ ਬਜ਼ੁਰਗਾਂ ਦੀ ਸੇਵਾ ਕਰਨੀ ਵੀ ਤੀਰਥ ਤੇ ਜਾਣਾ ਹੈ। ਵਾਹ ਜੀ ਵਾਹ ਵੀ ਘਰ ਅਸੀਂ ਬਜ਼ੁਰਗਾਂ ਦੀ ਸੇਵਾ ਨਾ ਕਰੀਏ ਕਹੀ ਅਸੀਂ ਗੁਰਦੁਆਰੇ ਚੱਲੇ ਹਾਂ। ਨਾ ਨਾ ਭਾਈ ਐਸਾ ਤੀਰਥ ਬਿਲਕੁਲ ਪ੍ਰਵਾਨ ਨਹੀਂ। ਪਰ ਇੱਕ ਮੇਰਾ ਹੋਰ ਸਵਾਲ ਹੈ ਜੀ ਮਾਪਿਆਂ ਦੀ ਸੇਵਾ ਬਿਲਕੁਲ ਜੈਕਾਰਾ ਗਜਾ ਰਹੇ ਨੇ ਜੀ ਨਿਹੰਗ ਸਿੰਘ ਜੀ ਹਰਜੀਵਨਪ੍ਰੀਤ ਸਿੰਘ ਜੀ ਬਹੁਤ ਵਧੀਆ ਜੀ। ਮੈਂ ਇੱਕ ਬੇਨਤੀ ਕਰਾਂਗਾ ਇੱਕ ਤੀਰਥ ਹੈ ਉੱਥੇ ਨਹਾਉਣ ਦੀ ਗੱਲ ਕਹੀ ਹੈ ਗੁਰੂ ਸਾਹਿਬ। ਚਲੋ ਹਿੰਟ ਦੇ ਦਿੰਦਾ ਜੀ ਉਹ ਜਪਜੀ ਸਾਹਿਬ ਵਿੱਚ ਹੀ ਹੈ ਜੀ। ਲਿਖੋ ਜੀ ਦੇਖਦੇ ਹਾਂ ਕਿਹੜਾ ਸ਼ਬਦ ਤੀਰਥ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਇਹ ਅਦਰ ਜਾਈਦਾ। ਮੈਂ ਹੁਣ ਕਹਿ ਰਿਹਾ ਜਪਜੀ ਸਾਹਿਬ ਵਿੱਚ ਹੈਗਾ ਕਿ ਤੀਰਥ ਇਹ ਵਾਲਾ ਨਹਾਉਣਾ ਚਾਹੀਦਾ ਹੈ। ਚਲੋ ਹੋਰ ਹਿੰਟ ਦੇ ਦਿੰਦੇ ਹਾਂ ਜੀ। ਨਹੀਂ ਕਹਿੰਦੇ ਮਲ ਮਲ ਕੇ ਨਹਾਉਣਾ ਚਾਹੀਦਾ। ਨਹੀਂ ਜੀ ਨਹੀਂ ਆਹਾ ਆ ਗਿਆ ਜੀ ਗੁਰਜਿੰਦਰ ਸਿੰਘ ਜੀ ਨੇ ਲਿਖਿਆ ਜੀ ਤੀਰਥ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਸਾਡੇ ਅੰਦਰ ਇੱਕ ਤੀਰਥ ਹੈ ਆਹਾ ਜੋ ਬ੍ਰਹਮੰਡੇ ਸੋਈ ਪਿੰਡੇ ਸਾਡੇ ਅੰਦਰ ਇੱਕ ਤੀਰਥ ਹੈ ਉੱਥੇ ਮਲ ਮਲ ਕੇ ਨਾਉ ਭਾਈ। ਕਿਵੇਂ ਸੁਣਿਆ ਮੰਨਿਆ ਮਨ ਕੀਤਾ ਭਾਉ। ਅਸੀਂ ਬਹੁਤੇ ਜਣੇ ਪਹਿਲੀ ਪੌੜੀ ਤੇ ਖੜੇ ਹਾਂ ਸੁਣ ਲੈਂਦੇ ਹਾਂ ਦੂਜੀ ਪੌੜੀ ਮੰਨਣਾ ਤੀਜੀ ਪੌੜੀ ਪਿਆਰ ਕਰਨਾ ਉਸਦੇ ਨਾਲ ਸਾਡੀ ਮੁਹੱਬਤ ਹੋ ਜਾਵੇ ਉਸਦੇ ਨਾਲ ਸਾਡਾ ਇਸ਼ਕ ਹੋ ਜਾਵੇ। ਅਸੀਂ ਉਸ ਤੋਂ ਵਾਰੇ ਵਾਰੇ ਜਾਈਏ ਜਦ ਤੱਕ ਮਨ ਵਿੱਚ ਪਿਆਰ ਨਹੀਂ ਮਨ ਵਿੱਚ ਭਾਉ ਨਹੀਂ ਤਦ ਤੱਕ ਅਸੀਂ ਅੰਤਰਗਤ ਤੀਰਥ ਤੇ ਨਹਾ ਨਹੀਂ ਸਕਦੇ। ਸੋ ਬਹੁਤ ਬਹੁਤ ਧੰਨਵਾਦ। ਔਰ ਜਿਹੜੀ ਗੁਣਾਂ ਦੀ ਇੱਕ ਗੱਲ ਹੈ ਮੈਨੂੰ ਇੱਕ ਨਾਰਾ ਯਾਦ ਆ ਗਿਆ ਜੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ 1972 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਸ਼ਾਇਦ 84 ਦੇ ਨੇੜੇ ਤੇੜੇ ਇਹਨਾਂ ਦੇ ਇੱਕ ਸਟੀਕਰ ਹੁੰਦੇ ਸੀ। ਲਿਖ ਲਓ ਜੀ ਬੜਾ ਪਿਆਰਾ ਨਾਰਾ ਫਟਾਫਟ ਲਿਖੋ ਜੀ ਸਿੱਖੀ ਸੱਚੀ ਸੁੱਚੀ ਮਨ ਨੀਵਾ ਮਤ ਉੱਚੀ ਸਿੱਖੀ ਸੱਚੀ ਸੁੱਚੀ ਮਨ ਨੀਵਾ ਮਤ ਉੱਚੀ ਪਰ ਖਿਮਾ ਕਰਨਾ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਇੰਨੇ ਪਰਿਵਾਰ ਇਸ ਵੇਲੇ ਜੁੜ ਬੈਠੇ ਹੋ 280 ਪਰਿਵਾਰ ਵਾਹਿਗੁਰੂ ਸਭ ਤੋਂ ਵੱਧ ਹਾਲੀ ਤੱਕ ਦੇ। ਕਿਵਾ ਕਰਨਾ ਸਾਡੀ ਨਾ ਮਤ ਨੀਵਾਂ ਤੇ ਮਨ ਉੱਚਾ ਹੋਇਆ ਹੋਇਆ। ਸਿੱਖ ਸ਼ੁੱਡ ਬੀ ਵੈਰੀ ਇੰਟੈਲੀਜੈਂਟ ਵੈਰੀ ਇੰਟੈਲੀਜੈਂਟ। ਅੱਜ ਅਸੀਂ ਹੈਗੇ ਹਾਂ ਅਸੀਂ ਸਿਰਫ ਧਾਰਮਿਕ ਪੱਖ ਤੇ ਹੋ ਸਕਦਾ ਹੈ ਬਾਕੀਆਂ ਨਾਲੋਂ ਹੋਈਏ ਦੁਨਿਆਵੀ ਵਿੱਦਿਆ ਬਾਰੇ ਅਸੀਂ ਨਹੀਂ ਹਾਂ ਤੇ ਧਾਰਮਿਕ ਪੱਖ ਬਾਰੇ ਵੀ ਮੈਨੂੰ ਕਹਿਣ ਦੇਣਾ ਕਿ ਹਾਲੀ ਹੋਰ ਮਿਹਨਤ ਕਰਨ ਦੀ ਲੋੜ ਹੈ। ਅਸੀਂ ਸਾਰੇ ਆਪਣੀ ਰੂਹਾਨੀਅਤ ਵਧਾਈਏ ਆਪਣੀ ਸਪਿਰਚੁਐਲਿਟੀ ਵਧਾਈਏ ਆਪਣੀ ਨਿਮਰਤਾ ਵਧਾਈਏ ਤੇ IQ ਇੰਟੈਲੀਜੈਂਟ ਜਿਹੜਾ ਕੋਸ਼ੈਂਟ ਹੈ ਉਹਦੇ ਵੱਲ ਧਿਆਨ ਕਰੀਏ। ਸਾਨੂੰ ਵੀ ਸ਼ੁੱਡ ਬੀ ਦਾ ਮੋਸਟ ਇੰਟੈਲੀਜੈਂਟ ਪੀਪਲ ਔਨ ਅਰਥ। ਜਦਕਿ ਇਸ ਵੇਲੇ ਸਾਡਾ ਇੱਕ ਵੀ ਨੋਬਲ ਪ੍ਰਾਈਜ਼ ਨਹੀਂ ਹੈ। ਸਭ ਤੋਂ ਵੱਧ ਨੋਬਲ ਪ੍ਰਾਈਜ਼ ਜਿਊਸ ਦੇ ਨੇ। ਲਿਖੋ ਜੀ ਕੋਈ ਜਣਾ ਜਿਊਸ JEWS ਯਹੂਦੀ ਉਹ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਦਾ ਗੁਣ ਕਹਿੰਦੇ ਨੇ JEWS ਹਾਂਜੀ
ਯਹੂਦੀ ਵੀ ਲਿਖਦੇ ਆ ਜੀ, ਉਹ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਬਾਰੇ ਕਹਿੰਦੇ ਨੇ। ਉਹ ਕਹਿੰਦੇ ਨੇ ਇੰਨੀ ਪੜ੍ਹਾਈ ਕਰੋ, ਇੰਨੀ ਪੜ੍ਹਾਈ ਕਰੋ ਕਿ ਤੁਹਾਡੇ ਮੁਕਾਬਲੇ ਦਾ ਦੁਨੀਆਂ 'ਚ ਕੋਈ ਹੋਰ ਨਹੀਂ ਹੋਣਾ ਚਾਹੀਦਾ। ਪਰ ਗੁਰੂ ਪਿਆਰਿਓ, ਅਸੀਂ ਨਾ ਆਪ ਮਿਹਨਤ ਕਰਦੇ ਹਾਂ, ਨਾ ਅਸੀਂ ਆਪਣੇ ਬੱਚਿਆਂ ਨੂੰ। ਪੰਜਾਬ ਦਾ ਐਜੂਕੇਸ਼ਨ ਲੈਵਲ ਬਹੁਤ ਡਾਊਨ ਗਿਆ ਹੋਇਆ। ਇੱਕ ਸੰਸਥਾ ਹੈ ਪ੍ਰਥਮ, ਉਹ ਸਰਵੇ ਕਰਾਉਂਦੀ ਹੁੰਦੀ ਹੈ। ਪਿੱਛੇ ਜੇ ਉਹਦਾ ਸਰਵੇ ਆਇਆ ਕਿ ਪੰਜਾਬ ਦੇ 8ਵੀਂ ਦੇ ਬੱਚੇ 3ਰੀ ਕਲਾਸ ਦਾ ਮੈਥਸ ਨਹੀਂ ਕਰ ਸਕਦੇ, ਪਹੁੰਚੇ 8ਵੀਂ 'ਚ ਹੋਏ। ਇਸ ਤਰ੍ਹਾਂ ਹੀ ਸਾਡੇ ਕੋਲ ਜਿਹੜੇ ਯੂਨੀਵਰਸਿਟੀ 'ਚ ਪੋਸਟ ਗ੍ਰੈਜੂਏਸ਼ਨ ਕਰਨ ਬੱਚੇ ਆਉਂਦੇ ਨੇ, ਕਈ ਵਾਰੀ ਉਹਨਾਂ ਦੀ ਫਾਊਂਡੇਸ਼ਨ ਬੜੀ ਵੀਕ ਹੁੰਦੀ। ਆਓ ਅਸੀਂ ਸਾਰੇ ਬਹੁਤ ਬਹੁਤ ਮਿਹਨਤ ਕਰੀਏ। ਮਨ ਨੀਵਾਂ ਮਤ ਉੱਚੀ। ਇੱਕ ਗੱਲ ਹੋਰ ਕਹਿ ਕੇ ਫਿਰ ਮੈਂ ਅੱਜ ਦੇ ਮੁੱਖ ਸਾਡੇ ਸਪੀਕਰ ਨੇ ਸਤਦੀਪ ਸਿੰਘ ਜੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨੂੰ ਕਹਿਣਾ। ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਜੀ ਅਮਰੀਕਾ ਦਾ ਜੇ ਕੋਈ ਇੰਟਰਨੈਸ਼ਨਲ ਲੈਵਲ ਦਾ ਪਲੇਅਰ ਹੋਏ ਨਾ, ਉਹਨੂੰ ਤੁਸੀਂ ਪੁੱਛੋ ਵੀ ਤੂੰ ਕਿਵੇਂ ਦਾ ਪਲੇਅਰ ਹੈ। ਉਹ ਕਹਿੰਦਾ ਜੀ ਮੈਂ ਹਾਲੇ ਬੜਾ ਕੁਛ ਸਿੱਖਣਾ ਹੈ, ਮੈਂ ਹਾਲੇ ਕੰਪਲੀਟ ਨਹੀਂ ਹਾਂ, ਆਈ ਹੈਵ ਟੂ ਲਰਨ ਅਲੋਟ। ਤੇ ਆਪਣਾ ਜਿਹੜਾ ਕੋਈ ਜ਼ਿਲ੍ਹੇ ਲੈਵਲ ਦਾ ਵੀ ਹੈ, ਸਟੇਟ ਲੈਵਲ ਦਾ ਵੀ ਹੈ, ਉਹ ਸਮਝਣ ਲੱਗ ਪੈਂਦਾ ਵੀ ਮੇਰੇ ਵਰਗਾ ਤੇ ਹੋਰ ਕੋਈ ਹੈ ਹੀ ਨਹੀਂ, ਮੈਂ ਤੇ ਸਭ ਤੋਂ ਉੱਤਮ ਹਾਂ। ਤੇ ਜਿਹੜਾ ਇਹ ਸੋਚਦਾ ਕਿ ਮੈਂ ਸਿਖਰ ਤੇ ਪਹੁੰਚ ਗਿਆ ਹਾਂ, ਇੰਗਲਿਸ਼ ਦਾ ਇੱਕ ਵਰਡ ਹੈ ਕੰਪਲੀਸੈਂਟ, ਉਹ ਮਿਹਨਤ ਕਰਨੀ ਛੱਡ ਦਿੰਦਾ, ਉਹ ਕੰਪਲੀਸੈਂਟ ਹੋ ਜਾਂਦਾ ਵੀ ਬਸ ਨਹੀਂ ਭਾਈ ਨਹੀਂ। ਸਭ ਕੁਛ ਜਾਣ ਕੇ ਵੀ ਅਸੀਂ ਕਹਿਣਾ ਵੀ ਅਸੀਂ ਨਹੀਂ ਜਾਣਦੇ, ਅਸੀਂ ਹੋਰ ਸਿੱਖਣਾ ਹੈ। ਹਰ ਵੇਲੇ ਸਾਡੇ ਅੰਦਰ ਸਿੱਖਣ ਦੀ ਲਗਨ ਬਣੀ ਰਵੇ, ਤਾਂ ਹੀ ਸਾਡਾ ਨਾਮ ਰੱਖਿਆ ਗੁਰੂ ਸਾਹਿਬ ਨੇ ਸਿੱਖ। ਵਾਹ ਜੀ ਵਾਹ। ਨਵਜੋਤ ਕੌਰ ਜੀ ਲਿਖਦੇ ਨੇ ਮੀਨਿੰਗ ਆਫ ਸਿੱਖ ਇਜ਼ ਟੂ ਲਰਨ ਇਨ ਐਵਰੀ ਸਟੈਪ ਆਫ ਲਾਈਫ। ਮੇਰੇ ਪਿਤਾ ਜੀ ਪਿੱਛੇ ਬੈਠੇ ਨੇ 83 ਸਾਲ ਦੀ ਉਮਰ ਦੇ ਵਿੱਚ। ਮੈਂ ਸੋਚਦਾ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਦਰ ਸਿੱਖਣ ਦੀ ਚਾਹ ਹੈ, ਚਾਹੇ ਉਹ ਬਾਣੀ, ਚਾਹੇ ਉਹ ਪਰਮਾਤਮਾ ਬਾਰੇ ਜਾਣਨਾ ਹੈ, ਚਾਹੇ ਸੰਸਾਰਕ ਚੀਜ਼ਾਂ ਬਾਰੇ ਸਿੱਖਣਾ ਹੈ, ਸਿੱਖਣ ਦੀ ਚਾਹ ਅਸੀਂ ਲੱਗੇ ਰੱਖੀਏ। ਕਦੇ ਅਸੀਂ ਬਜ਼ੁਰਗ ਨਹੀਂ ਹੋਵਾਂਗੇ, ਕਦੇ ਅਸੀਂ ਜੀਵਨ ਤੋਂ ਅੱਕਾਂਗੇ ਨਹੀਂ, ਕਦੇ ਥੱਕਾਂਗੇ ਨਹੀਂ। ਸੋ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਪਰਵਿੰਦਰ ਸਿੰਘ ਜੀ, ਇੰਨੀ ਸੋਹਣੀ ਵਿਚਾਰ ਦੇ ਨਾਲ ਉਹਨਾਂ ਨੇ ਸਾਨੂੰ ਜੋੜਿਆ। ਤੇ ਤੁਸੀਂ ਬਹੁਤ ਸਾਰੇ ਅੱਛੇ ਚੈਟ ਕਰ ਰਹੇ ਹੋ, ਮੈਂ ਸਾਰਾ ਹੀ ਨਹੀਂ ਸੁਣਾ ਪਾਇਆ, ਤੇ ਕੁਛ ਰੈਪੀਟੀਸ਼ਨ ਵੀ ਹੈ, ਤੇ ਬਾਕੀ ਸਾਰੀ ਬਹੁਤ ਵਧੀਆ। ਆਪਾਂ ਇੱਥੇ ਹੋਰ ਗੱਲ ਕਰਦੇ ਰਵਾਂਗੇ, ਔਰ ਹੋਮਵਰਕ ਦਾ ਅਸੀਂ ਸਾਰੇ ਧਿਆਨ ਰੱਖੀਏ। ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਨਾਲ ਨੌਜਵਾਨ ਫਿਲਮ ਮੇਕਰ ਸਤਦੀਪ ਸਿੰਘ ਜੀ ਸਾਡੇ ਨਾਲ ਜੁੜ ਗਏ ਨੇ। ਆਓ ਜੀ ਵੀਰ ਜੀ, ਥੋੜ੍ਹਾ ਜਿਹਾ ਇਸ ਤੋਂ ਪਹਿਲਾਂ ਕਿ ਤੁਸੀਂ ਅੱਜ ਦੇ ਵਿਸ਼ੇ ਜਿਹੜਾ ਵਿਸ਼ਾ ਵੀਰ ਜੀ ਲੈ ਰਹੇ ਨੇ ਉਹ ਹੈ ਫੇਥ ਐਂਡ ਫੀਅਰ, ਥੋੜ੍ਹਾ ਜਿਹਾ ਸਤਦੀਪ ਜੀ ਆਪਣੇ ਬਾਰੇ ਦੱਸੋ। ਤੁਸੀਂ ਇੰਜੀਨੀਅਰਿੰਗ ਸਟੂਡੈਂਟ ਰਹੇ ਹੋ ਮੈਨੂੰ ਪਤਾ ਲੱਗਿਆ ਜੀ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਤੁਸੀਂ ਕੀਤਾ ਜੀ। ਹਾਂਜੀ, ਫਤਿਹ ਬੁਲਾ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੌਇਸ ਆ ਰਹੀ ਹੈ? ਕਲੀਅਰ ਆ ਰਹੀ ਹੈ? ਹਾਂਜੀ ਬਿਲਕੁਲ ਆ ਰਹੀ ਹੈ ਜੀ, ਆ ਰਹੀ ਹੈ ਜੀ। ਮੈਨੂੰ ਥੋੜਾ 1 ਮਿੰਟ ਕੁਐਸਚਨ ਰਿਪੀਟ ਕਰਿਓ, ਤੁਸੀਂ ਕੀ ਪੁੱਛ ਰਹੇ ਸੀ? ਹੁਣ ਤੁਸੀਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਕੀਤੀ ਹੈ ਮੇਰੇ ਖਿਆਲ? ਜੀ ਮੈਂ ਡਿਪਲੋਮਾ ਕੀਤਾ ਸੀ ਪਹਿਲਾਂ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਤੇ ਫਿਰ ਬੀਟੈਕ। ਕਿਹੜੇ ਸਾਲ ਵਿੱਚ? ਮੈਂ ਉਹਦੇ ਚੋਂ 2006 ਪਾਸ ਆਊਟ ਸੀਗਾ। ਵਾਹ ਜੀ। ਤੇ ਉਸ ਤੋਂ ਬਾਅਦ ਫਿਰ ਬੀਟੈਕ ਉਥੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੋਂ। ਵਾਹ ਜੀ ਵਾਹ, ਫਤਿਹਗੜ੍ਹ ਸਾਹਿਬ ਤੋਂ ਕੀਤੀ। ਤੇ ਫਿਲਮ ਮੇਕਿੰਗ ਦਾ ਸ਼ੌਂਕ ਜਿਹੜਾ ਤੁਹਾਨੂੰ ਪੈਦਾ ਹੋਇਆ, ਹੁਣ ਤੱਕ ਕਿੰਨੀਆਂ ਫਿਲਮਾਂ ਬਣਾ ਚੁੱਕੇ ਹੋ ਸਤਦੀਪ ਜੀ? ਸ਼ਾਰਟ ਫਿਲਮਸ ਨੇ ਵੀਰ ਜੀ ਅਰਾਊਂਡ ਕੋਈ 25-26 ਦੇ ਆਸ ਪਾਸ, ਤੇ ਹਾਂਜੀ ਤੇ ਫੀਚਰ ਫਿਲਮਸ ਹੈਗੀਆਂ 4 ਕੁ। ਵਾਹ ਜੀ ਵਾਹ, 25 ਤੇ 4 29, ਵੈਰੀ ਗੁੱਡ। ਤੇ ਸਭ ਤੋਂ ਪਹਿਲੀ ਫਿਲਮ ਦਾ ਨਾਮ ਭੁੱਲ ਗਿਆ ਜਿਹਦੇ ਕਰਕੇ ਇੱਕਦਮ ਤੁਸੀਂ ਸਾਰੇ ਸੰਸਾਰ ਦੇ ਵਿੱਚ ਤੁਹਾਡਾ ਨਾਮ ਹੋ ਗਿਆ ਸੀ, ਕੀ ਨਾਮ ਸੀ ਉਹਦਾ? The Forgotten Truth ਸੀ ਵੀਰ ਜੀ, ਇੱਕ Forgotten Truth। ਹਾਂ, ਸਿੱਖਨੇਟ ਫਿਲਮ ਫੈਸਟੀਵਲ ਤੋਂ ਸਟਾਰਟ ਹੋਇਆ ਸੀਗਾ। ਫਿਰ ਪ੍ਰਾਊਡ ਟੂ ਬੀ ਸਿੱਖ ਆਇਆ ਸੀ। ਹਾਂ, ਪ੍ਰਾਊਡ ਟੂ ਬੀ ਸਿੱਖ ਫੀਚਰ ਫਿਲਮ ਪਹਿਲੀ ਸੀ। ਹਾਂਜੀ ਹਾਂਜੀ, ਬਾਕੀ 5 ਫੋਲਡਸ, ਬੌਰਨ ਟੂ ਲੀਡ, ਬਲਾਈਂਡ ਜਰਨੀ ਸਾਰੀਆਂ ਫਿਲਮਾਂ। ਹਾਂ ਹਾਂ। ਸੋ ਬਹੁਤ ਧੰਨਵਾਦ ਜੀ, ਇਸ ਵੇਲੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ, ਅਮਰੀਕਾ ਤੋਂ ਵੀ, ਪੈਰਿਸ ਤੋਂ ਵੀ, ਇੰਗਲੈਂਡ ਤੋਂ ਵੀ, ਔਰ ਪੰਜਾਬ ਔਰ ਹਿੰਦੁਸਤਾਨ, ਜੈਪੁਰ, ਉਦੈਪੁਰ, ਸਾਰੇ ਪਾਸੇ ਲਗਭਗ 283 ਪਰਿਵਾਰ ਜੁੜੇ ਨੇ ਜੀ। ਤੇ ਤੁਸੀਂ ਅੱਜ ਜਿਹੜਾ ਵਿਸ਼ਾ
ਫੇਥ ਐਂਡ ਫੀਅਰ ਪਲੀਜ਼ ਉਹਦੇ ਬਾਰੇ ਸਾਰਿਆਂ ਨਾਲ ਸ਼ੇਅਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਮੈਂ ਸਾਰੀ ਸੰਗਤ ਦੇ ਅੱਗੇ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਮੈਂ ਚਾਹ ਰਿਹਾ ਸੀਗਾ ਕਿ ਇੱਥੇ ਐਕਚੁਅਲੀ ਇਸ ਟੋਪਿਕ ਦੇ ਉੱਤੇ, ਕਿਉਂਕਿ ਮੈਂ ਸਵੇਰ ਤੋਂ ਹੀ ਜਾਂ ਪਿਛਲੇ ਕੁਛ ਦਿਨਾਂ ਤੋਂ ਹੀ ਕਈ ਥਾਟਸ ਇਹ ਮਹਾਰਾਜ ਵੱਲੋਂ ਕਹਿ ਲਓ ਕੁਛ ਟਾਈਮ ਮਿਲਿਆ ਸਾਰਿਆਂ ਨੂੰ ਹੀ ਕਿ ਲੋਕਡਾਊਨ ਮੈਕਸੀਮਮ ਜਗ੍ਹਾ ਚੱਲ ਰਹੇ ਆ ਅਤੇ ਸਾਰਿਆਂ ਨੂੰ ਉਹ ਇੱਕ ਸੈਲਫ ਕੰਟੈਂਪਲੇਟ ਕਰਨ ਦਾ, ਇੱਕ ਆਪਣੇ ਅੰਦਰ ਗੁਆਚਣ ਦਾ, ਖੁੱਭਣ ਦਾ ਮੌਕਾ ਮਿਲਿਆ ਹੋਇਆ। ਅਤੇ ਇਹ ਫੀਲ ਜ਼ਰੂਰ ਆਉਂਦਾ ਸੀਗਾ ਕਿਤੇ ਨਾ ਕਿਤੇ ਵੀ ਇੱਦਾਂ ਦੀ ਸੰਗਤ ਰੈਗੂਲਰ ਬੇਸਿਸ 'ਤੇ ਕੁਛ ਮਿਲ ਜਾਏ, ਔਰ ਉਹ ਵਾਕਈ ਤੁਸੀਂ ਮੇਰੀ ਉਹ ਇੱਛਾ ਵੀ ਅੱਜ ਪੂਰੀ ਹੋ ਗਈ। ਅਤੇ ਫੇਥ ਐਂਡ ਫੀਅਰ ਇੱਕ ਐਸੀ ਚੀਜ਼ ਮੈਂ ਫੀਲ ਕਰਦਾ ਕਿ ਸਾਡੀ ਜ਼ਿੰਦਗੀ ਇਹਨਾਂ ਦੋ ਚੀਜ਼ਾਂ ਦੇ ਵਿੱਚ ਹੀ ਡਰਾਈਵ ਹੁੰਦੀ ਹੈ। ਜਾਂ ਤਾਂ ਕਿਸੇ ਇਨਸਾਨ ਦੀ ਜ਼ਿੰਦਗੀ ਫੀਅਰ ਦੇ ਥਰੂ ਡਰਾਈਵ ਹੋ ਰਹੀ ਹੈ, ਜਾਂ ਉਹ ਫੇਥ 'ਤੇ ਚੱਲ ਰਿਹਾ ਹੈਗਾ। ਤਾਂ ਹੁਣ ਇਹ ਥੋੜ੍ਹੀ ਦੇਰ ਪਹਿਲਾਂ ਹੀ ਮੈਂ ਸੋਚ ਰਿਹਾ ਸੀ, ਮੈਂ ਕਿਹਾ ਵੀ ਇਹ ਫੀਅਰ ਆਖਿਰ ਪੈਦਾ ਹੁੰਦਾ ਕਿੱਥੋਂ ਹੈ, ਸਟਾਰਟ ਇਹਦਾ ਕਿੱਥੇ ਹੈ। ਤਾਂ ਮੈਨੂੰ ਲੱਗਿਆ ਕਿ ਸ਼ਾਇਦ ਜਦੋਂ ਬੱਚਾ ਬਹੁਤ ਛੋਟਾ ਹੁੰਦਾ, ਜਦੋਂ ਆਪਾਂ ਕਹਿੰਦੇ ਪਹਿਲੀ ਵਾਰ ਬੱਚੇ ਨੂੰ ਅਸੀਂ ਚੀਜ਼ਾਂ ਦੇ ਵਿੱਚ ਡਿਫਰੈਂਸ਼ੀਏਟ ਕਰਨਾ ਸਿਖਾਉਂਦੇ ਹਾਂ, ਡਿਸਕ੍ਰਿਮੀਨੇਟ ਕਰਨਾ ਸਿਖਾਉਂਦੇ ਹਾਂ, ਸਾਡੀ ਇੰਟੈਂਸ਼ਨ ਪਿਓਰ ਹੁੰਦੀ ਹੈ ਉਸ ਪੁਆਇੰਟ 'ਤੇ ਕਿ ਵੀ ਬੱਚੇ ਨੂੰ ਫਿਜ਼ੀਕਲੀ, ਮੈਂਟਲੀ, ਇੰਟਰਨਲੀ ਕੋਈ ਚੀਜ਼ ਜਿਹੜੀ ਐਕਸਟਰਨਲ ਫੋਰਸ ਹੈ ਕੋਈ, ਉਹ ਹਾਰਮ ਨਾ ਕਰੇ। ਤਾਂ ਉਹ ਪੁਆਇੰਟ ਤੋਂ ਸ਼ਾਇਦ ਦੱਸਣ ਦਾ ਇੱਕ ਤਰੀਕਾ ਹੁੰਦਾ, ਉਹ ਫਰਕ ਰਹਿ ਜਾਂਦਾ ਇੱਕ ਬੱਚੇ ਨੂੰ। ਇੱਕ ਹੁੰਦਾ ਕਿ ਆਪਾਂ ਡਰਾ ਦਿੰਦੇ ਹਾਂ ਕਿ ਇਹਦੇ ਤੋਂ ਦੂਰ ਰਹਿਣਾ, ਜਾਂ ਇਹ ਤੇਰੇ ਲਈ ਨਹੀਂ ਹੈਗਾ, ਜਾਂ ਇਹ ਤੈਨੂੰ ਨੁਕਸਾਨ ਦੇਵੇਗਾ, ਕਿਉਂਕਿ ਸਾਨੂੰ ਲੱਗਦਾ ਕਿਉਂਕਿ ਉਹਨੇ ਸਾਨੂੰ ਨੁਕਸਾਨ ਦਿੱਤਾ ਸੀਗਾ। ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਚੀਜ਼ ਐਜ਼ ਇਟ ਇਜ਼ ਉਹਨੂੰ ਵੀ ਉੱਦਾਂ ਹੀ ਨੁਕਸਾਨ ਦੇਵੇਗੀ ਜਿੱਦਾਂ ਸਾਨੂੰ ਦਿੱਤਾ, ਮੇ ਬੀ ਉਹ ਸਾਡੀ ਜਰਨੀ ਲਈ ਨਹੀਂ ਸੀ ਬਣੀ। ਤਾਂ ਮੈਨੂੰ ਇਹ ਲੱਗਦਾ ਕਿ ਪੇਰੈਂਟਹੁੱਡ ਦਾ ਇੱਕ ਬਹੁਤ ਵੱਡਾ ਰਿਸਪੋਂਸੀਬਿਲਿਟੀ ਹੈ ਕਿ ਬੱਚੇ ਨੂੰ ਫੇਥ ਦੇ ਥਰੂ ਆਪਾਂ ਡਰਾਈਵ ਕਰਨਾ ਸਿਖਾਈਏ ਕਿ ਕਿਸ ਚੀਜ਼ ਦੀ ਉਹਦੀ ਜਰਨੀ ਵਿੱਚ ਜਗ੍ਹਾ ਕਿਸ ਤਰੀਕੇ ਨਾਲ ਹੈ। ਰਿਜੈਕਸ਼ਨ, ਡਿਸਕ੍ਰਿਮੀਨੇਸ਼ਨ ਕਿਸੇ ਵੀ ਟੀਚਿੰਗ ਦਾ ਪਾਰਟ ਨਹੀਂ ਹੋਣਾ ਚਾਹੀਦਾ। ਸੋ ਮੈਂ ਕੁਛ ਪੁਆਇੰਟਸ ਆ ਜੋ ਹੀ ਸਵੇਰ ਦਾ ਸੋਚ ਰਿਹਾ ਸੀਗਾ ਕਿ ਫੀਅਰ ਇਨ ਸਮਥਿੰਗ, ਕਈ ਚੀਜ਼ਾਂ ਦਾ ਫੀਅਰ ਹੋ ਸਕਦਾ, ਸਾਨੂੰ ਫੇਲੀਅਰ ਦਾ ਫੀਅਰ ਹੋ ਸਕਦਾ, ਸਾਨੂੰ ਕਿਸੇ ਚੀਜ਼ ਨੂੰ ਖੋਣ ਦਾ ਡਰ ਹੋ ਸਕਦਾ, ਸਾਨੂੰ ਇਸ ਚੀਜ਼ ਦਾ ਫੀਲ ਹੋ ਸਕਦਾ ਕਿ ਕੋਈ ਵੀ ਜਿਹੜੀ ਐਕਸਟਰਨਲ ਫੋਰਸ ਹੈ ਮੈਂ ਉਹਨੂੰ ਕਾਊਂਟਰ ਨਹੀਂ ਕਰ ਪਾਵਾਂਗਾ ਕਿਉਂਕਿ ਮੇਰੀ ਇਮਿਊਨਿਟੀ ਲੋਅ ਹੈ। ਜਿਵੇਂ ਕਿ ਹੁਣ ਇਸ ਵਕਤ ਜੋ ਟਾਈਮ ਚੱਲ ਰਿਹਾ ਔਰ ਉਹਦੇ ਵਿੱਚ ਜ਼ਿਆਦਾਤਰ ਲੋਕ ਡਰੇ ਹੋਏ ਆ ਇਸ ਚੀਜ਼ ਤੋਂ ਲੈ ਕੇ ਕਿ ਵੀ ਪਤਾ ਨਹੀਂ ਇਹ ਚੀਜ਼ ਸਾਨੂੰ ਅਟੈਕ ਕਰ ਜਾਏਗੀ, ਜਾਂ ਜਿਵੇਂ ਕਈ ਡੈਥਸ ਆਪਾਂ ਸੁਣ ਰਹੇ ਹਾਂ ਵਰਲਡਵਾਈਡ। ਲੇਕਿਨ ਕਿਤੇ ਨਾ ਕਿਤੇ ਇਹ ਸਿਰਫ ਤਾਂ ਹੋ ਰਿਹਾ ਕਿ ਉਹ ਡੈਥ ਸਾਨੂੰ ਸੁਣਨ 'ਚ ਆ ਰਹੀ ਹੈ, ਉਹਦਾ ਇੱਕ ਕਾਊਂਟ, ਉਹਦਾ ਇੱਕ ਨੰਬਰ ਸਾਡੇ ਸਾਹਮਣੇ ਬਾਰ ਬਾਰ ਰਿਪੀਟ ਹੋ ਰਿਹਾ, ਜਦਕਿ ਉਸ ਤੋਂ ਕਈ ਗੁਣਾ ਜ਼ਿਆਦਾ ਡੈਥਸ ਐਵਰੀ ਡੇ ਵਰਲਡ ਲੈਵਲ 'ਤੇ ਹੁੰਦੀਆਂ। ਉਹਨੂੰ ਵੀ ਅਗਰ ਕਾਊਂਟ ਬਣਾ ਕੇ ਸਾਨੂੰ ਰੋਜ਼ ਦੱਸਣਾ ਸ਼ੁਰੂ ਕਰ ਦਿੱਤਾ ਜਾਏਗਾ ਤਾਂ ਫਿਰ ਤਾਂ ਕੋਈ ਗੇਮ ਦੂਸਰੀ ਹੀ ਬਣ ਜਾਏਗੀ। ਤਾਂ ਗੱਲ ਇਹ ਹੈ ਕਿ ਐਸਾ ਨਹੀਂ ਕਿ ਇਸ ਵਕਤ ਕੋਈ ਸੇਫਟੀ ਇਹ ਪ੍ਰੀਕੋਸ਼ਨ ਜ਼ਰੂਰੀ ਨਹੀਂ ਹੈ, ਬਿਲਕੁਲ ਜ਼ਰੂਰੀ ਹੈ। ਲੇਕਿਨ ਫੀਅਰ ਦੇ ਅੰਡਰ, ਪੈਨਿਕ ਦੇ ਵਿੱਚ ਆ ਕੇ ਬਹੁਤ ਚੀਜ਼ਾਂ ਨੂੰ ਅਸੀਂ ਜਦੋਂ ਵੀ ਕਹਿੰਦੇ ਨਾ ਕਈਆਂ ਦੇ ਕੈਰੇਕਟਰ ਇਸ ਵਕਤ ਟੈਸਟ ਹੋ ਰਹੇ ਹੈ ਕਿ ਐਸੇ ਐਸੇ ਨਿਊਜ਼ ਅਗਰ ਆਪਾਂ ਰੋਜ਼ ਦੇਖੀਏ ਵੀ ਕਹਿ ਰਹੇ ਵੀ ਲੋਕਾਂ ਨੇ ਆਪਣੇ ਰਿਸ਼ਤਿਆਂ ਨੂੰ ਭੁੱਲ ਗਏ, ਕਿਸੇ ਆਪਣੀ ਮਾਂ ਦੇ ਸੰਸਕਾਰ 'ਤੇ ਵੀ ਕੋਈ ਨਹੀਂ ਗਿਆ, ਇਸ ਤਰ੍ਹਾਂ ਦੀ ਬਹੁਤ ਨਿਊਜ਼ ਆ ਰਹੀ ਹੈ। ਉਹੀ ਅਮੈਰੀਕਨ ਪ੍ਰੈਜ਼ੀਡੈਂਟ ਜਿਹਦੇ ਨਾਲ ਸਾਡੇ ਪ੍ਰਾਈਮ ਮਿਨਿਸਟਰ ਨੇ ਬਹੁਤ ਦੋਸਤੀ ਇਸਟੈਬਲਿਸ਼ ਕਰਨ ਲਈ ਬਹੁਤ ਸਾਰੇ ਕਹਿ ਲਓ ਕੁਛ ਐਫਰਟਸ ਪਿੱਛੇ ਕੀਤੇ, ਉਹਨੇ ਇੱਕ ਮਿੰਟ ਲਗਾਇਆ, ਫੀਅਰ ਦੇ ਅੰਡਰ ਡਰਾਈਵ ਹੋ ਗਿਆ ਕਿ ਬਾਈ ਜੇ ਆਹ ਦਵਾਈ ਨਾ ਭੇਜੀ ਤਾਂ ਆਪਾਂ ਰਿਟੈਲੀਏਟ ਕਰਾਂਗੇ। ਸੋ ਇੱਦਾਂ ਦੀ ਬਹੁਤ ਸਾਰੀ ਸਿਚੁਏਸ਼ਨਸ ਹਰ ਬੰਦੇ ਦੀ ਲਾਈਫ ਦੇ ਵਿੱਚ ਉਹਦੇ ਕੈਰੈਕਟਰ ਨੂੰ ਟੈਸਟ ਕਰਨ ਆਉਂਦੀਆਂ। ਔਰ ਮੈਨੂੰ ਐਸਾ ਲੱਗਦਾ ਕਿ ਇਸ ਪੁਆਇੰਟ 'ਤੇ ਤੁਹਾਡਾ ਅਗਰ ਫੇਥ ਹੋਏਗਾ ਨਾ ਤਾਂ ਤੁਸੀਂ ਸਮਝੋਗੇ ਕਿ ਇੱਥੇ ਕੁਛ ਮੈਸੇਜ ਹੈ, ਇੱਥੇ ਇਹ ਮੈਸੇਜ ਤੁਹਾਡੀ ਜ਼ਿੰਦਗੀ 'ਚ ਕੁਛ ਬਹੁਤ ਗਰੋ ਕਰਨ ਦੀ ਓਪਰਚੁਨਿਟੀ ਦੇ ਰਿਹਾ, ਔਰ ਉਸ ਓਪਰਚੁਨਿਟੀ ਨੂੰ ਗ੍ਰੈਬ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਆਪਣੀ ਲਾਈਫ ਦੇ ਵਿੱਚ ਦੇਖਦੇ ਹਾਂ ਬਹੁਤ ਵਾਰ ਕਈ ਐਸੇ ਮੂਮੈਂਟਸ ਆ ਜਾਂਦੇ ਆ ਕਿ ਇਨਸਾਨ ਦਾ ਡਰ ਇਸ ਕਦਰ ਵੱਧ ਜਾਂਦਾ ਕਿ ਉਹਦਾ ਕਈ ਵਾਰ ਰੋਣ ਦਾ ਦਿਲ ਕਰਦਾ, ਇੰਨੀ ਡਿਸਸੈਟਿਸਫੈਕਸ਼ਨ ਆਪਣੀ ਲਾਈਫ 'ਚ ਭਰ ਜਾਂਦੀ ਕਿ ਉਹ ਜੇ ਉਹਨੂੰ ਕਿਤੇ ਇਕੱਲਾ ਬਿਠਾਤਾ ਜਾਏ ਨਾ ਸ਼ਾਇਦ ਉਹ ਬੰਦਾ ਰੋ ਪਏ ਬਹੁਤ ਜ਼ਿਆਦਾ। ਮੈਨੂੰ ਲੱਗਦਾ ਕਿ ਉਹ ਮੂਮੈਂਟ ਹੁੰਦਾ ਤੁਹਾਡੀ ਆਤਮਾ ਤੁਹਾਨੂੰ ਕਾਫ਼ੀ ਕਹਿ ਰਹੀ ਹੁੰਦੀ ਹੈ ਕਿ ਬਈ ਇਸ ਵਕਤ ਇੱਥੇ ਕੁਝ ਬਹੁਤ ਵੱਡਾ ਸਿੱਖਣ ਦੀ ਲੋੜ ਹੈ, ਇੱਥੇ ਉਸੇ ਗੇਮ ਨੂੰ ਦੌਰਾਨ ਦੀ ਲੋੜ ਨਹੀਂ। ਹੁਣ ਮੈਂ ਕੁਛ ਪੁਆਇੰਟਸ ਸੋਚ ਰਿਹਾ ਸੀਗਾ ਕਿ
ਫੀਅਰ ਤੇ ਫੇਥ ਸਾਡੀ ਲਾਈਫ ਦੇ ਵਿੱਚ ਕਿੱਦਾਂ ਆਪਣਾ ਆਪਣਾ ਰੋਲ ਪਲੇ ਕਰਦੇ। ਸੋ ਫੇਥ ਹੈਗਾ ਤਾਂ ਫੇਥ ਇੱਕ ਗੁਰਬਾਣੀ ਦੇ ਵਿੱਚ ਜਿਵੇਂ ਪੰਕਤੀ ਆਉਂਦੀ, ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਪਾਣਾ ਤਿਤ ਤਿਤ ਲਾਏ, ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਸਾੜਾ ਜੀਉ। ਉਹਦੇ ਪਾਣੇ 'ਚ ਉਹਦੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ ਫੇਥ ਦੀ ਸ਼ੁਰੂਆਤ ਹੈ। ਇੱਕ ਜਿਹਨੂੰ ਕਹਿੰਦੇ ਨਾ ਕਿ ਪ੍ਰੇਮ ਦੇ ਰਿਸ਼ਤੇ ਦੀ ਸ਼ੁਰੂਆਤ ਹੈ, ਪ੍ਰੇਮ ਇਹਦੇ ਵਿੱਚੋਂ ਹੀ ਪ੍ਰੇਮ ਨੇ ਜਨਮ ਲੈਣਾ ਹੈ। ਜੋ ਪਹਿਲਾਂ ਇੱਕ ਤੁਹਾਡੀ ਲਾਈਫ 'ਚ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਇੱਕ ਕਹਿ ਲਓ ਦੁਖਾਂਤ ਸੀਗਾ ਕਿ ਰੁਕਣ ਦਾ ਟਾਈਮ ਨਹੀਂ ਸੀ ਕਿਸੇ ਕੋਲ। ਫੀਅਰ ਤੁਹਾਨੂੰ ਭਜਾਉਂਦਾ ਹੈ ਘੋੜੇ ਦੀ ਤਰ੍ਹਾਂ, ਫੀਅਰ ਤੁਹਾਨੂੰ ਲਗਾਤਾਰ ਸੈਲਫਿਸ਼ ਹੋਣ ਦੇ ਵੱਲ ਪ੍ਰੇਰਿਤ ਕਰਦਾ ਕਿ ਤੁਸੀਂ ਆਪਣੇ ਲਈ ਆਹ ਚੀਜ਼ ਅਕਿਊਮੂਲੇਟ ਕਰ ਲਓ, ਆਹ ਚੀਜ਼ਾਂ ਨੂੰ ਡਿਸਕ੍ਰਿਮੀਨੇਟ ਕਰ ਦਿਓ। ਅਤੇ ਫੇਥ ਤੁਹਾਨੂੰ ਪੇਸ਼ੈਂਸ 'ਚ ਲਿਆਉਂਦਾ, ਉਹ ਤੁਹਾਨੂੰ ਰੋਕਦਾ ਹੈ, ਉਹ ਤੁਹਾਨੂੰ ਸੈਂਸਿਟਿਵ ਬਣਾਉਂਦਾ ਆਪਣੇ ਆਸ ਪਾਸ ਦੀ ਸਰਾਊਂਡਿੰਗਸ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਲਈ। ਕਿ ਜਦ ਸੈਂਸਿਟਿਵਿਟੀ ਸਟਾਰਟ ਹੁੰਦੀ ਹੈ ਨਾ, ਜਦ ਅਸੀਂ ਪੇਸ਼ੈਂਸ ਚਾਹੁੰਦੇ ਹਾਂ, ਜਦੋਂ ਅਸੀਂ ਸਭ ਤੋਂ ਪਹਿਲਾਂ ਰੁਕਦੇ ਹਾਂ, ਮੈਨੂੰ ਲੱਗਦਾ ਕਿ ਇੱਕ ਓਂਕਾਰ ਦੀ ਸ਼ੁਰੂਆਤ ਉੱਥੋਂ ਹੀ ਹੁੰਦੀ। ਉਸ ਮੂਮੈਂਟ 'ਤੇ ਸਾਨੂੰ ਹੌਲੀ ਹੌਲੀ ਅਹਿਸਾਸ ਹੁੰਦਾ ਕਿ ਹਰ ਇੱਕ ਕਣ ਕਣ ਦੇ ਵਿੱਚ, ਹਰ ਇੱਕ ਜੀਵ ਜੰਤੂ ਦੇ ਵਿੱਚ ਉਹੀ ਇੱਕ ਆਤਮਾ ਹੈ, ਔਰ ਮੇਰਾ ਉਹਦੇ ਨਾਲ ਉਹੀ ਐਗਜੈਕਟ ਸੇਮ ਰਿਸ਼ਤਾ ਜੋ ਮੇਰਾ ਆਪਣੇ ਮਾਂ ਬਾਪ ਦੇ ਨਾਲ ਹੈ। ਅਤੇ ਜਦੋਂ ਇਹ ਹੁੰਦਾ ਹੈ ਤਾਂ ਫਿਰ ਡਿਸਕ੍ਰਿਮੀਨੇਸ਼ਨ ਨਹੀਂ ਰਹਿ ਜਾਂਦੀ। ਉਸ ਪੁਆਇੰਟ 'ਤੇ ਸਾਨੂੰ ਉਹ ਦਰਦ, ਉਹ ਫੀਲ, ਜੋ ਫੀਲ ਹੈਗੀ ਉਹ ਸਾਰੀ ਸਾਂਝੀ ਹੋ ਜਾਂਦੀ ਹੈ ਸਾਡੇ ਲਈ। ਜਿਹਨੂੰ ਕਹਿੰਦੇ ਨੇ ਕਿ ਕਮਿਊਨਿਟੀ ਸ਼ਾਇਦ ਬਣਦੀ ਉਦੋਂ ਹੈ। ਇੱਕ ਚੀਜ਼, ਮੇਰਾ ਵੀ ਸਵਾਲ ਕਈ ਵਾਰੀ ਆਪਣੇ ਮਾਇੰਡ 'ਚ ਉੱਠਦਾ ਕਿ ਸਾਡੀ ਕਮਿਊਨਿਟੀ ਵਿੱਚ ਵੀ ਬਹੁਤ ਸਾਰੇ ਫੀਅਰਸ ਨੇ, ਕਿਆ ਉਹ ਘੱਟ ਗਿਣਤੀ ਹੋਣ ਕਰਕੇ ਨੇ? ਜਿਵੇਂ ਹੁਣ ਥੋੜ੍ਹੀ ਦੇਰ ਪਹਿਲਾਂ ਕਹੀ ਕਿ ਗੱਲ ਵੀ ਬਹੁਤ ਕਮਿਊਨਿਟੀ ਨੂੰ ਜਿਊਸ ਦੀ ਐਗਜ਼ਾਮਪਲ ਨੂੰ ਫੋਲੋ ਕਰਨ ਦੀ ਲੋੜ ਹੈ, ਜਾਂ ਬਹੁਤ ਜ਼ਿਆਦਾ ਠੀਕ ਹੈ, ਟਾਈਮਸ ਦੇ ਵਿੱਚ ਔਖੇ ਟਾਈਮ ਆਏ, ਸਭ ਕੁਝ ਹੋਇਆ, ਬਹੁਤ ਚੀਜ਼ਾਂ ਉੱਪਰ ਨੀਚੇ ਹੋਈਆਂ, ਲੇਕਿਨ ਇਨ ਦੀ ਐਂਡ ਸਿੱਖ ਦਾ ਮਤਲਬ ਕਿਆ ਸਿਰਫ ਇੱਕ ਕਮਿਊਨਿਟੀ ਹੈ ਜਾਂ ਇੱਕ ਸੀਕਰ ਹੋਣਾ, ਇੱਕ ਸੀਕਰ ਆਫ ਟਰੁੱਥ ਹੋਣਾ ਹੈ? ਜਦ ਇੱਕ ਸੀਕਰ ਆਫ ਟਰੁੱਥ ਹੈ ਫਿਰ ਤਾਂ ਉਹ ਕਿਸੇ ਵੀ ਰਿਲੀਜਨ ਦਾ ਹੋ ਸਕਦਾ ਨਾ। ਮੈਂ ਇਸ ਪਾਰਟ 'ਤੇ ਅੱਜ ਫੀਲ ਕਰਦਾ ਕਿ ਮੇਰਾ ਜਨਮ ਹੋਇਆ ਇੱਕ ਪਰਿਵਾਰ ਦੇ ਵਿੱਚ ਜਿਹੜੇ ਮੇਰੇ ਫਾਦਰ ਨੇ ਉਹ ਸਿੱਖ ਮਿਸ਼ਨਰੀ ਕਾਲਜ ਨਾਲ ਅਟੈਚ ਰਹੇ ਹੈ। ਸੋ ਬਚਪਨ ਤੋਂ ਹੀ ਘਰ ਗੁਰਮਤਿ ਕਲਾਸਾਂ ਲੱਗਦੀਆਂ ਰਹੀਆਂ, ਔਰ ਸਾਰਾ ਇੱਕ ਜਿਹਨੂੰ ਕਹਿੰਦੇ ਨਾ ਕਿ ਇੱਕ ਪ੍ਰਚਾਰ ਦਾ ਇੱਕ ਬਹੁਤ ਮੈਂ ਫਲੋ ਦੇਖਿਆ ਘਰ ਦੇ ਵਿੱਚ। ਲੇਕਿਨ ਕਿਤੇ ਨਾ ਕਿਤੇ ਅਹਿਸਾਸ ਹੋਇਆ ਕਿ ਆਪਾਂ ਡਿਸਕ੍ਰਿਮੀਨੇਟ ਕਰ ਗਏ ਸਮ ਹਾਓ, ਕਿ ਅਸੀਂ ਇਹ ਫੀਲ ਕਰਨਾ ਸ਼ੁਰੂ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਉੱਪਰ ਕੋਈ ਸੱਚ ਨਹੀਂ ਹੈ। ਅਸੀਂ ਇਹ ਫੀਲ ਸ਼ੁਰੂ ਕਰਨਾ ਸ਼ੁਰੂ ਕਰਤਾ ਕਿ ਭਗਵਦ ਗੀਤਾ ਜਾਂ ਕੁਰਾਨ ਇਹਨਾਂ ਚੀਜ਼ਾਂ ਤੋਂ ਵੀ ਉੱਪਰ ਅਸੀਂ ਹਾਂ। ਇਹ ਬਹੁਤ ਗਲਤ ਥਾਟ ਹੈ। ਮੈਨੂੰ ਐਸਾ ਲੱਗਦਾ ਕਿ ਹਰ ਟਾਈਮ ਦੇ ਵਿੱਚ, ਹਰ ਏਜ ਦੇ ਵਿੱਚ, ਹਰ ਡੈਕੇਡ ਦੇ ਵਿੱਚ ਸੱਚ ਦੀ ਆਵਾਜ਼ ਆਉਂਦੀ ਹੈ, ਔਰ ਸੱਚ ਦੀ ਆਵਾਜ਼ ਕਿਸੇ ਸਿਰਫ 500 ਸਾਲਾਂ ਦੇ ਵਿੱਚ ਸਿਮਟਣ ਲਈ ਨਹੀਂ ਬਣੀ, ਉਹ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈ, ਔਰ ਸੱਚ ਦੀ ਆਵਾਜ਼ ਓਨੀ ਹੀ ਬੇਬਾਕ ਹੈ, ਓਨੀ ਹੀ ਕਲੀਅਰ ਹੈ। ਸਿਰਫ ਅਪਗ੍ਰੇਡੇਸ਼ਨ ਹੁੰਦੀ ਹੈ ਟਾਈਮ ਦੇ ਨਾਲ ਹਰ ਇੱਕ ਚੀਜ਼ ਦੀ, ਕਿ ਆਪਾਂ ਕਹੀਏ ਕਿ ਉਹਨੂੰ ਸਮੇਂ ਦੀ ਲੈਂਗੁਏਜ ਦੇ ਅਕੋਰਡਿੰਗ ਹੋਰ ਸੌਖਾ ਕਰਕੇ ਸਮਝਾਇਆ ਜਾਂਦਾ ਹੈ ਹਾਲਾਤਾਂ ਦੇ ਅਕੋਰਡਿੰਗ। ਮਿਲਾਵਟ ਹਰ ਜਗ੍ਹਾ ਹੋ ਰਹੀ ਹੈ, ਮਿਲਾਵਟ ਉੱਥੇ ਵੀ ਹੋਈ, ਮਿਲਾਵਟ ਆਪਣੇ ਕੋਲ ਵੀ ਬਹੁਤ ਹੋ ਰਹੀ ਹੈ। ਤਾਂ ਮਿਲਾਵਟ ਦੀ ਗੱਲ ਕਰੀਏ ਨਾ ਕਿ ਮਿਲਾਵਟ ਤੋਂ ਪ੍ਰੋਬਲਮ ਹੈ। ਜਦ ਗੁਰੂ ਨਾਨਕ ਪਾਤਸ਼ਾਹ ਜਨੇਊ ਦਾ ਖੰਡਨ ਕਰਦੇ ਨੇ ਤਾਂ ਕਿਉਂ ਐਸਾ ਦੱਸਿਆ ਗਿਆ ਕਿ ਇਹ ਸਾਡਾ ਧਰਮ ਨਹੀਂ ਹੈ, ਕਿਸੇ ਹੋਰ ਦਾ ਧਰਮ ਹੈ, ਜਾਂ ਯੂਨੋ ਉਹਨਾਂ ਨੇ ਇਹਨਾਂ ਕਰਮ ਕਾਂਡਾਂ ਦਾ ਖੰਡਨ ਕੀਤਾ? ਕਰਮ ਕਾਂਡ ਮੈਨੂੰ ਐਸਾ ਲੱਗਦਾ ਕਿ ਜਦੋਂ ਬਲਾਈਂਡ ਫੇਥ ਬਣ ਜਾਣ, ਜਦੋਂ ਇਨਸਾਨ ਨੂੰ ਇੱਕ ਓਂਕਾਰ ਹਰ ਇੱਕ 'ਚ ਦੇਖਣਾ ਨਾ ਸਿਖਾਉਣ, ਉਦੋਂ ਕਰਮ ਕਾਂਡ ਨੇ। ਅਦਰਵਾਈਜ਼ ਹਰ ਇੱਕ ਰਿਚੁਅਲ ਟ੍ਰੈਡੀਸ਼ਨ ਦੀ ਆਪਣੀ ਇੱਕ ਬਿਊਟੀ ਹੈ, ਉਹ ਤੁਹਾਨੂੰ ਐਜ਼ ਏ ਸੁਸਾਇਟੀ, ਐਜ਼ ਏ ਕਮਿਊਨਿਟੀ ਬਹੁਤ ਬੰਨ ਕੇ ਰੱਖਦਾ ਹੈ, ਔਰ ਉਹ ਹਰ ਇੱਕ ਦੀ ਬਹੁਤ ਪਿਆਰੀ ਹੈ। ਸੋ ਮੈਨੂੰ ਇਹ ਚੀਜ਼ ਫੀਲ ਹੁੰਦੀ ਕਿ ਇਹ ਸਾਨੂੰ ਸ਼ਾਇਦ ਅੱਜ ਸਾਰਿਆਂ ਨੂੰ ਹੀ ਇੱਕ ਸਿੱਖਣ ਦੀ ਲੋੜ ਹੈ ਕਿ ਇਹ ਵੀ ਇੱਕ ਕਿਸਮ ਦਾ ਫੀਅਰ ਹੈ ਜੋ ਸਾਡੀ ਕਮਿਊਨਿਟੀ ਵਿੱਚ ਵੀ ਡਰਾਈਵ ਕਰਦਾ ਕਿ ਸੰਭਾਲ ਕੇ ਰੱਖੀਏ ਕੁਛ ਪਰਟੀਕੁਲਰ ਸੈਗਮੈਂਟਸ, ਜਾਂ ਕੁਛ ਪਰਟੀਕੁਲਰ ਇਸੇ ਨੂੰ ਸਪੋਰਟ ਕੀਤਾ ਜਾਏ। ਪਿੱਛੇ ਇਹ ਵੀ ਗੱਲ ਸਟਾਰਟ ਹੋ ਗਈ ਕਿ ਵੀ ਹੋਰ ਲਗਾਓ ਲੰਗਰ, ਇਹ ਤੁਹਾਨੂੰ ਤਾਂ ਕਦੇ ਬਰਾਬਰੀ ਦਾ ਹੱਕ ਨਹੀਂ ਦੇਣਗੇ, ਜਾਂ ਤੁਹਾਨੂੰ ਹਮੇਸ਼ਾ ਮਤਲਬ ਇਹ ਇੱਕ ਕਿਰਦਾਰ ਹੈ, ਉਹ ਰੱਬੀ ਗੁਣ ਨੇ। ਜਦੋਂ ਅਸੀਂ ਮੂਲ ਮੰਤਰ ਦੀ ਗੱਲ ਕਰਦੇ ਹਾਂ ਤਾਂ ਉਹ ਮੂਲ ਹੈ ਸਾਡਾ ਇੱਕ ਇਨਸਾਨ ਦਾ, ਜਿਸ ਵੀ ਇਨਸਾਨ ਦੀ ਜ਼ਿੰਦਗੀ ਦਾ ਆਧਾਰ ਮੂਲ ਮੰਤਰ ਹੈ। ਜੇ ਸਾਡੇ ਅੰਦਰ ਉਸੇ ਪਰਮਾਤਮਾ ਦਾ ਅੰਸ਼ ਹੈ, ਉਸੇ ਪਰਮਾਤਮਾ ਦੀ ਸੋਲ ਹੈ, ਤਾਂ ਮੇਰੇ ਗੁਣ ਤਾਂ ਫਿਰ ਮੂਲ ਮੰਤਰ ਵਾਲੇ ਹੋਣੇ ਚਾਹੀਦੇ ਹੈ ਨਾ। ਉਹਦਾ ਨਿਰਭਉ, ਨਿਰਵੈਰ, ਉਹ ਸਭ ਇੱਕ ਇੱਕ ਵਰਡ ਮੇਰੀ ਜ਼ਿੰਦਗੀ ਦੇ ਵਿੱਚ
ਮੈਂ ਮੇਰੀ ਹਰ ਰੋਜ਼ ਇਹ ਕੋਸ਼ਿਸ਼ ਹੋਣੀ ਚਾਹੀਦੀ ਕਿ ਮੈਂ ਉਹਨਾਂ ਗੁਣਾਂ ਨੂੰ ਆਪਣੀ ਲਾਈਫ ਦੇ ਵਿੱਚ ਕਿੱਦਾਂ ਉਜਾਗਰ ਕਰ ਸਕਾਂ, ਕਿੱਦਾਂ ਉਹਨਾਂ 'ਤੇ ਚੱਲ ਸਕਾਂ। ਔਰ ਉਹ ਸੀਕਿੰਗ ਦੀ ਜਰਨੀ ਦੇ ਵਿੱਚ ਵੀ ਆਰ ਆਲ ਈਕੁਅਲ, ਉਹ ਚਾਹੇ ਕਿਸੇ ਵੀ ਰਿਲੀਜਨ ਦਾ ਹੋ ਸਕਦਾ, ਵੀ ਆਰ ਆਲ ਇਨ ਦ ਸੇਮ ਕਲਾਸ। ਜੋ ਵੀ ਇਨਸਾਨ ਸੀਕਿੰਗ ਦੀ ਜਰਨੀ ਦੇ ਵਿੱਚ ਅੱਗੇ ਨਿਕਲ ਕੇ ਦੁਨੀਆ ਦੇ ਕਿਸੇ ਵੀ ਅਹੁਦੇ ਤੇ ਪਹੁੰਚਦਾ ਹੈ, ਆਈ ਸ਼ੁੱਡ ਨਾਟ ਥਿੰਕ ਲਾਈਕ ਕਿ ਉਹ ਕਿਸੇ ਫਲਾਣੀ ਕਮਿਊਨਿਟੀ ਦਾ ਬੰਦਾ ਬਹੁਤ ਉੱਪਰ ਚਲਾ ਗਿਆ, ਦੇਖੋ ਸਾਡੀ ਕਮਿਊਨਿਟੀ ਨੂੰ ਨਹੀਂ ਹੋਣਾ ਚਾਹੀਦਾ। ਆਈ ਐਮ ਰੀਅਲੀ ਸੌਰੀ, ਮੈਨੂੰ ਇਹ ਚੀਜ਼ ਥੋੜ੍ਹੀ ਜਿਹੀ ਕਈ ਵਾਰ ਫੀਲ ਹੁੰਦੀ ਹੈ। ਸੋ ਦੇਰ ਆਰ ਫਿਊ ਪੁਆਇੰਟਸ ਜਸਟ ਟੂ ਐਂਡ ਵਿਦ, ਮੈਂ ਇਹ ਜਸਟ ਸ਼ੇਅਰ ਕਰਨੇ ਚਾਹਾਂਗਾ। ਉਹ ਹੈਗੇ ਕਿ ਫੀਅਰ ਆਸਕਸ ਯੂ ਟੂ ਕੀਪ ਰਨਿੰਗ, ਫੇਥ ਆਸਕਸ ਯੂ ਟੂ ਹੈਵ ਪੇਸ਼ੈਂਸ, ਫੀਅਰ ਮੇਕਸ ਯੂ ਸੈਲਫਿਸ਼, ਫੇਥ ਮੇਕਸ ਯੂ ਸੈਲਫਲੈਸ। ਵੀ ਥਿੰਕ ਲਾਈਫ ਨੈਵਰ ਅਲਾਉਜ਼ ਯੂ ਟੂ ਹੈਵ ਫੇਥ। ਅਸੀਂ ਕਈ ਵਾਰ ਸੋਚਦੇ ਹਾਂ ਕਿ ਵੀ ਜ਼ਿੰਦਗੀ ਇੰਨਾ ਜ਼ਿਆਦਾ ਸਾਡੀ ਲਾਈਫ ਦੇ ਵਿੱਚ ਭੱਜ ਦੌੜ ਹੈ, ਇੰਨੀ ਕੁ ਜ਼ਿਆਦਾ ਹਰ ਬੰਦੇ ਦੀ ਲਾਈਫ ਬਿਜ਼ੀ ਹੈ, ਕਿ ਉਹ ਰੁਕਣ ਦਾ ਸਹਿਜ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਕੰਟੈਂਪਲੇਟ ਕਰਨ ਦਾ ਟਾਈਮ ਕਿਸੇ ਕੋਲ ਵੀ ਨਹੀਂ ਹੈਗਾ। ਲੇਕਿਨ ਸੱਚ ਤਾਂ ਇਹ ਹੈ, ਟਰੁੱਥ ਇਜ਼, ਲਾਈਫ ਓਨਲੀ ਸਪੋਰਟਸ ਫੇਥ ਐਂਡ ਪਨਿਸ਼ਿਜ਼ ਫੀਅਰ। ਔਰ ਇਹ ਚਾਹੇ ਹੁਣ ਦੇ ਹਾਲਾਤ ਦੇਖ ਲਈਏ, ਚਾਹੇ ਆਪਾਂ ਆਪਣਾ ਪਾਸਟ ਦੇਖ ਲਈਏ, ਚਾਹੇ ਫਿਊਚਰ 'ਚ ਜੋ ਹੋਏਗਾ, ਇਹ ਡੈਫੀਨੇਟਲੀ ਇੱਕ ਚੀਜ਼ ਐਸਾ ਟਰੁੱਥ ਹੈ ਜਿਹੜਾ ਹਰ ਜਗ੍ਹਾ ਅਪਲਾਈ ਹੋਏਗਾ। ਐਂਡ ਦੈਨ ਅਸੀਂ ਕਹਿੰਦੇ ਹਾਂ ਕਿ ਫੀਅਰ ਟੀਚਿਸ ਡਿਸਕ੍ਰਿਮੀਨੇਸ਼ਨ ਐਂਡ ਫੇਥ ਟੀਚਿਸ ਯੂ ਟੂ ਲਵ। ਫੇਥ ਹੈ ਜੋ ਇੱਕ ਪ੍ਰੇਮ ਆਪਣੇ ਜ਼ਿੰਦਗੀ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮਿਰਿਓ, ਆਪਣੇ ਈਗੋ ਨੂੰ ਐਕਚੁਅਲੀ ਖਤਮ ਕਰਕੇ ਜਿਉਂਦੇ ਜੀ ਮਰਨ ਵਾਂਗ। ਜਦੋਂ ਇੱਕ ਸਿਚੁਏਸ਼ਨ ਇੱਕ ਇਨਸਾਨ ਦੀ ਜ਼ਿੰਦਗੀ 'ਚ ਹੈ, ਪ੍ਰੇਮ ਦੀ ਸ਼ੁਰੂਆਤ, ਉਸ ਖੇਡ ਦੀ ਸ਼ੁਰੂਆਤ ਤਾਂ ਉਦੋਂ ਹੁੰਦੀ ਜਾ ਕੇ। ਫਾਈਨਲੀ ਫੀਅਰ ਮੇਕਸ ਯੂ ਇਟਸ ਸਲੇਵ, ਵੇਅਰ ਐਸ ਫੇਥ ਲਿਬਰੇਟਸ ਯੂ। ਉਹੀ ਕੁਛ ਥਾਟਸ ਨੇ, ਮੈਂ ਕਈ ਦਿਨਾਂ ਤੋਂ ਇਸ ਤਰ੍ਹਾਂ ਦੇ ਕਈ ਥਾਟਸ ਦੇ ਵਿੱਚ ਜੀ ਰਿਹਾ ਸੀ, ਸੋਚ ਰਿਹਾ ਸੀਗਾ। ਬਹੁਤ ਪਿੱਛੇ ਕਮਿਊਨਿਟੀ ਦੇ ਵਿੱਚ ਕਈ ਐਸੇ ਇਸ਼ੂਜ਼ ਦੇਖੇ, ਜਦੋਂ ਦੇਖਿਆ ਕਿ ਕਨਫਲਿਕਟ ਬੜੇ ਵੱਡੇ ਹੁੰਦੇ ਚਲੇ ਜਾ ਰਹੇ ਆ, ਕੋਈ ਦੋ ਸੈਗਮੈਂਟਸ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਬਹੁਤ ਵੱਡਾ ਸ਼ਾਇਦ ਟਕਰਾਵ ਹੋ ਜਾਏਗਾ ਇਹਨਾਂ ਦੇ ਵਿੱਚ। ਗੱਲ ਕਿੰਨੀ ਸੀਗੀ, ਇੱਕ ਸਾਈਡ ਬਹੁਤ ਸਾਇੰਟਿਫਿਕ ਲੌਜਿਕ ਨੂੰ ਬਹੁਤ ਜ਼ਿਆਦਾ ਪ੍ਰਚਾਰ ਰਹੀ ਸੀਗੀ, ਦੂਸਰੀ ਸਾਈਡ ਇੱਕ ਬਹੁਤ ਸ਼ੀਅਰ ਫੇਥ 'ਤੇ ਚੱਲ ਰਹੀ ਸੀਗੀ, ਇੱਕ ਬਹੁਤ ਅਪਾਰ ਸ਼ਰਧਾ 'ਤੇ ਚੱਲ ਰਹੀ ਸੀਗੀ। ਦੋਨੋਂ ਸਾਈਡਸ ਹੀ ਜਦੋਂ ਆਪਣੇ ਹੱਦ ਬੰਨੇ ਟੱਪ ਜਾਂਦੀਆਂ ਤਾਂ ਦੋਹਾਂ ਦੇ ਲਈ ਪ੍ਰੋਬਲਮ ਹੈ। ਦੋਹਾਂ ਨੂੰ ਇੱਕ ਬੇਸਿਕ ਐਸੈਂਸ ਜਦੋਂ ਭੁੱਲ ਜਾਏ ਕਿ ਅਸੀਂ ਇਕੱਠੇ ਕਰਨ ਲਈ ਆਪਣਾ ਐਫਰਟ ਕਰਨਾ ਹੈ, ਹਰ ਚੀਜ਼ ਨੂੰ ਜੋੜਨ ਲਈ ਕਰਨਾ ਹੈ, ਤੋੜਨ ਲਈ ਨਹੀਂ ਕਰਨਾ ਹੈਗਾ। ਤਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਪਿੱਛੇ ਬੜਾ ਕਨਫਲਿਕਟ ਰਿਹਾ ਇਸ ਗੱਲ 'ਤੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਅੰਤ ਸਮੇਂ ਨੂੰ ਲੈ ਕੇ ਕਿ ਉਹ ਕੀ ਸੀ ਕਿਵੇਂ ਨਹੀਂ ਸੀ, ਆਈ ਥਿੰਕ ਵਟ ਡਜ਼ ਇਟ ਮੈਟਰ ਕਿ ਐਗਜੈਕਟਲੀ ਉਹਦਾ ਕੀ ਵਰਜਨ ਹੈ, ਕੀ ਸੱਚ ਹੈ ਕੀ ਨਹੀਂ ਹੈ। ਵਟ ਮੈਟਰ ਇਜ਼ ਕਿ ਐਂਡ 'ਤੇ ਉਹ ਗੱਲ ਤੁਹਾਨੂੰ ਸਿਖਾ ਕੇ ਕੀ ਗਈ ਹੈ, ਉਹਨਾਂ ਦਾ ਅੰਤ ਸਮਾਂ ਸਿਖਾ ਕੀ ਰਿਹਾ ਹੈ। ਉਹਨਾਂ ਦਾ ਅੰਤ ਸਮਾਂ ਇਹੀ ਸਿਖਾ ਰਿਹਾ ਹੈ ਕਿ ਉਹਨਾਂ ਦੀ ਪੂਰੀ ਜ਼ਿੰਦਗੀ ਜਿਸ ਸੋਚ ਨੂੰ ਜਿਉਂਦਿਆਂ ਨਿਕਲ ਗਈ, ਇਸ ਪ੍ਰਚਾਰਦਿਆਂ ਨਿਕਲ ਗਈ, ਜਿਸ ਸੱਚ ਨਾਲ ਉਹਨਾਂ ਨੇ ਆਪਣੇ ਐਕਸਪੈਰੀਮੈਂਟਸ ਕੀਤੇ, ਐਂਡ 'ਤੇ ਜਾ ਕੇ ਉਹਨਾਂ ਨੇ ਉਹਨਾਂ ਦੋਹਾਂ ਸੈਕਟਸ ਨੂੰ ਇਹੀ ਮੈਸੇਜ ਦਿੱਤਾ ਕਿ ਉਹ ਫੁੱਲਾਂ ਵਾਂਗ ਹੈ, ਔਰ ਉਹ ਫੁੱਲਾਂ ਦੀ ਫਰੈਗਰੈਂਸ ਹੀ ਤੁਹਾਡੀ ਲਾਈਫ ਦੇ ਵਿੱਚ ਰਹਿਣੀ ਚਾਹੀਦੀ ਹੈ, ਸਰੀਰਾਂ ਤੱਕ ਸੀਮਿਤ ਹੋਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ। ਤੋ ਕਿਉਂ ਅਸੀਂ ਸਿਰਫ ਇੱਕ ਐਸੈਂਸ ਨੂੰ ਪਕੜ ਕੇ ਜੁੜਨ ਦੀ ਗੱਲ ਨਹੀਂ ਕਰਦੇ, ਅਸੀਂ ਹਮੇਸ਼ਾ ਫੀਅਰਸ 'ਤੇ ਡਰਾਈਵ ਹੋ ਕੇ ਇੱਕ ਦੂਸਰੇ ਨੂੰ ਆਪਣੇ ਤੋਂ ਦੂਰ ਪੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਤੋ ਇਹੀ ਮੇਰੇ ਕੁਛ ਥਾਟਸ ਸੀਗੇ। ਤੋ ਭੁੱਲ ਚੁੱਕ ਲਈ ਖਿਮਾ ਮੰਗਣਾ ਚਾਹੁੰਦਾ, ਅਤੇ ਬਾਕੀ ਜੋ ਵੀ ਤੁਸੀਂ ਅੱਗੇ, ਮੈਂ ਚਾਹੁੰਦਾ ਕਿ ਸਾਰੇ ਇਸ ਪਾਠ ਨੂੰ ਆਪਣੀ ਲਾਈਫ ਦੇ ਵਿੱਚ ਕਿਤੇ ਲੱਭ ਸਕੀਏ। ਔਰ ਅਸਾਈਨਮੈਂਟਸ ਦੇ ਤੌਰ 'ਤੇ ਮੈਂ ਸਿੰਪਲੀ ਇੱਕ ਇਹ ਗੱਲ ਕਹਾਂਗਾ ਕਿ ਕੋਸ਼ਿਸ਼ ਕਰੀਏ ਆਪਣੀ ਲਾਈਫ ਦੇ ਵਿੱਚ, ਚਾਹੇ ਕੱਲ੍ਹ ਜਾਂ ਪਰਸੋਂ ਦੇ ਵਿੱਚ, ਕੋਈ ਇੱਕ ਐਸੀ ਪਰਸਨ ਜਾਂ ਕੋਈ ਐਸੀ ਥਾਟ ਜਾਂ ਐਸੀ ਕੋਈ ਸਾਡੀ ਜੋ ਬਣੀ ਹੋਈ ਹੈ ਮਾਇੰਡ ਦੇ ਵਿੱਚ, ਜਿਹੜੀ ਸਾਨੂੰ ਕਿਸੇ ਤੋਂ ਨਫ਼ਰਤ ਕਰਵਾ ਰਹੀ ਹੈ, ਕਿਸੇ ਤੋਂ ਬਹੁਤ ਦੂਰ ਕਰ ਰਹੀ ਹੈ, ਇੱਕ ਵਾਰੀ ਇਹ ਟਾਈਮ ਬੈਸਟ ਮਿਲਿਆ ਹੋਇਆ ਸਾਰਿਆਂ ਨੂੰ, ਉਸ ਕਿਸੇ ਇੱਕ ਪਰਸਨ, ਹਰ ਬੰਦਾ ਆਪਣੀ ਲਾਈਫ ਦੇ ਵਿੱਚ ਕੋਈ ਇੱਕ ਪਰਸਨ ਲੱਭ ਲਓ ਜਿਹਦੇ ਨਾਲ ਤੁਹਾਨੂੰ ਐਕਚੁਅਲ 'ਚ ਬਹੁਤ ਤੁਹਾਡੇ ਅੰਦਰ ਕੋਈ ਮਾੜੇ ਥਾਟਸ ਨੇ ਜਾਂ ਤੁਸੀਂ ਉਹਨੂੰ ਨਹੀਂ ਪਸੰਦ ਕਰਦੇ, ਨਫ਼ਰਤ ਕਰਦੇ ਹੋ, ਇੱਕ ਵਾਰ ਸਹਿਜ ਦੇ ਵਿੱਚ ਰਹਿ ਕੇ ਪੂਰੀ ਇਸ ਚੀਜ਼ ਨੂੰ ਆਪਾਂ ਪੜਚੋਲ ਕਰੀਏ ਕਿ ਆਖਿਰ ਉਸ ਚੀਜ਼ ਦਾ ਜਨਮ ਹੋਇਆ ਕਿੱਥੋਂ, ਉਸ ਇਨਸਾਨ ਦੇ ਨਾਲ ਮੇਰਾ ਜੋ ਰਿਸ਼ਤਾ ਐਸਾ ਕਿਉਂ ਬਣ ਗਿਆ ਹੈ, ਉਸ ਚੀਜ਼ ਦੀ ਪਿੱਛੇ ਸ਼ੁਰੂਆਤ ਇੱਕ ਇੱਕ ਸਟੈਪ ਕਰਦੇ ਹੋਏ ਪੇਸ਼ੈਂਸ ਦੇ ਨਾਲ, ਇੱਕ ਬੇਸਿਕ ਐਸੈਂਸ ਦੇ ਨਾਲ ਕਿ ਉਹ ਬੰਦਾ ਮੇਰਾ ਭਰਾ ਜਾਂ ਭੈਣ ਹੈ, ਉਹ ਮੇਰੀ ਹੀ
तरह मेरा ही सोल दा एक उस परमात्मा दी सोल दा मेरा एक साथी है। ते जदों मैनूं उहदे विच अपना भरा या भैण नज़र आएगी, अपने माँ या माता जी या पिता जी नज़र आएंगे, तो मैनूं लगदा कि असी फिर डिस्क्रिमिनेट करन नालों जेन्युइनली उस रूट कॉज वल वधन की कोशिश करांगे जिन्हें सानूं अलग किया है। और जवाब उत्थे ही कितें लुकिया हुंदा है। और यही मैनूं लगदा कि हर इंसान अपनी लाइफ में कुछ कोशिश कर सकता है जी। फुलां चुकां दी खिमा, वाहिगुरू जी का खालसा, वाहिगुरू जी की फतह। बोले सो नेहा, बोले सो नेहा। सारिया ने अपने घर जयकारा गजाया जी, गज के कि नहीं? मैं देखा जयकारा ही गज के बुला लवो ना जी, गजा लवो, जयकारा गजा लवो ते फियर दूर हो जाता, डर दूर हो जाता जी। कमाल दी गल, बहुत प्यारियां गल्लां सतदीप सिंह जी ने कीतियां ने। चैट्स दे विच तुहाडे सारयां दे फीडबैक आ रहे ने। सत श्री अकाल नामपाव जी, तुहाडी आवाज आ गई मेरे तक। कुछ बेनतियां जो सतदीप जी ने कीतियां ने, बहुत प्यारी गल के साडे करैक्टर दा टैसट हो रहा है इस वेले। किन्ना कु असी डर रहे हां ते किन्ना कु साडा भरोसा है, साडे कोल शब्द भरोसा है। किसी ने यकीन लिखिया सी पर वाणी च भरोसा शब्द है। दूजी गल, सतदीप जी सारे तुहाडा नंबर मंग रहे ने, जे ठीक समझो तुसी दे दियो, नहीं तो फिर साडे नाल संपर्क कर लेंगे, असी ओ छाण के तुहाडे तक भेज दांगे। तीसरी गल जिहड़ी तुसी कीती है कि प्रॉब्लम जिहड़ी है ना, मैं तो एक गल कहना कि प्रॉब्लम शब्द जिहड़ा है ना उहनू अपनी लाइफ चो कढ दईए, इहदी जगह शब्द ले आईए चैलेंज। एक चैलेंज आया, द मूवमेंट वी से चैलेंज, असी तैयार हो जाने भी लॉ जी असी तो चैलेंज नाल निपटना है। जो असी प्रॉब्लम कहने ना, असी डाउन हो जाने। जिवें कल भैन जी ने महल कला तो कल परसों गल कही कि ना कहो जी मौसम खराब है, ये कहो जी मौसम बदलिया है। बहुत प्यारी गल, लेट अस टेक केयर ऑफ द वर्ड्स वी आर यूजिंग। हर प्रॉब्लम दे विच ऑपरचुनिटी हुंदी है, लिख लो जी सारे, बड़ी जरूरी गल। आ बहुत प्यारा जशनप्रीत सिंह जी ने लिखा, फेथफुल परसनस आर फीयरलैस, ये भी लिख लो जी अपने ज्ञान गोलक दे विच। चिड़िया तो बाज तुड़ान की गल सानू जिहड़ी पातशाह ने दिती है, भी इहदे च आया सी। एक गल होर सतदीप जी ने की है कि असी पॉज करिए, पॉज होंदा रुकना। बड़ी तेज जिंदगी की रफ्तार भजी जाती सी, इस सिस्टम ने इस हालात ने उन्हें रोक दिता है, सानू थोड़ी देर समझन लई सोचन लई मजबूर किया है। जिहड़ी सुपेरिटी थॉट की गल सतदीप जी ने की है, मैनू लगता है उहदा मतलब यह है कि यह कहना कि केवल असी ठीक हाँ यह ठीक नहीं है। ਕਿੱਥੇ ਭਗਤ ਵਸੈ ਕੇ ਲੋ, ਕੋਈ ਰਾਮ ਕਹਿ ਕੇ ਪਰਮਾਤਮਾ ਨਾਲ ਜੁੜ ਰਿਹਾ, ਕੋਈ ਅੱਲਾ ਕਹਿ ਕੇ ਜੁੜ ਰਿਹਾ, ਸਾਨੂੰ ਓਨਾ ਹੀ ਪਿਆਰਾ ਲੱਗਦਾ ਹੈ। ਕਿਉਂਕਿ ਅਸੀਂ ਕਹਿੰਦੇ ਹਾਂ ਅੱਲਾ ਨੂੰ ਰਾਮ, ਪਰਮਾਤਮਾ ਨੂੰ ਰਾਮ ਵੀ ਕਿਹਾ ਜਾ ਸਕਦਾ, ਅੱਲਾ ਵੀ ਕਿਹਾ ਜਾ ਸਕਦਾ, ਗੋਪਾਲ ਵੀ ਕਿਹਾ ਜਾ ਸਕਦਾ। ਕਿਆ ਬਾਤ ਹੈ, ਸਾਡੀ ਸੋਚ ਦਾ ਵਿਕਾਸ ਨਿਰੰਤਰ ਹੁੰਦਾ ਰਹੇਗਾ। ਤੇ ਬਾਣੀ ਵਿੱਚ ਪਾਤਸ਼ਾਹ ਡਰ ਬਾਰੇ ਫੁਰਮਾਨ ਕਰਦੇ ਨੇ, ਕਹਿੰਦੇ ਨੇ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਜੇ ਪਰਮਾਤਮਾ ਦਾ ਡਰ ਤੇਰੇ ਅੰਦਰ ਪੈਦਾ ਹੋ ਜਾਵੇ, ਦੁਨੀਆਂ ਦੇ ਸਾਰੇ ਡਰ ਦੂਰ ਹੋ ਜਾਣ। ਕਿਆ ਬਾਤ, ਮਿਟਰ ਹੋ ਜਾਵਾਂਗੇ। ਨਿਰਭਉ ਜਪੈ ਸਗਲ ਭਉ ਮਿਟੈ। ਇੱਕ ਫੁਰਮਾਨ ਆਉਂਦਾ ਵੀ ਤਿੰਨ ਡਰ ਸੱਟ ਕੱਤਿਆ, ਉਹ ਡਰ ਨੂੰ ਸੱਟ ਕੇ ਜਿਹੜਾ ਹੈ ਉਹ ਅੱਗੇ ਵੱਧ ਜਾਂਦੇ ਨੇ। ਔਰ ਅੱਜ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਵੀ ਹੈ, ਇਹ ਕਿੰਨੀ ਕਮਾਲ ਦੀ ਗੱਲ ਵੀ ਨਿਡਰ ਸਨ। ਔਰ ਅਸੀਂ ਜੁਝਾਰੂ ਹਾਂ, ਸਾਡੀ ਕੌਮ ਹੀ ਜੁਝਾਰੂਆਂ ਦੀ ਹੈ, ਬਿਲਕੁਲ ਅਸੀਂ ਡਰ ਤੋਂ ਨਹੀਂ ਘਬਰਾਉਂਦੇ। ਇੱਕ ਹੋਰ ਇੰਗਲਿਸ਼ ਦਾ ਕੋਟ ਮੈਨੂੰ ਯਾਦ ਆਇਆ, ਲਿਖ ਲਓ ਜੀ, ਬਹੁਤ ਕੰਮ ਆਏਗਾ ਜੀ, ਬਹੁਤ ਕੰਮ ਦੀ ਗੱਲ, ਫਟਾਫਟ ਕੈਚ ਕਰ ਲਓ ਜੀ। ਦ ਮੋਰ ਯੂ ਨੋ The less you fear, जिन्ना ज्यादा तुसी जानकार हुंदे हो, जिन्ना ज्यादा जानदे हो, उन्ना डर घट हुंदा है। जिन्हों जेड़े कोरोना बारे घट जानदे ने उन्हां दा डर ज्यादा होएगा, ते जेड़े इस तो भी ज्यादा जानदे ने
ਕਿ ਕਰੋਨਾ ਪਰਮਾਤਮਾ ਦੀ ਖੇਡ ਹੈ, ਮੈਂ ਸਵੱਛਤਾ ਸਫਾਈ ਦਾ ਧਿਆਨ ਰੱਖਣਾ ਹੈ, ਆਪਣੇ ਮਨ ਨੂੰ ਦ੍ਰਿੜ ਰੱਖਣਾ ਹੈ, ਉਹ ਕਰੋਨਾ ਤੋਂ ਨਹੀਂ ਡਰਦੇ। ਜੇ ਸਾਰਾ ਦਿਨ ਕਰੋਨਾ ਕਰੋਨਾ ਕਰੀ ਜਾਵਾਂਗੇ ਮਨ ਦੇ ਵਿੱਚ ਡਰ ਆ ਜਾਏਗਾ, ਤੇ ਜੇ ਸਾਰਾ ਦਿਨ ਪਰਮਾਤਮਾ ਨਾਲ ਜੁੜੇ ਰਵਾਂਗੇ, ਸਫਾਈ ਦਾ, ਸੁਚਿੱਤਾ ਦਾ, ਸਵੱਛਤਾ ਦਾ ਧਿਆਨ ਰੱਖਾਂਗੇ, ਪਰ ਡਰ ਸਾਡੇ ਅੰਦਰ ਨਹੀਂ ਹੋਏਗਾ। ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਜੀ ਨੇ ਬੜੇ ਸੋਹਣੀ ਚੈਟ ਕੀਤੀ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਨੇ ਇੰਟਰਫੇਥ ਅੰਡਰਸਟੈਂਡਿੰਗ ਜਿਹੜੀ ਹੈ ਇਹ ਸ਼ੁਰੂ ਕੀਤੀ ਸੀ। ਔਰ ਸੱਚਮੁੱਚ ਸਤਦੀਪ ਜੀ ਤੁਹਾਡਾ ਧੰਨਵਾਦ, ਇਹ ਬੜਾ ਥੋਟ ਪ੍ਰੋਵੋਕਿੰਗ ਸੀ ਤੇ ਬ੍ਰੇਨ ਸਟੋਰਮਿੰਗ ਸੀ। ਇਹ ਦੋ ਸ਼ਬਦ ਲਿਖੋ ਜੀ, ਥੋਟ ਪ੍ਰੋਵੋਕਿੰਗ। ਪ੍ਰੋਵੋਕ ਕੀ ਹੁੰਦਾ ਜੀ ਪੰਜਾਬੀ ਚ ਕੀ ਕਹਾਂਗੇ ਜੀ? ਪੰਜਾਬੀ ਵਾਲੇ ਮੇਰੇ ਨਾਲ ਬੈਠੇ ਨੇ ਪਰ ਇਹਨਾਂ ਤੋਂ ਨਹੀਂ ਪੁੱਛਦਾ ਜੀ, ਬਾਅਦ ਚ ਸੰਗਤ ਤੋਂ ਪੁੱਛਦਾ ਜੀ। ਪ੍ਰੋਵੋਕ ਕਰਨਾ, ਕੀ ਕਰਨਾ ਜੀ? ਭੜਕਾਉਣਾ। ਰੁਪਿੰਦਰ ਕੌਰ ਜੀ ਲਿਖ ਰਹੇ ਨੇ ਜੀ, ਉਕਸਾਉਣਾ। ਹਾਂ ਸਾਡੇ ਵੀਰ ਜੀ ਸ਼ਾਨ ਸਾਹਿਬ ਕਹਿੰਦੇ ਨੇ ਵੀ ਚੂੰਡੀ ਮਾਰਨੀ, ਕਿਸੇ ਨੂੰ ਚੂੰਡੀ ਮਾਰਨੀ ਉਹ ਇੱਕਦਮ ਉਹਦੇ ਤੇ ਰਿਐਕਟ ਕਰੇਗਾ। ਉਗਲਵਾਉਣਾ, ਥੋਟ ਪ੍ਰੋਵੋਕ ਕਰਨਾ, ਵੀ ਇੰਸਟੀਗੇਟ ਕਰਨਾ ਵੀ ਬਹੁਤ ਅੱਛਾ, ਕੁਲਵੰਤ ਕੌਰ ਜੀ ਲਿਖ ਰਹੇ ਨੇ। ਤੇ ਦੂਸਰਾ ਇੱਕ ਸ਼ਬਦ ਹੈ ਬ੍ਰੇਨ ਸਟੋਰਮਿੰਗ। ਬ੍ਰੇਨ ਮੈਨੇ ਦਿਮਾਗ, ਮਤ, ਸਟੋਰਮਿੰਗ, ਸਟੋਰਮ ਹੁੰਦਾ। ਹਾਂਜੀ ਠੀਕ ਲਿਖ ਦਿੱਤਾ ਜੀ ਇਸ਼ਮਨਪ੍ਰੀਤ ਜੀ ਨੇ। ਸਟੋਰਮ ਕੀ ਹੁੰਦਾ? ਤੂਫਾਨ। ਵੈਰੀ ਗੁੱਡ ਜੀ, ਤੂਫਾਨ ਆ ਜਾਣੀ, ਬ੍ਰੇਨ ਦੇ ਵਿੱਚ ਤੂਫਾਨ ਆ ਜਾਣੀ, ਗਿਆਨ ਕੀ ਆਈ ਆਂਧੀ। ਬਹੁਤ ਵਧੀਆ ਜੀ, ਆਓ ਅਸੀਂ ਸਾਰੇ ਜਣੇ ਇਹ ਜੋ ਵਿਚਾਰ, ਨੌਜਵਾਨ ਆਰਟਿਸਟ, ਇਹ ਜਿਹੜੇ ਆਰਟਿਸਟ ਹੁੰਦੇ ਨੇ ਬੜੇ ਕੋਮਲ ਹਿਰਦੇ ਵਾਲੇ ਹੁੰਦੇ ਨੇ, ਇਹ ਨਵੇਂ ਤਰੀਕੇ ਨਾਲ ਦੇਖਦੇ ਨੇ, ਇਹਨਾਂ ਦਾ ਦ੍ਰਿਸ਼ਟੀ ਹੋਰ ਤਰ੍ਹਾਂ ਦੀ ਹੁੰਦੀ ਹੈ, ਉਹਨੂੰ ਇਹ ਹੋਰ ਤਰੀਕੇ ਨਾਲ ਪੇਸ਼ ਕਰਦੇ ਨੇ। ਸੋ ਸਤਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਅੱਜ ਦਾ ਜੋ ਇਹਨਾਂ ਦਾ ਵਿਸ਼ੇਸ਼ ਇਹ ਗੱਲ ਸਾਡੇ ਲਈ ਪ੍ਰੇਰਨਾਤਮਕ ਹੈ ਕਿ ਅਸੀਂ ਸਾਰੇ ਡਰੀਏ ਨਾ। ਹਾਂ ਅਸੀਂ ਘਰ ਵਿੱਚ ਹੀ ਰਹੀਏ, ਅਸੀਂ ਆਪਣੀ ਸਿਹਤ ਦਾ ਧਿਆਨ ਕਰੀਏ, ਕਸਰਤ ਕਰੀਏ, ਭੋਜਨ ਠੀਕ ਖਾਈਏ, ਤੇ ਇੱਕ ਭੋਜਨ ਤੇ ਮੂੰਹ ਨਾਲ ਖਾਂਦੇ ਹਾਂ, ਤੇ ਅੱਜ ਕੱਲ੍ਹ ਬਹੁਤ ਸਾਰਾ ਭੋਜਨ ਅੱਖਾਂ ਨਾਲ ਵੀ ਕੋਈ ਖਾ ਰਹੇ ਨੇ, ਮੋਬਾਈਲ ਵਾਲੇ, ਉਹਦੇ ਬਾਰੇ ਸ਼ਾਨ ਸਾਹਿਬ ਨੇ ਦੱਸਤਾ ਸੀ। ਇੱਕ ਹੋਰ ਭੋਜਨ ਕਿੱਥੋਂ ਖਾ ਰਹੇ ਹਾਂ ਜੀ ਅਸੀਂ? ਕੰਨਾਂ ਤੋਂ ਖਬਰਾਂ ਸੁਣ ਸੁਣ ਕੇ। ਹਾਂ ਪਰ ਇੱਕ ਹੋਰ ਭੋਜਨ ਅਸੀਂ ਲੈ ਰਹੇ ਹਾਂ, ਈ ਸੰਗਤ ਦਾ। ਵਾਹ ਜੀ ਵਾਹ, ਇਹ ਈ ਸੰਗਤ ਸਤਿਗੁਰੂ ਬਖਸ਼ਿਸ਼ ਕਰਨ। ਆਓ ਅਸੀਂ ਸਾਰੇ ਜਣੇ ਸੁਚੇਤ ਹੋਈਏ, ਔਰ ਤੁਹਾਡੇ ਜੇ ਕੁਛ ਵਿਚਾਰ ਹੋਣ। ਹਰਜੀਵਨਪ੍ਰੀਤ ਸਿੰਘ ਨਿਹੰਗ ਜੀ ਦਾ ਹੱਥ ਖੜਾ ਜੀ, ਦੋਨੋਂ ਨਵੇਂ ਨੇ ਜੀ, ਅਸੀਸ ਕੌਰ ਕੈਨੇਡਾ ਤੋਂ। ਲਓ ਬੇਟਾ ਪਹਿਲਾਂ ਇਹਨਾਂ ਦੀ, ਫਿਰ ਮੈਂ ਸੂਚਨਾਵਾਂ ਦਿਆਂਗਾ ਜੀ, ਅਟੈਂਡੈਂਸ ਵੀ ਬਾਅਦ ਚ ਹੋਏਗੀ। ਸਾਡੇ ਆਉਣ ਵਾਲੇ ਸਮੇ ਚ ਸਿੱਖ ਘਰ ਬੈਠ ਕੇ ਸਿਮਰਨ ਕਰਨ, ਨਾਮ ਜਪਣ। ਬਹੁਤ ਵਧੀਆ ਜੀ, ਤੁਸੀਂ ਆਪਣੇ ਨਾਮ ਨਾਲ ਨਿਹੰਗ ਕਿਉਂ ਲਿਖਿਆ ਜੀ? ਜਿਨ੍ਹਾਂ ਨੇ ਕੁਦਰਤੀ ਆਫ਼ਤਾਂ ਤੋਂ ਪੀੜਤ ਲੋਕਾਂ ਦੀ ਸਹਾਇਤਾ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਸੀਗਾ ਜੀ ਅੱਜ। ਕੁਦਰਤੀ ਆਫ਼ਤਾਂ ਜਿਵੇਂ ਹੜ੍ਹ, ਭੂਚਾਲ, ਜਵਾਰ ਭਾਟਾ, ਸੁਨਾਮੀ ਲਹਿਰਾਂ ਤੋਂ ਪ੍ਰਭਾਵਿਤ ਲੋਕਾਂ ਦੀ ਪਿੰਗਲਵਾੜਾ ਸੰਸਥਾ ਵੱਲੋਂ ਸਮੇਂ ਸਮੇਂ ਤੇ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ। ਸਨ 2008 ਵਿੱਚ ਜੁਲਾਈ ਅਗਸਤ ਵਿੱਚ ਪੰਜਾਬ ਵਿੱਚ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਹੜ੍ਹ ਪੀੜਤ 800 ਪਰਿਵਾਰਾਂ ਨੂੰ ਰਾਸ਼ਨ, ਘਰੇਲੂ ਸਮਾਨ ਅਤੇ ਕੰਬਲ ਵੰਡੇ ਸਨ। ਅਗਸਤ 2010 ਵਿੱਚ ਬੱਦਲ ਫਟਣ ਨਾਲ ਲੇਹ ਲਦਾਖ ਵਿੱਚ ਆਏ ਹੜ੍ਹ ਦੇ ਪੀੜਤਾਂ ਲਈ। ਚਲੋ ਬਹੁਤ ਅੱਛਾ ਬੇਟਾ,
ਬਹੁਤ ਤੁਹਾਡਾ ਧੰਨਵਾਦ। ਇਹ ਬਹੁਤ ਪਿੰਗਲਵਾੜਾ ਸੰਸਥਾ ਬੜੀ ਵਧੀਆ ਮਦਦ ਕਰ ਰਹੀ ਹੈ। ਸ਼ਾਬਾਸ਼ ਬੇਟਾ ਜੀ, ਅਸੀਂ ਸਾਰੇ ਸੰਸਥਾ ਲਈ ਵੀ ਦਸਵੰਧ ਕੱਢਿਆ ਕਰੀਏ ਜੀ। ਹਾਂਜੀ, ਨੈਕਸਟ ਜੀ, ਵਾਹਿਗੁਰੂ ਜੀ, ਨੈਕਸਟ ਬੇਟਾ। ਹਾਂਜੀ ਹਾਂਜੀ, ਕੋਟ ਈਸੇ ਖਾਂ ਤੋਂ ਹਰਵਿੰਦਰ ਕੌਰ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੋਲੋ ਜੀ, ਫਤਿਹ ਜੀ, ਆ ਰਹੀ ਆਵਾਜ਼, ਬੋਲੋ ਜੀ। ਹਾਂਜੀ ਸਰ, ਮੈਂ ਸਤਨਾਮ ਸਰਬ ਕਲਿਆਣ ਟਰਸਟ ਦੀ ਟੀਚਰ ਆ। ਹਾਂਜੀ ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਸੀ ਵੀ ਜਿੰਨਾ ਅੱਜ ਕੱਲ ਕਰੋਨਾ ਹੋ ਰਹੀ ਆ, ਜੇ ਆਪਾਂ ਓਨਾ ਹੀ ਵਾਹਿਗੁਰੂ ਦਾ ਸਿਮਰਨ ਕਰੀਏ ਤੇ ਸ਼ਾਇਦ ਇਹ ਡਰ ਨਾਲ ਹੀ ਦੂਰ ਹੋ ਜਾਊਗਾ। ਆਪਣੇ ਤੇ ਕਿਸੇ ਵੀ ਚੀਜ਼ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਜਿਹੜੀ ਚੀਜ਼ ਨੂੰ ਆਪਾਂ ਆਪਣੇ ਤੇ ਹਾਵੀ ਕਰ ਲਾਂਗੇ ਉਹ ਆਟੋਮੈਟਿਕਲੀ ਸਾਡੇ ਕੋਲ ਆਵੇਗੀ। ਹਾਂਜੀ ਬਿਲਕੁਲ ਸਹੀ, ਇਸ ਕਰਕੇ ਹਾਂਜੀ ਠੀਕ ਹੈ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ, ਨੈਕਸਟ ਜੀ, ਵਾਹਿਗੁਰੂ ਜੀ। ਹਾਂਜੀ ਕੁਲਵੰਤ ਸਿੰਘ ਜੀ, ਬੋਲੋ ਜੀ। ਵੀਰ ਜੀ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਮੈਂ ਇੱਕ ਛੋਟੀ ਜੀ ਕਹਾਣੀ ਸਾਂਝੀ ਕਰਨੀ ਚਾਹੁੰਦਾ ਜੀ, ਵੀ ਵਿਦਿਆ ਦੇ ਸੰਬੰਧ ਤੁਸੀਂ ਗੱਲ ਚੋਰੀ ਸੀ ਨਾ ਉਹਦੇ ਸੰਬੰਧ ਚ। ਹਾਂਜੀ, ਤਾਂ ਮਤਲਬ ਗੁਰੂ ਅਮਰਦਾਸ ਜੀ ਨੇ ਇੱਕ ਛੋਟਾ ਬੱਚਾ ਦੇਖਿਆ ਮਿਹਨਤ ਕਰਦਾ ਹੋਇਆ ਜੀ, ਮਿਹਨਤ ਕਰ ਰਹੇ ਸੀ ਉਹ, ਮਜ਼ਦੂਰੀ ਕਰ ਰਹੇ ਸੀ। ਗੁਰੂ ਜੀ ਨੇ ਪੁੱਛਿਆ ਵੀ ਤੂੰ ਇੰਨੀ ਛੋਟੀ ਅਵਸਥਾ ਵਿੱਚ ਕਿਉਂ ਮਿਹਨਤ ਮਜ਼ਦੂਰੀ ਲੱਗਿਆ, ਵੀ ਤੇਰਾ ਕੀ ਕਾਰਨ। ਉਹਨੇ ਆਪਦੀ ਕਹਾਣੀ ਦੱਸੀ ਵੀ ਮੇਰੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਆ, ਵੀ ਮੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈਗਾ, ਮੈਂ ਆਪਣਾ ਆਪ ਹੀ ਕਰਨਾ। ਤਾਂ ਗੁਰੂ ਜੀ ਨੇ ਉਹਦੀ ਮਿਹਨਤ ਮਜ਼ਦੂਰੀ ਬੰਦ ਕਰਵਾਈ ਜੀ। ਉਹਦੀ ਪਾਲਣਾ ਪੋਸ਼ਣਾ ਗੁਰੂ ਘਰ ਦੀ ਗੋਲਕ ਵਿੱਚੋਂ ਕੀਤੀ ਗਈ, ਉਹਨਾਂ ਦੀ ਪੜ੍ਹਾਈ ਗੁਰੂ ਨਾਨਕ ਦੀ ਗੋਲਕ ਵਿੱਚੋਂ ਕਰਾਈ ਗਈ, ਉਹਨਾਂ ਨੂੰ 15 ਪਸਾਵਾਂ ਦੀ ਜਾਣਕਾਰੀ ਹੈਗੀ ਜੀ। ਤੇ ਉਹ ਇੰਨੇ ਕਾਮਯਾਬ ਹੋਏ ਤੇ ਉਹ ਬੱਚਾ ਇੰਨਾ ਕਾਮਯਾਬ ਹੋਇਆ ਕਿ ਸਾਡਾ ਗੁਰੂ ਬਣਿਆ, ਗੁਰੂ ਰਾਮਦਾਸ ਦੇ ਰੂਪ ਵਿੱਚ ਜਿਹਨੂੰ ਸਾਰੇ ਕਹਿੰਦੇ ਨੇ ਧੰਨ ਧੰਨ ਗੁਰੂ ਰਾਮਦਾਸ, ਜਿਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਬਹਿ ਸਿਰ ਜਨ ਹਰੇ ਤਾਰਿਆ। ਇਹ ਤਾਂ ਹੋ ਸਕਿਆ ਜੀ ਜੇ ਗੁਰੂ ਜੀ ਨੇ ਉਹਦੀ ਗੁਰੂ ਨਾਨਕ ਦੀ ਗੋਲਕ ਵਿੱਚ ਮਦਦ ਕੀਤੀ। ਮਤਲਬ ਕਹਾਣੀ ਸੁਣਨ ਦਾ ਮਤਲਬ ਇਹ ਆ ਵੀ ਸਾਡੇ ਵੀ ਕੁਝ ਫਰਜ ਬਣਦੇ ਨੇ, ਜੇ ਸਾਡੇ ਵਿੱਚ ਅਨਪੜ੍ਹ ਰਹਿ ਰਹੇ ਨੇ ਤਾਂ ਸਾਡੇ ਗੁਰੂ ਨਾਨਕ ਦੀ ਜਿਹੜੇ ਗੋਲਕਾਂ ਨੇ ਉਹ ਵੀ ਅੱਗੇ ਆਉਣ ਸਾਡੀ ਬੱਚਿਆਂ ਦੀ ਪੜ੍ਹਾਈ ਲਈ। ਜਿੱਦਾਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀ ਬਾਂਹ ਫੜੀ, ਉਦਾਂ ਅਸੀਂ। ਬਹੁਤ ਠੀਕ ਹੈ ਵੀਰ ਜੀ, ਧੰਨਵਾਦ ਜੀ। ਹਾਂਜੀ ਹਾਂਜੀ, ਸੁਪ੍ਰੀਤ ਜੀ। ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ ਜੀ। ਮੈਂ ਆਪਣਾ ਜੋ ਇਹਨਾਂ ਨੇ ਸਤਦੀਪ ਸਿੰਘ ਜੀ ਨੇ ਬੋਲਿਆ ਫੇਅਰ ਐਂਡ ਫੇਸ ਦੇ ਟੌਪਿਕ ਬੜਾ ਹੀ ਸੋਹਣਾ ਸੀਗਾ, ਤੇ ਮੈਂ ਉੱਥੇ ਇੱਕ ਦੋ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਸੀ। ਅੱਜ ਕੱਲ ਜਿਵੇਂ ਸਿੱਖੀ ਕਹਿ ਲਓ, ਰਿਲੀਜਨ ਕਹਿ ਲਓ, ਜਾਂ ਕੋਈ ਵੀ ਰਿਲੀਜਨ ਹੈ, ਸਾਡਾ ਹੀ ਨਹੀਂ ਕੋਈ ਵੀ ਰਿਲੀਜਨ, ਅੱਜ ਕੱਲ ਫੀਅਰ ਤੇ ਹੀ ਚੱਲ ਰਿਹਾ। ਤਾਂ ਜਿਹੜੇ ਲੋਕੀ ਨੇ ਡੇਰੇ ਤੇ ਜਾਂ ਹੋਰ ਬਾਬਿਆਂ ਕੋਲ ਭੱਜਦੇ ਨੇ। ਸੋ ਅਸੀਂ ਚੇਂਜ ਕਰਨਾ ਫੀਅਰ ਆਫ ਰਿਲੀਜਨ ਤੋਂ ਰਿਲੀਜਨ ਆਫ ਲਵ। ਸਾਨੂੰ ਜੋ ਲੋੜ ਹੈ ਦੈਟ ਇਜ਼, ਅਸੀਂ ਆਪਣੇ ਰਿਲੀਜਨ ਦੇ ਫੀਅਰ ਦੇ ਡਰ ਤੋਂ ਨਾ ਭਜਾਈਏ, ਆਪਾਂ ਪਿਆਰ ਤੇ ਰਿਲੀਜਨ ਆਫ ਲਵ ਸ਼ੁਰੂ ਕਰੀਏ। ਮਤਲਬ ਵੀ ਨੀਡ ਟੂ ਕਨਵਰਟ ਫਰੋਮ ਗੋਡ ਫੀਅਰਿੰਗ ਟੂ ਗੋਡ ਲਵਿੰਗ ਪੀਪਲ। ਵਾਜੀ ਵਾਹ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਬੋਲੇ ਸੋ ਨਿਹਾਲ ਪਹਿਲਾਂ ਤੇ ਮਨ ਫਤਿਹ ਸਿੰਘ ਹੈ, ਦੂਸਰਾ ਦਾ ਨਾਂ ਕੀ ਹੈ ਜੀ? ਹਰਗੁਣਪ੍ਰੀਤ ਸਿੰਘ ਜੀ। ਹਰਗੁਣਪ੍ਰੀਤ ਸਿੰਘ, ਵਾਹ ਜੀ ਵਾਹ, ਬਹੁਤ ਧੰਨਵਾਦ ਜੀ ਵੀਰ ਜੀ, ਬਿਲਕੁਲ ਠੀਕ ਗੱਲਾਂ ਤੁਸੀਂ ਕੀਤੀਆਂ, ਬਹੁਤ ਧੰਨਵਾਦ ਜੀ। ਹਾਂਜੀ ਨੈਕਸਟ ਬੇਟਾ। ਹਾਂਜੀ ਜਸਵੀਰ ਸਿੰਘ ਜੀ ਨੈਕਸਟ। ਹਾਂਜੀ ਜਲਦੀ ਵੀਰ ਜੀ ਫਟਾਫਟ। ਬਰਨਾਲੇ ਤੋਂ, ਹਾਂਜੀ ਬੋਲੋ ਬੇਟਾ। ਵਧੀਆ ਹੋ ਗਿਆ। ਮੈਂ ਤੁਹਾਨੂੰ ਕਰਤੀ ਸੁਣਾਉਣੀ ਆ। ਊੜਾ ਉੱਡ ਉੱਡ ਪੈਂਦੇ ਸੂਰਮੇ,
ਆਰਾ ਅਨਖੀ ਸੇਰ ਜਵਾਨ ਈਰੀ ਇਹ ਜਿੰਦਰੀ ਗੁਰਾਂ ਤੋਂ ਸੱਸੋ ਵਾਰ ਕੁਰਬਾਨ ਸੱਸਾ ਸਿਰ ਦੇ ਕੇ ਦਸ਼ਮੇਸ਼ ਤੋਂ ਅਸੀਂ ਕੀਤਾ ਅੰਮ੍ਰਿਤ ਪਾਨ ਹਾ ਹਾ ਹੁਣ ਜਦ ਵੈਰੀਆਂ ਆ ਗਿਆ ਕੱਕਾ ਕਿਉਂ ਲੁਕਾਈਏ ਜਾਨ ਖੱਖਾ ਖੇਤ ਜਮਾ ਦਿਓ ਸੂਰਮਾ ਗੱਗਾ ਗੁਰਬਾਣੀ ਫੁਰਮਾਨ ਘੱਗਾ ਕੋ ਘੁਮਾਈ ਸ਼ਾਬਾਸ਼ ਬੇਟਾ ਬਹੁਤ ਵਧਾਈਆਂ ਜਾਨ ਬਹੁਤ ਅੱਛਾ ਬੇਟਾ ਇੱਕ ਦਿਨ ਸਾਰਾ ਅਸੀਂ ਬੱਚਿਆਂ ਦਾ ਪ੍ਰੋਗਰਾਮ ਰੱਖਾਂਗੇ ਤੁਹਾਡੇ ਵਾਸਤੇ ਠੀਕ ਹੈ ਜੀ ਹਾਂਜੀ ਅਸੀਸ ਕਾਰ ਜੀ ਕੈਨੇਡਾ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਤਾ ਨਹੀਂ ਮੈਨੂੰ ਕਹਿਣਾ ਚਾਹੀਦਾ ਹੈ ਕਿ ਨਹੀਂ ਬਟ ਮੈਂ ਹੁਣੇ ਪ੍ਰੋਗਰਾਮ ਦੇਖ ਰਹੀ ਸੀ ਤੇ ਫਰਸਟ ਟਾਈਮ ਮੈਂ ਅਟੈਂਡ ਕੀਤਾ ਤੇ ਮੈਂ ਹੈਂਡ ਰੇਜ਼ ਪਹਿਲੇ ਕਰਤਾ ਫਿਰ ਮੈਨੂੰ ਡਰ ਲੱਗੇ ਕਿ ਮੈਂ ਬੋਲਾ ਕਿ ਨਾ ਬੋਲਾ ਫਿਰ ਮੈਂ ਸੋਚਿਆ ਕਿ ਇਹੀ ਤਾਂ ਅੱਜ ਦਾ ਟੌਪਿਕ ਹੈ ਤੇ ਯੂਜੁਅਲੀ ਮੈਂ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਾਂਗੀ ਕਿ ਜਦੋਂ ਮੈਨੂੰ ਮੇਰੇ ਮੰਮਾ ਕਹਿੰਦੇ ਹੁੰਦੇ ਆ ਕਿ ਜਦੋਂ ਡਰ ਲੱਗਦਾ ਅਸੀਂ ਉਹ ਚੀਜ਼ ਸੋਚੀਏ ਥਿੰਕ ਪੋਜ਼ਿਟਿਵ ਜੋ ਚੀਜ਼ ਪਾਸਟ ਵਿੱਚ ਗੁਰੂ ਸਾਹਿਬ ਨੇ ਤੁਹਾਡੇ ਵਾਸਤੇ ਇੰਨੀ ਵਧੀਆ ਕੀਤੀ ਹੈ ਜਦੋਂ ਵੀ ਤੁਹਾਨੂੰ ਕੋਈ ਨੈਗੇਟਿਵ ਥੋਟਸ ਜਾਂ ਡਰ ਵਾਲੀ ਜਗ੍ਹਾ 'ਚ ਲੈ ਕੇ ਗਏ ਨੇ ਸੱਚੇ ਪਾਤਸ਼ਾਹ ਨੇ ਕਿਸੇ ਰੀਜ਼ਨ ਕਰਕੇ ਉਹ ਕੀਤਾ ਤੇ ਉਹਨੂੰ ਪੋਜ਼ਿਟਿਵ ਵਿੱਚ ਅਗਰ ਆਪਾਂ ਸੋਚੀਏ ਤਾਂ ਉਹ ਡਰ ਨਿਕਲ ਜਾਏਗਾ ਬਹੁਤ ਅੱਛਾ ਜੀ ਬਹੁਤ ਵਧੀਆ ਜੀ ਵੈਰੀ ਗੁੱਡ ਜੀ ਧੰਨਵਾਦ ਜੀ ਕੈਨੇਡਾ ਕਿਹੜੀ ਜਗ੍ਹਾ ਤੋਂ ਭੈਣ ਜੀ ਤੁਸੀਂ ਅਸੀਂ ਟੋਰਾਂਟੋ ਤੋਂ ਟੋਰਾਂਟੋ ਤੋਂ ਵਾਹ ਜੀ ਵਾਹ ਚਲੋ ਉੱਥੇ ਹੋਰ ਸੰਗਤਾਂ ਨੂੰ ਵੀ ਪ੍ਰੋਗਰਾਮ ਬਾਰੇ ਦੱਸੋ ਜੀ ਤੁਹਾਡੇ ਉੱਥੇ ਵੀ ਇਸ ਤਰ੍ਹਾਂ ਹੀ ਲੌਕਡਾਊਨ ਹੈ ਜੀ ਹਾਂਜੀ ਹਲੇ ਐਗਜ਼ੈਕਟ ਤਾਂ ਨਹੀਂ ਹੋਇਆ ਮੇਰੀ ਜੌਬ ਹਲੇ ਹੈਗੀ ਹੈ ਵਰਕ ਫਰੋਮ ਹੋਮ ਹੋ ਗਿਆ ਬਟ ਮੈਨੂੰ ਜਾਣਾ ਪੈਂਦਾ ਹੈ ਬੈਂਕ ਹੈ ਤੇ ਸੱਚੇ ਪਾਤਸ਼ਾਹ ਆਪ ਹੀ ਬਿਨਾਂ ਡਰ ਲੱਗਦਾ ਜਾ ਕੇ ਕੀ ਹੋਏਗਾ ਉੱਥੇ ਬਟ ਸੱਚੇ ਪਾਤਸ਼ਾਹ ਹਿੰਮਤ ਦਿੰਦੇ ਨੇ ਲੈ ਕੇ ਜਾਂਦੇ ਨੇ ਪੋਜ਼ਿਟਿਵ ਸੱਚੇ ਪਾਤਸ਼ਾਹ ਉਹ ਜੀ ਥੋਟ ਚ ਅਰਦਾਸ ਕਰੀ ਦੀ ਕਿ ਸੱਚੇ ਪਾਤਸ਼ਾਹ ਪੋਜ਼ਿਟਿਵ ਥੋਟਸ ਲੈ ਕੇ ਆਣਾ ਕਿ ਦਿਨ ਪੋਜ਼ਿਟਿਵ ਨਿਕਲੇ ਉਹ ਜੀ ਥੋਟਸ ਦਿਮਾਗ ਚ ਪਾਓ ਪਲੀਜ਼ ਵਾਜੀ ਬਹੁਤ ਅੱਛਾ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਭੈਣ ਜੀ ਦੀ ਗੱਲ ਤੋਂ ਇੱਕ ਕੋਟ ਯਾਦ ਆਈ ਜੀ ਇਹ ਲਿਖ ਲਓ ਜੀ ਸਾਰਿਆਂ ਲਈ ਬਹੁਤ ਇੰਪੋਰਟੈਂਟ ਇਹਦਾ ਨੈਗੇਟਿਵ ਵੀ ਹੋ ਸਕਦਾ ਪਰ ਨੈਗੇਟਿਵ ਨਾ ਸਿੱਖਿਓ ਪੋਜ਼ਿਟਿਵ ਸਿੱਖਿਓ ਜੀ ਹਾਂਜੀ ਇਹ ਵੀਰ ਜੀ ਲਿਖ ਰਹੇ ਨੇ ਦਾਸ ਦੀ ਬੇਟੀ ਚਰਨਜੀਤ ਸਿੰਘ ਜੀ ਇਹਨਾਂ ਦੀ ਬੇਟੀ ਹੈ ਵਾਹ ਜੀ ਵਾਹ ਬਹੁਤ ਅੱਛਾ ਜੀ ਵਾਹ ਜੀ ਵਾਹ ਬੋਲੇ ਹਾਂਜੀ ਹਾਂਜੀ ਵੀਰ ਜੀ ਅਖੰਡ ਕੀਰਤਨੀ ਜਥੇ ਤੋਂ ਵੀਰ ਜੀ ਚਰਨਜੀਤ ਸਿੰਘ ਜੀ ਬਹੁਤ ਪਿਆਰਾ ਪਰਿਵਾਰ ਸਾਡੇ ਨਾਲ ਜੁੜਦੇ ਹੁੰਦੇ ਨੇ ਇਹ ਕੋਟ ਲਿਖੋ ਜੀ ਡੂ ਦਾ ਥਿੰਗਸ ਯੂ ਫੀਅਰ ਡੂ ਦਾ ਥਿੰਗਸ ਯੂ ਫੀਅਰ ਇਸ਼ਮਨਪ੍ਰੀਤ ਜੀ ਲਿਖਦੇ ਹੋਣਗੇ ਮੈਨੂੰ ਪਤਾ ਹੈ ਜੀ ਉਹ ਫਟਾਫਟ ਲਿਖ ਦਿੰਦੇ ਨੇ ਐਂਡ ਦਾ ਫੀਅਰ ਵਿਲ ਡਿਸਅਪੀਅਰ ਡੂ ਦਾ ਥਿੰਗਸ ਯੂ ਫੀਅਰ ਐਂਡ ਫੀਅਰ ਵਿਲ ਡਿਸਅਪੀਅਰ ਵਾਹ ਜੀ ਵਾਹ ਜਿਹੜੀ ਗੱਲ ਦਾ ਡਰ ਲੱਗਦਾ ਹੈ ਜੇ ਤੁਸੀਂ ਕਰ ਲਵੋ ਤੇ ਉਹ ਡਰ ਦੂਰ ਹੋ ਜਾਏਗਾ ਮੈਨੂੰ ਹਨੇਰੇ ਥਾਂ ਤੇ ਜਾਣ ਦਾ ਡਰ ਲੱਗੇ ਮੈਂ ਇੱਕ ਵਾਰੀ ਦੋ ਵਾਰੀ ਜਾਵਾਂਗਾ ਮੇਰਾ ਡਰ ਦੂਰ ਹੋ ਜਾਏਗਾ ਮੈਨੂੰ ਯਾਦ ਹੈ ਜਦੋਂ ਮੈਂ ਕਾਰ ਨਹੀਂ ਸਿੱਖੀ ਸੀ ਤੇ ਮੈਨੂੰ ਲੱਗਦਾ ਸੀ ਮੈਨੂੰ ਤੇ ਕਾਰ ਚਲਾਉਣੀ ਆਏਗੀ ਨਹੀਂ ਇਹ ਇੱਕੋ ਹੀ ਪੈਰ ਨਾਲ ਰੇਸ ਵੀ ਦੇਣੀ ਇੱਕੋ ਹੀ ਪੈਰ ਨਾਲ ਬ੍ਰੇਕ ਵੀ ਮਾਰਨੀ ਹੈ ਤੇ ਸਿਸਟਮ ਹੀ ਬੜਾ ਗਲਤ ਬਣਿਆ ਹੋਇਆ ਅਲੱਗ ਅਲੱਗ ਪੈਰ ਹੋਣੇ ਚਾਹੀਦੇ ਨੇ ਮੈਂ ਕਹਿੰਦਾ ਸੀ ਕਾਰ ਬਣਾਉਣੇ ਉਹਨੇ ਠੀਕ ਆਟੋ ਵਾਲੇ ਠੀਕ ਨਹੀਂ ਹੈਗੇ ਲੇਕਿਨ ਜਦੋਂ ਆ ਗਿਆ ਕੰਮ ਤੇ ਉਦੋਂ ਲੱਗਦਾ ਵੀ ਇਹ ਠੀਕ ਹੈ ਪੋਜ਼ਿਟਿਵਿਟੀ ਦੇ ਵਾਸਤੇ ਤੁਸੀਂ ਇਸ ਕੋਟ ਨੂੰ ਵਰਤੋ ਜਿਸ ਚੀਜ਼ ਦਾ ਡਰ ਲੱਗਦਾ ਹੈ ਜੇ ਪਰਮਾਤਮਾ ਅੱਗੇ ਅਰਦਾਸ ਕਰੀਏ ਉਸਦੇ ਵਿੱਚ ਪੈ ਜਾਈਏ ਤੇ ਉਹ ਡਰ ਦੂਰ ਹੋ ਜਾਏਗਾ ਸੋ ਬਹੁਤ ਬਹੁਤ ਧੰਨਵਾਦ ਜੀ ਸ਼ਾਨ ਸਾਹਿਬ ਦਾ ਹੱਥ ਖੜਾ ਹੈ ਜੀ ਗੁਰਮੀਤ ਸਿੰਘ ਜੀ ਦਾ ਦੇਖੋ ਬੇਟਾ ਜਰਾ ਵਾਹਿਗੁਰੂ ਬੜੀ ਪਿਆਰੀ ਇੰਟਰਵੈਂਸ਼ਨ ਦਿੰਦੇ ਨੇ ਵੀਰ ਜੀ ਇਹਨਾਂ ਦੇ ਲੈਕਚਰ ਨੂੰ ਸਾਰੇ ਯਾਦ ਕਰ ਰਹੇ ਨੇ ਹਾਲੇ ਵੀ ਹਾਂਜੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਜੀ ਵਾਹ ਵੀਰ ਜੀ ਬਸ ਇੱਕ ਹੀ ਗੱਲ ਕਹਿਣੀ ਹੈ ਜੀ ਆਪ ਜੀ ਨੇ ਹੁਣ ਕਿਹਾ ਨਾ ਡੂ ਦਾ ਥਿੰਗਸ ਯੂ ਫੀਅਰ ਐਂਡ ਦਾ ਫੀਅਰ ਵਿਲ ਡਿਸਅਪੀਅਰ ਹਾਂਜੀ ਇਹ ਤਾਂ ਮੈਨੂੰ ਯਾਦ ਆਇਆ 에ਅਰ ਫੋਰਸ ਦੇ ਵਿੱਚ ਜਦੋਂ ਵੀ ਕਦੇ ਨਾ ਕਿਸੇ ਕੋਈ ਕ੍ਰੈਸ਼ ਹੁੰਦਾ ਹੈ ਕਿਸੇ ਫਾਈਟਰ 에ਅਰਕ੍ਰਾਫਟ ਦਾ ਤੇ ਉਸ ਤੋਂ ਬਾਅਦ ਇਮੀਡੀਏਟਲੀ ਬਾਅਦ ਇਹ ਟ੍ਰੈਡੀਸ਼ਨ ਹੈ ਕਿ ਉਸ ਸਕੁਆਡਨ ਦੇ ਸਾਰੇ ਜਿਤਨੇ ਪਾਇਲਟਸ ਨੇ ਨਾ ਉਹ ਸਾਰੇ ਆਪਣੇ ਏਅਰਕ੍ਰਾਫਟ ਲੈ ਕੇ ਫਿਰ ਏਅਰਬੋਰਨ ਹੁੰਦੇ ਨੇ ਤਾਂ ਕਿ ਜੋ ਕਿਸੇ ਦੇ ਅੰਦਰ ਡਰ ਆ ਜਾਏ ਕਿ ਵੀ ਮੇਰੇ ਸਾਥੀ ਦਾ ਐਕਸੀਡੈਂਟ ਹੋ ਗਿਆ ਉਹ ਪੂਰਾ ਹੋ ਗਿਆ ਔਰ ਨੁਕਸਾਨ ਹੋ ਗਿਆ ਉਹਨੂੰ ਮਨ ਚੋਂ ਕੱਢਣ ਲਈ ਜਿਹਦੀ ਭਾਵਨਾ ਨਾ ਆਵੇ ਇਹੀ ਮੈਂ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਸੀ ਜੀ ਖਾਲਸਾ ਜੀ ਕੀ ਵਤੇ ਭੈਣ ਜੀ ਵੀ ਇੱਕ ਵਿਸ਼ਾ ਲੈਣ ਜੀ ਕਿਸੇ ਦਿਨ
ਕਰ ਰਹੀ ਹਾਂ ਜੀ, ਕੋਸ਼ਿਸ਼ ਕਰ ਰਹੀ ਹਾਂ ਆਪ ਜੀ ਦਾ ਹੁਕਮ ਨੂੰ ਮੰਨਣ ਦੀ। ਔਰ ਗੁਰਚਿੰਤਨ ਔਰ ਜਪ ਤੋਂ ਵੀ ਛੋਟੇ ਛੋਟੇ ਆਪਾਂ ਕੋਈ ਇੰਟਰਵੈਂਸ਼ਨ ਉਹਨਾਂ ਨੂੰ ਵੀ ਪ੍ਰੇਰਨਾ ਕਰੀਏ ਜੀ, ਬੇਨਤੀ ਕਰੀਏ ਉਹਨਾਂ ਨੂੰ ਵੀ। ਕਰ ਰਹੇ ਜੀ, ਜਪ ਕਰ ਰਹੇ ਹਾਂ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂ, ਕੁਛ ਸੂਚਨਾਵਾਂ ਤੇ ਕੁਛ ਸਵਾਲ ਆਏ ਨੇ, ਬੜੇ ਸੰਖੇਪ ਦੇ ਵਿੱਚ ਮੈਂ ਫਟਾਫਟ ਲੈ ਲੈਣਾ। ਇੱਕ ਬੜਾ ਪਿਆਰਾ ਕੁਐਸਚਨ ਕਿਸੇ ਨੇ ਕੀਤਾ ਹੈ ਔਰ ਅੱਜ ਵਾਲੇ ਵਿਸ਼ੇ ਨਾਲ ਵੀ ਉਹ ਸੰਬੰਧਿਤ ਹੈ। ਕਹਿੰਦੇ ਵੀ ਭੁੱਲ ਜਾਂਦੇ ਹਾਂ ਕਿ ਡਰਨਾ ਨਹੀਂ ਤੇ ਖੁਸ਼ ਰਹਿਣਾ ਹੈ। ਭੁੱਲ ਜਾਂਦੇ ਹਾਂ ਕਈ ਵਾਰੀ, ਕੀ ਕਰੀਏ ਦੱਸੋ ਜੀ, ਕੀ ਕਰੀਏ ਜੀ? ਭੁੱਲ ਜਾਂਦੇ ਹਾਂ, ਕਿਵੇਂ ਯਾਦ ਰੱਖੀਏ ਜੀ? ਕੋਈ ਜਣਾ ਦੱਸੋ ਜੀ, ਕਿਵੇਂ ਯਾਦ ਰੱਖੀਏ ਜੀ? ਵਾਹਿਗੁਰੂ। ਮੈਂ ਇੱਕ ਬੇਨਤੀ ਕਰਾਂ ਇਹਦੇ ਬਾਰੇ, ਮੈਂ ਇੱਕ ਦਿਨ ਸ਼ਾਇਦ ਪਹਿਲਾਂ ਵੀ ਕਹੀ ਸੀ ਕਿ ਆਪਾਂ ਸਾਰੇ ਜਣੇ ਜਦੋਂ ਹੱਥ ਧੋਨੇ ਆ, ਕਿਉਂਕਿ ਹੁਣ ਸਾਰਿਆਂ ਦਾ ਜ਼ੋਰ ਹੈ ਵੀ ਹੱਥ ਧੋਵੋ, ਹੱਥ ਧੋਵੋ, ਹੱਥ ਧੋਵੋ, ਜ਼ਰੂਰ ਧੋਣੇ ਚਾਹੀਦੇ ਨੇ। ਹਾਂ, ਜਦੋਂ ਧੋਣਾ ਸ਼ੁਰੂ ਕਰੋ ਉਦੋਂ ਟੂਟੀ ਜਿਹੜੀ ਬੰਦ ਕਰ ਦੇਣੀ ਚਾਹੀਦੀ ਹੈ, ਫਾਲਤੂ ਪਾਣੀ ਨਾ ਵੱਗੇ। ਲੇਕਿਨ ਜਦੋਂ ਵੀ ਹੱਥ ਧੋਣੇ ਨੇ, ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਵੀ ਹੱਥ ਧੋਣਾ ਗਿਵਸ ਯੂ ਪੋਜ਼ਿਟਿਵਿਟੀ। ਤੇ ਕਿਵੇਂ ਹੱਥ ਧੋਈਏ ਜੀ? ਕਿਵੇਂ ਧੋਂਦੇ ਹੋ ਸਾਰੇ ਜਣੇ ਜੀ? ਇਸ ਤਰ੍ਹਾਂ, ਇਸ ਤਰ੍ਹਾਂ, ਇਸ ਤਰ੍ਹਾਂ, ਇਸ ਤਰ੍ਹਾਂ, ਇਹ ਕਰਨਾ, ਇਹ ਕਰਨਾ, ਇਹ ਕਰਨਾ, ਇਹ ਤੇ ਕਰਨਾ ਹੀ ਕਰਨਾ ਹੈ, ਉਹਦੇ ਨਾਲ ਨਾ ਖੁਸ਼ ਹੋਣਾ। ਖੁਸ਼ ਹੋ ਕੇ ਹੱਥ ਧੋਈਏ, ਤੇ ਜੇ ਨਾਲ ਮੂਲ ਮੰਤਰ ਕਰ ਲਈਏ ਆਪਾਂ, ਹਾਂਜੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਗੁਰਪ੍ਰਸਾਦ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਜਿੰਨੀ ਵਾਰੀ ਹੱਥ ਧੋਵੋਗੇ ਓਨੀ ਵਾਰੀ ਚੜ੍ਹਦੀ ਕਲਾ ਆ ਜਾਏਗੀ। ਕਿਆ ਬਾਤ ਹੈ ਜੀ, ਕਰੋਨਾ ਦੇ ਨਾਲ ਜੁੜ ਗਈ ਇਹ ਗੱਲ। ਕਰੋਨਾ ਤੋਂ ਹੀ ਡਰ ਲੱਗਦਾ ਹੈ, ਕਰੋਨਾ ਕਰਕੇ ਹੀ ਹੱਥ ਧੋਨੇ ਆ। ਤੇ ਜਦੋਂ ਹੱਥ ਧੋ ਕੇ ਮੂਲ ਮੰਤਰ ਕਰਾਂਗੇ, ਗੁਰਮੰਤਰ ਕਰਾਂਗੇ, ਆਨੰਦ ਬਣ ਜਾਏਗਾ। ਤੁਸੀਂ ਕਰਕੇ ਦੇਖਣਾ ਤੇ ਜ਼ਰੂਰ ਮੈਨੂੰ ਆਪਣੀ ਫੀਡਬੈਕ ਵੀ ਭੇਜਣਾ। ਹਾਂ, ਮੈਨੂੰ ਫੀਡਬੈਕ ਤੋਂ ਯਾਦ ਆਇਆ, ਬਹੁਤ ਪਿਆਰੀਆਂ ਕੁਛ ਫੀਡਬੈਕਸ ਆਈਆਂ ਹੋਈਆਂ ਨੇ, ਮੈਂ ਉਹ ਸੁਣਾਉਣਾ। ਪਰ ਉਸ ਤੋਂ ਪਹਿਲਾਂ ਤੁਸੀਂ ਆਪਣੀ ਅਟੈਂਡੈਂਸ ਲਗਾਉਣੀ ਸ਼ੁਰੂ ਕਰੋ ਜੀ। ਸਭ ਤੋਂ ਪਹਿਲਾਂ ਸਤਨਾਮ ਟਰੱਸਟ ਦੇ ਟੀਚਰਸ ਲਿਖਣ ST, ਸਤਨਾਮ ਟਰੱਸਟ। ਹਾਂਜੀ, ਜਿੰਨੀ ਜਲਦੀ ਹੋ ਸਕਦੇ ਹੋ ਤੁਸੀਂ ਲਿਖ ਦਿਓ ਜੀ, ਸਤਨਾਮ ਟਰੱਸਟ ਦੇ ਟੀਚਰਸ। ਔਰ ਉਸ ਤੋਂ ਬਾਅਦ ਹਾਂਜੀ, ST ਲਿਖਣਾ ਹੈ ਸਿਰਫ। ਮੈਨੂੰ ਅੱਜ ਫੋਨ ਆਏ ਕੁਛ ਟੀਚਰਸ ਨੂੰ, ਹਾਲੀ ਇਹ ਚੈਟਿੰਗ ਕਰਨੀ ਨਹੀਂ ਆਉਂਦੀ। ਮੈਂ ਬੇਨਤੀ ਕਰਾਂਗਾ ਸਾਰੇ ਇਸੇ ਬਹਾਨੇ ਟਰਾਈ ਵੀ ਕਰੋ। ਦੇਖੋ ਕਈ ਤੇ ਆਪਣਾ ਨਾਮ ਹੀ ਲਿਖ ਰਹੇ ਨੇ, ਆ ਫੋਨ ਦੇ ਨਾਮ ਹਾਲੀ ਤੱਕ ਕਈਆਂ ਨੇ ਚੇਂਜ ਨਹੀਂ ਕੀਤੇ। ਉਹ ਕੱਲ ਅਸੀਂ ਸੈਸ਼ਨ ਵੀ ਲਿਆ ਸੀ, ਰੈਡਮੀ ਵੀ ਲਿਖਿਆ ਆ ਰਿਹਾ, ਦੂਸਰੇ ਵੀ ਆ ਜਿਹਨਾਂ ਦਾ ਫੋਨ ਦਾ ਨਾਮ ਚੇਂਜ ਨਹੀਂ, ਉਹ ਸਾਡੇ ਰਿਕਾਰਡ ਤੇ ਨਹੀਂ ਆ ਪਾਣਗੇ। ਮੇਰੀ ਬੇਨਤੀ ਹੈ, ਉਹ ਉਹਨਾਂ ਦੀ ਐਬਸੈਂਟ ਹੀ ਸਾਡੇ ਵੱਲੋਂ ਲੱਗਦੀ ਰਹੇਗੀ। ਪਲੀਜ਼, ਜਦੋਂ ਤੁਸੀਂ ਲੌਗਇਨ ਕਰਦੇ ਹੋ ਇਸ ਪ੍ਰੋਗਰਾਮ ਲਈ, ਜਦੋਂ ਕਹਿੰਦੇ ਹੋ ਜੁਆਇਨ ਹੈ ਮੀਟਿੰਗ, ਉਹਦੇ ਉੱਤੇ ਤੁਹਾਡੇ ਫੋਨ ਦਾ ਨਾਮ ਲਿਖਿਆ, ਉਹਨੂੰ ਡਿਲੀਟ ਕਰਕੇ ਆਪਣਾ ਨਾਮ ਲਿਖ ਦੇਣਾ, ਬਸ ਸਿੰਪਲ, ਇੰਨੀ ਕੋਈ ਗੱਲ ਹੈ ਜੀ। ਹਾਂਜੀ, ਸਤਨਾਮ ਟਰੱਸਟ ਤੋਂ ਬਾਅਦ ਗੁਰੂ ਨਾਨਕ ਮਲਟੀਵਰਸਿਟੀ ਦੇ ਟੀਚਰਸ GNM ਲਿਖੋ, ਗੁਰੂ ਨਾਨਕ ਮਲਟੀਵਰਸਿਟੀ GNM। ਹਾਂਜੀ, ਤਦ ਤੱਕ ਮੈਂ ਸੁਣਾਵਾਂ ਜੀ, ਇੱਕ ਬੇਟੀ ਕਰਨਾਲ ਤੋਂ ਉਹਨੇ ਲਿਖਿਆ ਹੈ ਕਿ ਜਦ ਦੀ ਇਹ ਕਲਾਸ ਲੱਗੀ ਹੈ, ਮੈਂ ਪੰਜਾਬੀ ਮੈਨੂੰ ਨਹੀਂ ਸਿੱਖਣੀ ਆਉਂਦੀ ਸੀ, ਮੈਂ ਪੰਜਾਬੀ ਲਿਖਣੀ ਨਹੀਂ ਆਉਂਦੀ ਸੀ, ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲਿਖ ਸਕਾਂ। ਔਰ ਪੰਜਾਬੀ ਵਿੱਚ ਹੀ ਉਹਨਾਂ ਨੇ ਇਹ ਸਾਨੂੰ ਛੋਟਾ ਜਿਹਾ ਜੋ ਲਿਖ ਕੇ ਭੇਜਿਆ, ਉਹਦੀ ਫੋਟੋ ਭੇਜੀ ਹੈ। ਬਹੁਤ ਧੰਨਵਾਦ ਮਨਦੀਪ ਕੌਰ ਜੀ ਕਰਨਾਲ ਤੋਂ, ਅਸੰਦ ਹਰਿਆਣਾ ਤੋਂ। ਔਰ ਇਹ ਇੱਕ ਅੱਛੀ ਪ੍ਰੇਰਨਾ ਹੈ ਕਿ ਉਹ ਲਿਖ ਰਹੇ ਨੇ ਜੀ, ਪੰਜਾਬੀ ਸਿੱਖ ਰਹੇ ਨੇ। ਇੱਕ ਹੋਰ ਬੇਟੀ, ਸ਼ਾਇਦ ਇਹਨਾਂ ਦਾ ਨਾਮ ਵੀ ਨਹੀਂ ਥੱਲੇ ਲਿਖਿਆ ਹੋਇਆ, ਸਿਮਰਨਪ੍ਰੀਤ ਕੌਰ ਹੈ ਸ਼ਾਇਦ, ਇਹਨਾਂ ਨੇ ਲਿਖਿਆ ਹੈ ਕਿ ਜਦੋਂ ਮੈਂ ਵਾਹਿਗੁਰੂ ਲਿਖਦੀ ਹਾਂ ਤਾਂ ਅੰਦਰੂਨੀ ਖੁਸ਼ੀ ਪੈਦਾ ਹੁੰਦੀ ਹੈ ਜੋ ਬਿਆਨ ਨਹੀਂ ਹੋ ਸਕਦੀ। ਹੁਣ ਪੇਜ ਗਿਣਨ ਵੱਲ ਜਾਂ ਵਾਹਿਗੁਰੂ ਦੀ ਗਿਣਤੀ ਕਰਨ ਵੱਲ ਧਿਆਨ ਨਹੀਂ ਹੁੰਦਾ, ਹੁਣ ਵਾਹਿਗੁਰੂ ਦੀ ਬਖਸ਼ਿਸ਼ ਵੱਲ ਧਿਆਨ ਹੁੰਦਾ ਹੈ ਤੇ ਆਨੰਦ ਹੀ ਆਨੰਦ ਆ ਜਾਂਦਾ ਹੈ। ਇਹਨਾਂ ਪਲਾਂ ਵਿੱਚ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਸਦਾ ਵਿਗਾਸ ਇਟਰਨਲ ਬਲਿਸ ਹੁੰਦੀ ਹੈ ਜੋ ਕਿ ਬਿਆਨ ਅੱਖਰਾਂ ਵਿੱਚ ਨਹੀਂ ਹੋ ਸਕਦੀ। ਬਹੁਤ ਧੰਨਵਾਦ ਜੀ।
ਹਾਂਜੀ ਸਤਨਾਮ ਟਰੱਸਟ ਦੇ ਟੀਚਰਸ ਵੀ ਹੋਗੇ, GNM ਗੁਰੂ ਨਾਨਕ ਮਲਟੀਵਰਸਿਟੀ ਦੇ ਵੀ ਹੋਗੇ, ਮੈਨੂੰ ਪਤਾ ਲੱਗਿਆ ਜੀ ਸੁਕ੍ਰਿਤ ਇੰਟਰਨੈਸ਼ਨਲ ਪਬਲਿਕ ਸਕੂਲ ਪੱਟੀ ਦੇ ਟੀਚਰਾਂ ਨੇ ਵੀ ਜੁਆਇਨ ਕੀਤਾ ਹੈ ਜੀ। ਉਹ ਲਿਖਣ SIPS ਸਿਪਸ ਸੁਕ੍ਰਿਤ ਇੰਟਰਨੈਸ਼ਨਲ ਪਬਲਿਕ ਸਕੂਲ SIPS ਲਿਖਦੇ ਨੇ ਜਿਹੜੇ ਸੁਕ੍ਰਿਤ ਦੇ ਟੀਚਰ ਜੁੜੇ ਨੇ, ਤੇ ਉਸ ਤੋਂ ਬਾਅਦ ਬਾਕੀ ਸਾਰੇ ਟੀਚਰਸ ਇਕੱਲਾ ਟੀ ਲਿਖਣ ਜੀ। ਉਸ ਤੋਂ ਬਾਅਦ ਮੈਂ ਅਗਲੀ ਅਨਾਊਂਸਮੈਂਟ ਕਰਾਂਗਾ ਜੀ ਬਾਕੀਆਂ ਨੇ ਕੀ ਲਿਖਣਾ ਜੀ। ਹਾਂਜੀ ਇੱਕ ਹੋਰ ਫੀਡਬੈਕ ਇਹ ਸਾਨੂੰ ਆਈ ਹੈ ਜੀ, ਫੀਡਬੈਕ ਹਰਕ੍ਰਿਸ਼ਨਪ੍ਰੀਤ ਕੌਰ ਗਿੱਦੜ ਪਿੰਡੀ ਤੋਂ। ਮੇਰਾ ਦਿਲ ਕਰਦਾ ਹੈ ਸਾਰੀ ਪੜ੍ਹ ਕੇ ਸੁਣਾ ਦਿਆਂ ਜੀ ਜਦ ਤੱਕ ਤੁਸੀਂ ਅਟੈਂਡੈਂਸ ਲਗਾ ਰਹੇ ਹੋ। 8:04 ਨੂੰ ਇਹ ਆਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣਾਓ ਜੀ ਜਰਾ, ਇਹ ਜ਼ਿਆਦਾ ਵਧੀਆ ਸੁਣਾਂਗੇ, ਮੈਂ ਥੱਕ ਗਿਆ, ਮਦਦ ਕਰੋ ਮੇਰੀ, ਥੋੜਾ ਉੱਚੀ ਬੋਲਿਓ। ਆਂਟੀ ਆਵਾਜ਼ ਨਹੀਂ ਆ ਰਹੀ। ਲਿਖਣਾ ਚਾਹੁੰਦੀ ਹਾਂ ਕਿ ਮੈਂ ਅੱਜ ਹੀ ਮਹਿਸੂਸ ਕੀਤਾ ਆਪਣੀ ਜਿਵੇਂ ਰੋਜ਼ ਦੀ ਆਦਤ ਹੁੰਦੀ ਕਿ ਸਵੇਰ ਨੂੰ ਉੱਠ ਕੇ ਨਿਤਨੇਮ ਕਰਨਾ, ਪਰ ਮੈਂ ਕੱਲ ਰਾਤ ਸੋਚਿਆ ਕਿ ਮੈਂ ਸਵੇਰੇ ਉੱਠ ਕੇ ਨਿਤਨੇਮ ਨਹੀਂ ਕਰਨਾ, ਮਤਲਬ ਕਿ ਸਹਿਜ ਪਾਠ ਵੀ ਨਹੀਂ ਕਰਨਾ, ਜਾਪ ਵੀ ਨਹੀਂ ਕਰਨਾ, ਸਿਮਰਨ ਕੁਝ ਨਹੀਂ। ਮੈਂ ਕਦੇ ਵੀ ਅਲਾਰਮ ਨਹੀਂ ਲਗਾਇਆ, ਅਗਰ ਇੱਕ ਦੋ ਵਾਰੀ ਲਗਾਇਆ ਵੀ ਹੈ ਤਾਂ ਉਸਦੀ ਸਾਊਂਡ ਬੰਦ ਕਰ ਦਿੰਦੀ ਹਾਂ ਤਾਂ ਕਿ ਉਸਦੇ ਵੱਜਣ ਦਾ ਮੈਨੂੰ ਪਤਾ ਹੀ ਨਾ ਲੱਗੇ। ਬਸ ਰਾਤ ਨੂੰ ਵਾਹਿਗੁਰੂ ਅੱਗੇ ਅਰਦਾਸ ਕਰ ਦੇਣੀ ਕਿ ਵਾਹਿਗੁਰੂ ਜੀ ਸਵੇਰ ਨੂੰ ਇੰਨੇ ਵਜੇ ਉਠਾ ਦੇਣਾ, ਪਰ ਉਸ ਰਾਤ ਨੂੰ ਸੌਣ ਲੱਗੇ ਮੈਂ ਅਰਦਾਸ ਨਹੀਂ ਕੀਤੀ। ਸਵੇਰ ਹੋਈ ਮੈਨੂੰ ਠੀਕ ਉਸੇ ਸਮੇਂ ਤੇ ਜਾਗ ਆ ਗਈ ਜਿਸ ਸਮੇਂ ਮੈਂ ਪਹਿਲਾਂ ਉੱਠਦੀ ਸੀ। ਫਿਰ ਉੱਠ ਕੇ ਮਨ ਵਿੱਚ ਖਿਆਲ ਆਇਆ ਕਿ ਮੈਂ ਤਾਂ ਅੱਜ ਪਾਠ ਕਰਨਾ ਹੀ ਨਹੀਂ, ਅੰਦਰੋਂ ਲਾਂਤਾਂ ਵੀ ਪਈਆਂ, ਪਰ ਮੈਂ ਫਿਰ ਲੇਟ ਗਈ। ਦੁਬਾਰਾ ਚੰਗੀ ਤਰ੍ਹਾਂ ਨੀਂਦ ਤਾਂ ਨਹੀਂ ਆਈ ਪਰ ਢੀਠ ਹੋ ਕੇ ਪਈ ਰਹੀ। 6:30 ਦੇ ਸਮਾਂ ਸੀ ਵਜੇ ਸਮਾਂ ਸੀ ਜਦੋਂ ਕਿ ਫਿਰ ਉੱਠੀ। ਸਵੇਰ ਨੂੰ ਜਦੋਂ ਮੈਂ ਝਾੜੂ ਲਗਾਉਂਦੀ ਹਾਂ ਤਾਂ ਉਦੋਂ ਵੀ ਆਦਤ ਹੁੰਦੀ ਹੈ ਕਿ ਜਪਜੀ ਸਾਹਿਬ ਦਾ ਪਾਠ ਨਾਲ ਨਾਲ ਕਰਦੀ ਰਹਿੰਦੀ ਹਾਂ। ਅੱਜ ਵੀ ਇੱਦਾਂ ਹੀ ਹੋਇਆ, ਜਦੋਂ ਝਾੜੂ ਲਗਾਉਣਾ ਸ਼ੁਰੂ ਕੀਤਾ ਨਾਲ ਹੀ ਜਪਜੀ ਸਾਹਿਬ ਸ਼ੁਰੂ ਹੋ ਗਿਆ। ਕੁਝ ਦੇਰ ਬਾਅਦ ਖਿਆਲ ਅੱਜ ਤਾਂ ਪਾਠ ਕਰਨਾ ਹੀ ਨਹੀਂ ਸੀ। ਇੱਕ ਮਿੰਟ ਬੇਨਤੀ ਮੈਂ ਕਰਾਂ, ਜਿਹੜੇ ਸਟੂਡੈਂਟਸ ਨੇ ਉਹ ਸਾਰੇ ਐਸ ਲਿਖਦੇ ਨੇ ਔਰ ਸੰਗਤ ਜਿਹੜੀ ਹੈ ਉਹ SN ਲਿਖਦੇ ਨੇ। ਸੰਗਤ ਅੱਜ SN ਹੈ, ਸੰਗਤ ਦਾ ਕੋਟ, ਸਟੂਡੈਂਟਸ ਐਸ ਤੇ ਸੰਗਤ SN। ਹਾਂਜੀ ਫਿਰ ਪੋਚਾ ਲਗਾਉਣ ਲੱਗੀ, ਮੈਂ ਵੀ ਕੋਈ ਕਥਾ ਨਹੀਂ ਸੁਣੀ। ਫਿਰ ਇੱਕ ਇੰਸਟਰਕਸ਼ਨ ਬੋਰਡ ਆਪਣੇ ਅੰਦਰੋਂ ਕਿ ਮੈਂ ਅੱਜ ਪਾਠ ਨਹੀਂ ਕਰਨਾ, ਫਿਰ ਭੋਜਨ ਵੀ ਨਹੀਂ ਕਰਨਾ, ਪਹਿਲਾਂ ਇਹ ਵੀ ਗੱਲ ਮੰਨ ਲਈ। ਸਾਰਾ ਕੰਮ ਹੋ ਗਿਆ ਪਰ ਨਾ ਪਾਠ ਕੀਤਾ ਤੇ ਨਾ ਰੋਟੀ ਖਾਧੀ। ਫਿਰ ਆਨਲਾਈਨ ਕਲਾਸ ਵੀ ਲਗਾ ਲਈ ਪਰ ਫਿਰ ਬਾਅਦ ਵਿੱਚ ਨਾ ਸਹਿਜ ਪਾਠ ਕੀਤਾ ਤੇ ਨਾ ਹੀ ਲਿਖਣ ਭਗਤੀ, ਪਰ ਮਨ ਅੰਦਰੋਂ ਜਿੱਦਾਂ ਕੁਛ ਕਹਿ ਰਿਹਾ ਸੀ। ਹੁਣ ਭੁੱਖ ਲੱਗ ਗਈ ਤੇ ਸੋਚਿਆ ਕਿ ਰੋਟੀ ਖਾ ਹੀ ਲਵਾਂ। 3 ਵਜੇ ਤੋਂ ਬਾਅਦ ਰੋਟੀ ਖਾਧੀ। ਅੱਗੇ ਜਦੋਂ ਭੋਜਨ ਕਰੀਦਾ ਸੀ ਉਦੋਂ ਭੋਜਨ ਭਗਤੀ ਕਰਨੀ ਭੁੱਲ ਜਾਈਦੀ ਸੀ। ਭੋਜਨ ਭਗਤੀ ਭੁੱਲ ਜਾਈ ਸੀ ਜਦੋਂ 1-2 ਬੁਰਕੀਆਂ ਤੋਂ ਬਾਅਦ ਯਾਦ ਆਉਣਾ ਭਗਤੀ ਵੀ ਕਰਨੀ ਹੈ, ਪਰ ਅੱਜ ਪਹਿਲੇ ਬੁਰਕੀ ਦੇ ਨਾਲ ਸਿਮਰਨ ਸ਼ੁਰੂ ਹੋ ਗਿਆ। ਫਿਰ ਮਨ ਨੂੰ ਕਿਹਾ ਕਿ ਨਹੀਂ ਅੱਜ ਬਿਲਕੁਲ ਵੀ ਪਾਠ ਭਗਤੀ ਕੁਝ ਨਹੀਂ ਕਰਨਾ। ਸ਼ਾਮ ਹੋ ਗਈ, ਪ੍ਰਸ਼ਾਦ ਬਣਾਉਣ ਲੱਗੀ ਨੇ ਵੀ ਰਹਿਰਾਜ ਸਾਹਿਬ ਦਾ ਪਾਠ ਨਹੀਂ ਕੀਤਾ, ਪ੍ਰਸ਼ਾਦਾ ਬਣਾਉਣ ਲੱਗੀ ਨੇ ਵੀ ਰਹਿਰਾਜ ਸਾਹਿਬ ਦਾ ਪਾਠ ਨਹੀਂ ਕੀਤਾ, ਪਰ ਅੰਦਰ ਬਹੁਤ ਕਾਹਲਾ ਪਈ ਜਾ ਰਿਹਾ ਸੀ। ਮੇਰੇ ਮਨ ਵਿੱਚ ਵਾਰ ਵਾਰ ਪਾਠ ਕਰਨ ਦਾ ਖਿਆਲ ਆ ਰਿਹਾ ਸੀ। ਮੇਰੇ ਪੈਰ ਆਪਣੇ ਆਪ ਉਸ ਕਮਰੇ ਵੱਲ ਤੁਰੀ ਗਏ ਜਿੱਥੇ ਮੈਂ ਜ਼ਿਆਦਾਤਰ ਬੈਠ ਕੇ ਪਾਠ ਕਰਦੀ ਹਾਂ। ਫਿਰ ਅੱਜ ਦੀ ਕਲਾਸ ਵਿੱਚ ਕਾਮ ਤੇ ਗੱਲ ਹੋਈ ਸੀ, ਸੋਚਿਆ ਕਿ ਇਹ ਵੀ ਤਾਂ ਕਾਮ ਹੀ ਹੈ ਜੋ ਮੇਰੇ ਮਨ ਵਿੱਚ ਪਾਠ ਕਰਨ ਪ੍ਰਤੀ ਵਿਚਾਰ ਆ ਰਹੇ ਹਨ। ਸ਼ਾਇਦ ਇਹ ਕਿਸੇ ਹੋਰ ਤਰ੍ਹਾਂ ਦਾ ਕਾਮ ਹੋ ਸਕਦਾ, ਪਤਾ ਨਹੀਂ, ਪਰ ਇੰਨੀ ਗੱਲ ਤਾਂ ਜ਼ਰੂਰ ਪਤਾ ਲੱਗ ਗਿਆ ਕਿ ਜੇਕਰ ਆਪਣਾ ਤਨ ਭੋਜਨ ਤੋਂ ਬਿਨਾਂ ਨਹੀਂ ਰਹਿ ਸਕਦਾ, ਉਦਾਂ ਹੀ ਮਨ ਵੀ ਭਜਨ ਤੋਂ ਬਿਨਾਂ ਨਹੀਂ ਰਹਿ ਸਕਦਾ। ਅਸੀਂ ਜਿੰਨਾ ਵੀ ਪਾਠ ਰੋਜ਼ ਕਰਦੇ ਹਾਂ ਉਨੇ ਕੀ ਪਾਠ ਦੀ ਭੁੱਖ ਤਾਂ ਜ਼ਰੂਰ ਲੱਗਦੀ ਹੈ। ਪਤਾ ਨਹੀਂ ਮੈਂ ਅੱਜ ਜੋ ਕੀਤਾ ਠੀਕ ਹੈ ਜਾਂ ਗਲਤ। ਵਾਹਿਗੁਰੂ ਮਿਹਰ ਕਰੋ। ਬਾਜੀ ਬੋਲੇ ਸੋ ਨਿਹਾਲ। ਸੰਗਤ ਜੀ ਮੈਨੂੰ ਇੱਥੋਂ ਇੱਕ ਗੱਲ ਤੋਂ ਪ੍ਰੇਰਨਾ ਮਿਲੀ ਇਹਨਾਂ ਭੈਣ ਜੀ ਦੀ, ਇਹ ਟੀਚਰ ਨੇ ਹੁਣੇ ਹੀ ਲਿਖਿਆ ਆਇਆ ਸੀ, APP ਦੇ ਵਿੱਚ ਟੀਚਰ ਨੇ। ਮੈਨੂੰ ਇੱਕ ਗੱਲ ਦਾ ਧਿਆਨ ਆਇਆ ਕਿ ਨਾ ਅਸੀਂ ਆਪ ਸਿਮਰਨ ਕਰ ਸਕਦੇ ਹਾਂ ਤੇ ਨਾ ਆਪਣੀ ਸੋਚ ਨਾਲ ਰੋਕ ਸਕਦੇ ਹਾਂ।
ਇਹਨਾਂ ਦੇ ਮਨ ਵਿੱਚ ਫੁਰਨਾ ਦੇਖੋ ਆ ਗਿਆ ਵੀ ਨਹੀਂ ਕਰਨਾ, ਪਰ ਵਾਹਿਗੁਰੂ ਨੇ ਫਿਰ ਕਰਾ ਦਿੱਤਾ। ਇਹ ਕੈਸੀ ਬਖਸ਼ਿਸ਼ ਹੈ, ਔਰ ਸੱਚ ਜਾਣਿਓ ਬਹੁਤ ਬਹੁਤ ਤੁਹਾਡੇ ਪਿਆਰੇ ਪਿਆਰੇ ਸਾਰਿਆਂ ਦੇ ਅਨੁਭਵ ਆ ਰਹੇ ਨੇ ਕਿ ਪਹਿਲੀ ਬੁਰਕੀ ਪਾਉਂਦੇ ਹੀ ਸਿਮਰਨ ਚੱਲ ਪੈਂਦਾ ਹੈ। ਕੱਲ ਬੇਟੇ ਅਨਮੋਲ ਨੇ ਗੱਲ ਕੀਤੀ ਸੀ ਸੰਤ ਅਤਰ ਸਿੰਘ ਜੀ ਦੀ ਕਿ ਤੁਰਦਿਆਂ ਸਿਮਰਨ ਹੋ ਜਾਂਦਾ। ਇਹ ਅਵਸਥਾਵਾਂ ਨੇ, ਆਓ ਅਸੀਂ ਸਾਰੇ ਆਪੋ ਆਪਣੀ ਜਿਹੜੀ ਸਾਡੀ ਕਹਿ ਲਈਏ ਵੀ ਸਾਡਾ ਅੰਦਰ ਇੱਕ ਸਿਮਰਨ ਦੀ ਇੱਕ ਜਿਹੜਾ ਅੰਦਰ ਖਜ਼ਾਨਾ ਸਾਡਾ ਪਿਆ ਹੋਇਆ, ਅਸੀਂ ਉਸਨੂੰ ਉਜਾਗਰ ਕਰੀਏ। ਸਤਿਗੁਰੂ ਜੀ ਬਖਸ਼ਿਸ਼ ਕਰਨ। ਸ਼ਾਮ ਨੂੰ 7 ਵਜੇ ਅਸੀਂ ਫਿਰ ਦੀਵਾਨ ਤੇ ਇਕੱਠੇ ਹੋਵਾਂਗੇ। ਅੱਜ ਦੇ ਸਾਰੇ ਸੈਸ਼ਨ ਦੀ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਹੁਣ ਸਮਾਪਤੀ ਹੈ। ਮੇਰੀ ਬੇਨਤੀ, ਹੋਮਵਰਕ ਜਿਹੜਾ ਅੱਜ ਮਿਲਿਆ ਤੁਸੀਂ ਉਹ ਵੀ ਅੱਜ ਭੇਜਣਾ, 5 ਵਜੇ ਤੱਕ ਜਿਹੜਾ ਨੰਬਰ ਦਿੱਤਾ ਗਿਆ ਸੀ ਉਸ ਨੰਬਰ ਤੇ ਹੋਮਵਰਕ ਭੇਜਣਾ। ਔਰ ਦੂਸਰੀ ਗੱਲ, ਜਿਹੜਾ ਪੱਕਾ ਇੱਕ ਹੋਮਵਰਕ ਮਿਲਿਆ ਹੋਇਆ ਹੈ ਉਹ ਸਾਰੇ ਜਣੇ ਜ਼ਰੂਰ ਕਰੋ। ਪੱਕਾ ਹੋਮਵਰਕ ਕਿਹੜਾ ਕਿਹੜਾ ਹੈ ਜੀ? ਨੰਬਰ ਪਹਿਲਾ ਸਹਿਜ ਪਾਠ ਦਾ। ਸਾਰੇ ਪਰਿਵਾਰ ਜਿਹੜੇ ਟੀਚਰ ਸਾਹਿਬਾਨ ਸਟੂਡੈਂਟਸ ਜੁੜੇ ਹੋ, ਆਓ ਆਪਾਂ ਸਾਰੇ ਜਣੇ ਜ਼ਰੂਰ ਜ਼ਰੂਰ ਸਹਿਜ ਪਾਠ ਕਰੀਏ। ਦੂਸਰਾ, ਹਰਿਮੰਦਰ ਸਾਹਿਬ ਤੋਂ ਜਿਹੜਾ ਕੀਰਤਨ ਆ ਰਿਹਾ ਹੈ ਉਹ ਸ਼ਬਦ ਨੋਟ ਕਰੀਏ, ਉਹਨਾਂ ਨੂੰ ਕੰਠ ਕਰੀਏ। ਅੱਜ ਕੱਲ੍ਹ ਇਹ ਸਾਰੇ ਸ਼ਬਦ ਜਿਹੜੇ ਨੇ ਇਹ ਦੁੱਖ ਦੂਰ ਕਰਨ ਵਾਲੇ, ਰੋਗ ਦੂਰ ਕਰਨ ਵਾਲੇ, ਸਾਡੇ ਮਨ ਨੂੰ ਹੌਸਲਾ ਦੇਣ ਵਾਲੇ ਸ਼ਬਦ ਨੇ। ਔਰ ਤੀਸਰਾ, ਇੱਕ ਹੋਮਵਰਕ ਜਿਹੜਾ ਅਸੀਂ 2 ਦਿਨ ਪਹਿਲਾਂ ਦਿੱਤਾ ਹੈ ਕਿ ਕੱਕੇ ਤੋਂ ਕੁਸ਼ਚਨ ਵਾਲੇ ਕਿਹੜੇ ਕਿਹੜੇ ਹੈਗੇ ਨੇ ਉਹ ਤੁਸੀਂ ਜ਼ਰੂਰ ਜਿਹੜਾ ਹੈ ਸਾਰੇ ਧਿਆਨ ਕਰੋ। ਇੱਕ ਹੋਰ ਹੈਂਡ ਹੁਣੇ ਰੇਜ਼ ਹੋਇਆ ਸੀ, ਮੇਰੇ ਖਿਆਲ ਚਲੇ ਗਏ ਉਹ ਵੀਰ ਜੀ, ਪਰ ਗਾੜੀ ਲਿਖਿਆ ਸੀ ਨਾਲ, ਇਹ ਹੈਗੇ ਨੇ ਤੇ ਆਪਾਂ ਉਹਨਾਂ ਦੀ ਗੱਲ ਸੁਣ ਲਈਏ, ਨਹੀਂ ਤੇ ਸਮਾਪਤੀ ਬੇਟਾ ਜੀ। ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।